जी ਅਸੀਂ ਹੁਣ ਐਵੇਂ ਧਰਮ ਦੇ ਨਾਂ ਤੇ ਵੰਡੀਆਂ ਪਾਈਏ, ਧਰਮ ਦੇ ਨਾਂ ਤੇ ਬੋਲੀ ਚੱਲੀਏ, ਵਧੀਆ ਨਹੀਂ ਗੱਲਾਂ ਇਹ, ਠੀਕ ਹੈ ਨਾ? ਬਿਲਕੁਲ ਬਿਲਕੁਲ ਜੀ, ਕੋ ਜਿਹੜੇ ਅੱਜ ਦੀ ਸਾਡੇ ਬੱਚੇ ਅੱਗੇ ਇੱਥੋਂ ਦੇ, ਇਹਨਾਂ ਨੂੰ ਵਿਚਾਰਿਆਂ ਨੂੰ ਕੁਝ ਪਤਾ ਹੀ ਤੱਕ ਨਹੀਂ ਇਹਨਾਂ ਚੀਜ਼ਾਂ ਦਾ। ਜੀ ਦੈਟਸ ਟਰੂ, ਸਹੀ ਗੱਲ। ਅਸੀਂ ਐਵੇਂ ਪਿਛਲੀਆਂ ਦੀਆਂ ਕੀਤੀਆਂ ਅੱਜ ਤੋਂ 100-100 ਸਾਲ ਪਹਿਲਾਂ ਦੀਆਂ ਚੱਕੀ ਫਿਰਦੇ ਗੱਲਾਂ, ਫਾਇਦਾ ਕੀ ਉਹਨਾਂ ਚੀਜ਼ਾਂ ਦਾ? ਯਾ ਆਪਾਂ ਵਧੀਆ ਸੋਚ ਰੱਖੀਏ, ਬੱਚਿਆਂ ਨੂੰ ਵਧੀਆ ਸੋਚਾਂ ਦੇਈਏ ਅੱਗੇ ਲਈ, ਆਪਾਂ ਸਾਰੇ ਰਲ ਮਿਲ ਕੇ ਰਹੀਏ। ਹੁਣ ਆਪਾਂ ਇੱਦਾਂ ਦੀਆਂ ਵਧੀਆ ਕੰਟਰੀਆਂ 'ਚ ਆ ਕੇ ਪਹੁੰਚੇ ਹੋਏ ਆ, ਤਾਂ ਕਿ ਵਧੀਆ ਸੋਚ ਲੈ ਕੇ ਵਧੀਆ ਜੀਵਨ ਅੱਗੇ ਦੁਨੀਆ ਸਾਰੀ ਤੁਰੇ, ਠੀਕ ਹੈ ਜੀ? ਬਹੁਤ ਵਧੀਆ ਜੀ, ਬਹੁਤ ਅੱਛੇ ਵਿਚਾਰ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। ਕੁਝ ਹੋਰ ਕਹਿਣਾ ਚਾਹੁੰਦੇ? ਬੱਚਿਆਂ ਦੀ ਰਿਸਪੈਕਟ ਕਰੋ, ਛੋਟਿਆਂ ਨੂੰ ਪਿਆਰ ਕਰੋ, ਆਪਣੇ ਵੱਡੇ ਆ ਬਜ਼ੁਰਗਾਂ, ਉਹਨਾਂ ਦਾ ਹਮੇਸ਼ਾ ਹੀ ਸਤਿਕਾਰ ਕਰਨਾ ਚਾਹੀਦਾ ਜੀ। ਸਭ ਤੋਂ ਪਹਿਲਾਂ ਤੁਹਾਡੀ ਰੱਬ ਤੋਂ ਬਾਅਦ ਤੁਹਾਡੀ ਮਾਂ ਨੇ ਤੁਹਾਨੂੰ ਜਨਮ ਦਿੱਤਾ, ਆਪਣੀ ਮਾਂ ਨੂੰ ਕਦੇ ਵੀ ਨਾ ਭੁੱਲੋ। ਵੈਰੀ ਵੈਲ ਸੈਡ, ਬਹੁਤ ਵਧੀਆ, ਬਿਲਕੁਲ ਜੀ। ਥੈਂਕ ਯੂ ਤੁਹਾਡਾ ਜੀ, ਬਸ ਵਧੀਆ ਵਧੀਆ ਵਿਚਾਰ ਲੈ ਕੇ ਆਇਆ ਕਰੋ। ਥੈਂਕ ਯੂ ਜੀ, ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਹੈ ਜੀ। ਸਲਾਮਤ ਰੱਖੇ ਸਾਰਿਆਂ ਨੂੰ, ਆਪਾਂ ਨੂੰ ਟੋਰਾਂਟੋ, ਅਸੀਂ ਵੀ ਟੋਰਾਂਟੋ ਰਹਿੰਦੇ ਸੀ ਪਹਿਲਾਂ। ਅੱਛਾ, ਉਹ ਮਿਸ ਕਰਦੇ ਆ ਟੋਰਾਂਟੋ ਨੂੰ ਅਸੀਂ ਵੀ ਜੀ। ਚਲੋ ਜਦੋਂ ਕਦੀ ਆਓ ਤੇ ਜ਼ਰੂਰ ਮਿਲਣ ਆਓ, ਸਟੂਡੀਓ ਆਓ। ਹਾਂਜੀ 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 ਹਾਂਜੀ, ਠੀਕ ਹੈ ਜੀ, ਚਲੋ ਧਿਆਨ ਰੱਖੋ, ਸਟੇ ਸੇਫ ਜੀ। ਹਾਂਜੀ ਅਸੀਂ ਵੀ ਜਾਂਦੇ ਆ ਜੋਬਾਂ ਤੇ, ਸਾਨੂੰ ਵੀ ਵਿੱਚੋਂ ਜਾਣਾ ਪੈਂਦਾ। ਅੱਛਾ, ਨਹੀਂ ਜੇ ਤੁਹਾਨੂੰ ਜਾਣਾ ਪੈਂਦਾ ਜਾਓ, ਕੋਈ ਇਦਾਂ ਦੀ ਡਰਨ ਦੀ ਗੱਲ ਨਹੀਂ ਹੈਗੀ। ਆਪਣੇ ਆ ਥੋੜੀ ਪ੍ਰੀਕਾਸ਼ਨਸ ਹੈਗੀਆਂ ਉਹ ਕਰੋ, ਇਟਸ ਅ ਫਲੂ, ਯੂ ਨੋ, ਇਹ ਆਇਆ ਇਹਨੇ ਚਲੇ ਵੀ ਜਾਣਾ, ਡੋਂਟ ਵਰੀ। ਕਰਨੇ ਪੈਣਾ ਜੀ, ਦੇਖੋ ਜਿਹੜੇ ਵਾਰਡਰਾਂ ਤੇ ਡਿਊਟੀ ਲਾਉਂਦੇ ਉਹ ਵੀ ਵਿਚਾਰੇ ਮਾਵਾਂ ਦੇ ਬੱਚੇ ਆ। ਬਿਲਕੁਲ ਬਿਲਕੁਲ ਜੀ, ਬਿਲਕੁਲ, ਆਪਣਾ ਧਿਆਨ ਰੱਖ ਕੇ ਜਾਓ, ਆਪਣੀ ਜਿਹੜੀ ਪ੍ਰੀਕਾਸ਼ਨਸ ਹੈਗੀਆਂ ਉਹ ਲਓ, ਦੈਟਸ ਇਟ, ਨਥਿੰਗ। ਬਾਕੀ ਜਿੱਥੇ ਜੀ ਪ੍ਰਮਾਤਮਾ ਰੱਖੇ, ਸਭ ਤੋਂ ਵੱਡੀ ਗੱਲ ਇਹ ਵੀ ਜਿੱਥੇ ਤੁਹਾਨੂੰ ਜਿੱਦੇ ਆਉਣੀ ਆ, ਉਹਨੇ 7 ਦਰਵਾਜਿਆਂ ਦੇ ਅੰਦਰ ਵੀ ਆ ਜਾਣਾ, ਜਦੋਂ ਨਹੀਂ ਆਉਣੀ ਉਹ ਤੁਹਾਨੂੰ ਭਲਾ 50 ਦਰਵਾਜੇ ਲੱਗੇ ਹੋਣ ਤਾਂ ਵੀ ਫ੍ਰੀ ਹੋ ਜਾਓਗੇ। ਬਿਲਕੁਲ, ਬਹੁਤ ਵਧੀਆ ਗੱਲ ਕਹੀ, ਵੈਰੀ ਗੁੱਡ। ਤੁਸੀਂ ਚੰਗਾ ਸੋਚਦੇ ਹੋ, ਚੰਗਾ ਤੁਹਾਡਾ ਦਿਮਾਗ ਪ੍ਰਮਾਤਮਾ ਵਾਲੇ ਪਾਸੇ ਆ, ਕਿਸੇ ਨਾਲ ਈਰਖਾ ਨਹੀਂ, ਕੋਈ ਭਾਵਨਾ ਨਹੀਂ, ਕੁਛ ਨਹੀਂ ਹੋਣ ਲੱਗਿਆ, ਦਿਲ ਰੱਖੋ, ਹੌਸਲਾ ਰੱਖੋ, ਪ੍ਰਮਾਤਮਾ ਦਾ ਨਾਮ ਲਓ, ਤੋਂ ਵੱਡੀ ਕੋਈ ਚੀਜ਼ ਨਹੀਂ ਦੁਨੀਆ। ਵੈਰੀ ਗੁੱਡ, ਵੈਰੀ ਗੁੱਡ, ਥੈਂਕ ਯੂ ਜੀ, ਸਟੇ ਪੋਜ਼ਿਟਿਵ, ਥੈਂਕ ਯੂ। ਪ੍ਰਮਾਤਮਾ ਸਭ ਨੂੰ ਭਲੀ ਕਰੂਗਾ, ਪ੍ਰਮਾਤਮਾ ਬਸ ਨਾਮ ਜਪੋ ਵੱਧ ਤੋਂ ਵੱਧ ਜੀ। ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋ ਮਚ, ਥੈਂਕ ਯੂ ਜੀ। ਓਕੇ ਜੀ, ਓਕੇ ਜੀ, ਓਕੇ, ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਵਿਚਾਰ ਜੀ, ਬਹੁਤ ਪੋਜ਼ਿਟਿਵ ਲੱਗੇ ਨੇ, ਔਰ ਇੱਦਾਂ ਹੀ ਪੋਜ਼ਿਟਿਵ ਹੋਣਾ ਚਾਹੀਦਾ ਸਾਰਿਆਂ ਨੂੰ। ਕ੍ਰਾਂਤੀ ਜਿਹੜੀ ਹੈ ਕਈ ਵਾਰ ਲੱਗਦਾ ਬੰਦਿਆਂ ਦੇ ਅੰਦਰ ਆ ਰਹੀ ਹੈ, ਆਉਣੀ ਜ਼ਰੂਰੀ ਹੈ, ਕੁਛ ਨਹੀਂ ਹੈ ਡਰਨ ਦੀ, ਕੋਈ ਗੱਲ ਨਹੀਂ ਹੈਗੀ। ਜਾਨ ਹੈ ਤੋ ਜਹਾਨ ਹੈ, ਜਾਨ ਤਭੀ ਹੈ ਜੇ ਤੁਸੀਂ ਨਿਡਰ ਹੋ ਕੇ ਜੀ ਰਹੇ ਹੋ। ਜੇ ਕਹਿੰਦੇ ਡਰ ਡਰ ਕੇ ਜੀਣਾ ਤਾਂ ਉਹਨੂੰ ਵੀ ਕੀ ਜੀਣਾ ਕਿਹਾ, ਉਹ ਤੋਂ ਚੰਗਾ ਤਾਂ ਬੰਦਾ ਖਤਮ ਹੀ ਹੋਏ, ਜ਼ਿਆਦਾ ਵਧੀਆ। ਲੈਟਸ ਟੇਕ ਨੈਕਸਟ ਕਾਲ ਜੀ, 0169, ਤੁਸੀਂ ਔਨ ਏਅਰ ਹੋ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਹਾਂਜੀ ਠੀਕ ਠਾਕ, ਤੁਹਾਡਾ ਪ੍ਰੋਗਰਾਮ ਬਹੁਤ ਅੱਛਾ। ਥੈਂਕ ਯੂ ਜੀ। ਗਾਣਾ ਸੁਣਾਉਣਾ ਚਾਹੁੰਦੇ ਹੋ, ਜ਼ਰੂਰ ਸੁਣਾਓ। ਮੇਰੀ ਰਸ਼ਕੇ ਕਮਲ ਮੁਝੇ ਪਹਿਲੀ ਨਜ਼ਰ, ਜਦ ਨਜ਼ਰ ਸੇ ਮਿਲਾਈ ਮਜ਼ਾ ਗਿਆ। ਮੇਰੀ ਰਸ਼ਕੇ ਕਮਲ ਤੂੰਜੇ ਪਹਿਲੀ ਨਜ਼ਰ, ਜਦ ਨਜ਼ਰ ਸੇ ਮਿਲਾਈ ਮਜ਼ਾ ਆ ਗਿਆ। ਬਰਫ਼ੀ ਗਿਰ ਗਈ ਕਾਮ ਹੀ ਕਰ ਗਈ, ਬਰਫ਼ੀ ਗਿਰ ਗਈ ਕਾਮ ਹੀ ਕਰ ਗਈ, ਆਸੀ ਲਗਾਈ ਮਜ਼ਾ ਆ ਗਿਆ। ਮੇਰੇ ਰਸ਼ਕੇ ਕਮਲ, ਮੇਰੇ ਰਸ਼ਕੇ ਕਮਲ ਤੂਨੇ ਪਹਿਲੀ ਨਜ਼ਰ, ਜਬ ਨਜ਼ਰ ਸੇ ਮਿਲਾਈ ਮਜ਼ਾ ਆ ਗਿਆ। ਬੇਹਿਸਾਬਾ ਹੈ ਵੋ ਸਾਹਮਣੇ ਆ ਗਏ, ਬੇਹਿਸਾਬਾ ਹੈ ਵੋ ਸਾਹਮਣੇ ਆ ਗਏ, ਔਰ ਜਵਾਨੀ ਜਵਾਨੀ ਸੇ ਟਕਰਾ ਗਈ, ਔਰ ਜਵਾਨੀ ਜਵਾਨੀ ਸੇ ਟਕਰਾ ਗਈ, ਆਂਖ ਉਨਕੀ ਲੜੀ ਯੂੰ ਮੇਰੀ ਆਂਖ ਸੇ, ਆਂਖ ਉਨਕੀ ਲੜੀ ਯੂੰ ਮੇਰੀ ਆਂਖ ਸੇ, ਦੇਖ ਕਵੀ ਤੇਰੀ ਮਜ਼ਾ ਆ ਗਿਆ। ਮੇਰੇ ਰਸ਼ਕੇ ਕਮਲ ਤੂਨੇ ਪਹਿਲੀ ਨਜ਼ਰ, ਜਬ ਨਜ਼ਰ ਸੇ ਮਿਲਾਈ ਮਜ਼ਾ ਆ ਗਿਆ। ਆਂਖ ਮੇਤੀ ਹੈ ਹਰ ਮੁਲਾਕਾਤ ਪਰ, ਆਂਖ ਮੇਤੀ ਹੈ ਹਰ ਮੁਲਾਕਾਤ ਪਰ, ਸੁਰਖ ਆਰਜ ਹੋਏ ਬਸਲ ਕੀ ਬਾਤ ਪਰ, ਸੁਰਖ ਆਰਜ ਹੋਏ ਬਸਲ ਕੀ ਬਾਤ ਪਰ, ਉਸਨੇ ਸ਼ਰਮਾ ਕੇ ਮੇਰੇ ਸਵਾਲਾਤ ਪੇ, ਉਸਨੇ ਸ਼ਰਮਾ ਕੇ ਮੇਰੇ ਸਵਾਲਾਤ ਪੇ, ਐਸੇ ਗਰਦਨ ਝੁਕਾਈ ਮਜ਼ਾ ਆ ਗਿਆ। ਮੇਰੇ ਰਸ਼ਕੇ ਕਮਲ,
तूने पहली नजर जब नजर से मिलाई मजा आ गया। बर्फ सी गिर गई काम ही कर गई अब ऐसी लगाई मजा आ गया। मेरे रास्ते काम तूने पहली नजर जब नजर से मिलाई मजा आ गया। बहुत बढ़िया, आपकी आवाज हम तक आई, मजा आ गया। वेरी नाइस, ब्यूटीफुल सॉन्ग और बहुत ही प्यारा तुसी गाया। थैंक यू सो मच फॉर योर कॉल। थैंक यू जी, एंजॉय जी। लेट्स टेक नेक्स्ट कॉल जी। मॉन्ट्रियल वाले आ गए साडे लगदा। पहला ये दसो गुआचे किथे सिगे? ओ पुत्र मैं तो बड़ी बुरी तरह फस गई, मैं कैलिफोर्निया चले गए। तुसी कैलिफोर्निया हॉस्पिटल सारे नु ठीक करन चले गए सी? ਲੱਗਦਾ ਏਦਾਂ ਹੀ ਠੀਕ ਕਰਨੀ ਸਮਝ ਲੈ। ਤੁਸੀਂ ਆਪ ਠੀਕ ਹੋ ਕੇ ਆਏ ਹੋ ਕਿ ਕਰੋਨਾ ਲੈ ਆਏ ਹੋ? ਨਾ 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 ਨਾ, ਤੁਸੀਂ ਤਾਂ ਨਹੀਂ ਮੌਂਟਰੀਅਲ 'ਚ ਕਰੋਨਾ ਲੈ ਕੇ ਆਏ ਨਾ, ਸੱਚੀ ਦੱਸੋ ਕਿੱਥੇ? 2 ਘੰਟੇ 2 ਹਫ਼ਤੇ ਕੈਦ ਤੇਰੇ ਘਰ ਕੱਟ ਕੇ ਆਈ ਹੈ ਟੋਰਾਂਟੋ। ਫਿਰ ਸਾਡੇ ਕੋਲ ਨਹੀਂ ਆਏ, ਇਹ ਤਾਂ ਨਾਰਾਜ਼ਗੀ ਹੋ ਗਈ। ਆ ਹੀ ਨਹੀਂ ਸੀ ਸਕਦੇ ਕਿਉਂ? ਅਸੀਂ ਤੁਹਾਨੂੰ ਮਿਲਣ ਆ ਜਾਂਦੇ ਬਾਰ ਬਾਰ, ਦੂਰਬੀਨ ਲੈ ਕੇ ਦੇਖ ਲੈਂਦੇ। ਉੱਥੇ ਤਾਂ ਡਿਲੀਵਰੀ ਏਦਾਂ ਹੁੰਦੀ ਸੀ ਸਾਡੇ ਫੂਡ ਦੀ ਜਿਵੇਂ ਅਸੀਂ ਕੁੱਤੇ ਅੰਦਰ ਬੰਦ ਕਰੇ। ਅੱਛਾ, ਇੰਨੀ ਜ਼ਿਆਦਾ? ਪਹਿਲਾਂ ਤਾਂ ਟਰੂਡੋ ਜੀ ਨੇ ਕੁਛ ਕੀਤਾ ਨੀ? ਨਾ ਨਾ, ਐਵੇਂ ਤੁਹਾਨੂੰ ਕਹੀਏ? ਨਹੀਂ ਨਹੀਂ, ਪੂਰੀ ਉਹ ਕਰ ਰਹੇ ਆ। ਕਦੋਂ ਆਏ ਤੁਸੀਂ? ਹੁਣ 2 ਹਫ਼ਤੇ ਪਹਿਲਾਂ ਆਏ ਆ। ਅੱਛਾ, 20 ਕੁਛ ਨੂੰ ਆਏ ਆ ਅਸੀਂ, 2 ਹਫ਼ਤੇ ਉੱਥੇ ਰਹੇ ਆ। ਅੱਛਾ, ਤੇ ਫੋਨ ਤੱਕ ਦੀ ਇਨਵੈਸਟੀਗੇਸ਼ਨ ਕੀਤੀ ਹੈ? ਹਾਂਜੀ, ਮੈਂ ਕਿਹਾ ਫੋਨ ਤੱਕ ਚੈੱਕ ਕਰਦੇ ਰਹੇ ਆ? ਉਹਨਾਂ ਨੇ ਘਰ ਤਾਂ ਇੰਟਰਨੈਟ ਹੀ ਨਹੀਂ ਸੀ ਹੈਗਾ, ਕੁਛ ਵੀ ਸਭ ਬੰਦ ਸੀ। ਅੱਛਾ, ਉਹਨਾਂ ਨੂੰ ਫੋਨ ਕੀਤਾ, ਉਹ ਕਹਿੰਦੇ ਅਸੀਂ ਤਾਂ ਨਹੀਂ ਆਉਣਾ ਹੈਗਾ, ਤੁਸੀਂ ਬਾਹਰੋਂ ਆਏ ਆ। ਨਾ ਟੈਲੀਫੋਨ, ਨਾ ਇੰਟਰਨੈਟ, ਨਾ ਟੀਵੀ, ਅਸੀਂ ਤੇ ਬਿਲਕੁਲ ਹੀ ਜੇਲ ਕੱਟ ਕੇ ਆਏ। ਓ ਮਾਈ ਗੋਡ! ਅੱਛਾ, ਸੰਡੇ ਨੂੰ ਆਈ ਆ ਇੱਥੇ। ਅੱਛਾ, ਸੰਡੇ ਨੂੰ ਵਾਪਿਸ ਆਏ? ਮੈਂ ਵੀ ਕਹਾਂ ਕਿੱਥੇ ਚਲੇ ਗਏ? ਨਹੀਂ, ਮੈਂ ਤਾਂ ਪੁੱਤ ਬੜਾ ਬੁਰਾ ਹਾਲ ਹੋਇਆ, ਅਸੀਂ ਤਾਂ ਪਿੱਛੇ ਪਿੱਛੇ ਸਾਡੇ ਕਰੋਨਾ ਅੱਗੇ ਅੱਗੇ। ਚਲੋ, ਤੁਸੀਂ ਬਚ ਕੇ ਸਭ ਠੀਕ ਠਾਕ ਸਹੀ ਸਲਾਮਤ ਘਰ ਪਹੁੰਚ ਗਏ ਹੋ, ਸਾਨੂੰ ਅੱਜ ਤੁਹਾਡੀ ਆਵਾਜ਼ ਸੁਣਨ ਨੂੰ ਮਿਲ ਰਹੀ। ਪਤਾ ਕੀ ਗੱਲ ਹੈ, ਕਾਲੀਆਂ ਮਿਰਚਾਂ ਤੇ ਮਲੱਠੀ ਤੇ ਕਾਲੀ ਮਿਰਚਾਂ ਮਲੱਠੀ ਨੇ ਤਾਂ ਬੜਾ ਕੰਮ ਕੀਤਾ, ਮੈਂ ਤਾਂ ਕੁਦਰਤੀ ਨਾਲ ਲੈ ਕੇ ਚਲੇ ਗਈ। ਅੱਛਾ, ਮੇਰੀ ਆਦਤ ਹੁੰਦੀ, ਮੈਂ 2-4 ਚੀਜ਼ਾਂ ਏਦਾਂ ਦੀਆਂ ਨਾਲ ਲਿਜਾਉਂਦੀ ਹੁੰਦੀ ਟਰੈਵਲਿੰਗ ਵਿੱਚ ਜੀ। ਤੇ 6 ਨੂੰ ਅਸੀਂ ਇੱਥੋਂ ਨਿਕਲੇ ਸੀ ਤੇ 11 ਨੂੰ ਅਸੀਂ ਫਲਾਈਟ ਲੱਤੀ। ਅੱਛਾ, ਅਸੀਂ ਹਾਲੇ ਐਂਟਰ ਕਰਿਆ ਤੇ ਲਾਕਡਾਊਨ ਹੋ ਗਿਆ। ਓ ਨੋ, ਬੈਡ ਲੱਕ ਹੈ, ਬੜਾ ਭੈੜਾ। ਪਿੱਛੇ ਪਿੱਛੇ ਸਾਡੇ ਕਰੋਨਾ ਅੱਗੇ ਅੱਗੇ ਅਸੀਂ। ਉਹ ਮੇਰੇ ਹਸਬੈਂਡ ਕਹਿੰਦੇ, ਚੂਹਿਆਂ ਵਾਂਗੂ ਡਰਦੇ ਹੋ, ਜੇ ਤੁਹਾਡੇ ਤੇ ਲੜਾਈ ਪੈ ਜੇ ਤੇ ਤੁਸੀਂ ਕੀ ਕਰੋਗੇ? ਚਲੋ ਚਲੋ ਜਾਓ, ਜਿੱਥੇ ਜਾਣਾ ਜਿੱਥੇ ਜਾਣਾ ਜਾਓ, ਜਿੱਥੇ ਜਾਣਾ ਘੁੰਮ ਘੁਮਾ ਕੇ। ਤੇ ਆਏ ਅਸੀਂ ਫ੍ਰਾਂਸਿਸਕੋ, ਕੈਲੀਫੋਰਨੀਆ, ਉਹ ਜਿਹੜੀ ਅੱਗੇ ਸਿਟੀ ਹੈਗੀ ਆ ਹੋਰ ਉੱਥੇ। ਐਲੇ ਵੀ ਗਏ ਸੀ, ਲਾਸ ਵੇਗਸ? ਹਾਂਜੀ ਹਾਂਜੀ ਹਾਂ, ਨਹੀਂ ਲਾਸ ਵੇਗਸ ਤਾਂ ਮੈਂ ਕਾਫੀ ਦੇਰ ਪਹਿਲਾਂ ਜਾ ਚੁੱਕੀ ਹਾਂ। ਅੱਛਾ, ਫ੍ਰਾਂਸਿਸਕੋ, ਸਿਆਟ, ਉਹ ਇੱਕ ਹੋਰ ਸਿਟੀ ਉਹਦੇ ਲਾਗੇ ਪੈਂਦੀ ਆ। ਉੱਥੇ 3-4 ਸਿਟੀਆਂ ਸੀਗੀਆਂ, ਸਾਰੀਆਂ ਘੁੰਮ ਘੁਮਾ ਲਈਆਂ, ਪਰ ਆਪਣੀ ਪ੍ਰਿਕਾਸ਼ਨ ਬਹੁਤ ਰੱਖੀ। ਵੈਰੀ ਗੁੱਡ, ਲਾਈਸੋਲ ਦੇ ਨਾਲ ਬਸ ਪੁੱਛੋ ਕੁਛ ਨਾ ਤੁਸੀਂ। ਅੱਛਾ, ਵੈਰੀ ਗੁੱਡ, ਬਾਹਰੋਂ ਕੁਛ ਨੀ ਖਾਂਦਾ, ਜੋ ਵੀ ਲਿਆ ਆਪਣਾ ਲੈ ਲਵਾ ਕੇ ਖਾਂਦੇ ਸੀ। ਵੈਰੀ ਗੁੱਡ। ਤੇ ਫਿਰ ਉੱਥੇ ਕਿਸੇ ਦਾ ਘਰ, ਸਾਡੇ ਰਿਲੇਟਿਵ ਦਾ ਹੀ ਸੀਗਾ ਘਰ, 2 ਘੰਟੇ ਇੱਥੋਂ ਲਾਸ ਏਂਜਲਸ ਤੋਂ। ਅੱਛਾ ਜੀ, ਫਿਰ ਅਸੀਂ ਉੱਥੇ ਮਤਲਬ ਪਿੰਡ ਜਿਹਾ ਸੀਗਾ, ਜਦ ਬਿਲਕੁਲ ਹੀ ਸਾਰਾ ਕੁਛ ਹੀ ਬੰਦ ਹੋ ਗਿਆ, ਬੀਚ ਵਗੈਰਾ ਸਭ ਬੰਦ ਹੋ ਗਏ, ਤਾਂ ਫਿਰ ਉਹਨਾਂ ਦੇ ਘਰ ਰੁਕੇ ਅਸੀਂ। ਅੱਛਾ, ਫਲਾਈਟ ਲਾਈਨ ਦੀ ਕੋਸ਼ਿਸ਼ ਕਰੀ ਬੜੀ, ਇਧਰੋਂ ਵੀ ਮੌਂਟਰੀਅਲ ਵਾਲਿਆਂ ਨੇ ਵੀ ਜ਼ੋਰ ਲਾਇਆ, ਟੋਰਾਂਟੋ ਤੋਂ ਵੀ ਜ਼ੋਰ ਲੱਗਿਆ, ਪਰ ਫਲਾਈਟਾਂ ਮਿਲਦੀਆਂ ਨੀ, ਉਹ ਫੋਨ ਹੀ ਨੀ ਚੱਕਦੇ ਸੀ ਏਅਰ ਕੈਨੇਡਾ ਵਾਲੇ ਜੀ। ਤੇ ਫਿਰ ਕੋਸ਼ਿਸ਼ ਕਰੀ, ਫਿਰ ਉਹ ਕਹਿੰਦੇ ਹੈਸਲ ਤਾਂ ਤੁਹਾਨੂੰ ਉਹੀ ਹੋਣੀ ਆ ਜਿਹੜੀ ਤੁਸੀਂ ਆਪਣੇ ਟਾਈਮ ਤੇ ਆਉਣਾ, ਤੇ ਕਿਉਂ ਨਾ ਤੁਸੀਂ ਪਿੰਡ ਦਾ ਮਜ਼ਾ ਲੈ ਕੇ ਆਓ ਜੀ। ਫਿਰ ਅਸੀਂ ਉੱਥੇ ਹੀ ਰੁਕੇ, ਫਿਰ ਚਲੋ ਵਧੀਆ ਇੰਜੋਏ ਕੀਤਾ, ਪਰ ਸੇਫ ਰਹੇ ਹਨਾ? ਹਾਂ, ਰਹੇ ਸੇਫ, ਅਸੀਂ ਤੇ ਪਲੇਨ ਦੀਆਂ ਸੀਟਾਂ ਵੀ ਸਾਫ਼ ਕਰਕੇ ਬੈਠੇ। ਠੀਕ ਹੈ, ਅਸੀਂ ਤੇ ਮਤਲਬ ਨਾਲ ਦੀ ਨਾਲ, ਮੈਂ ਤਾਂ ਵੱਡਾ ਸਾਰਾ ਪੈਕ ਭਰ ਕੇ ਲੈ ਗਈ ਸੀ ਲਾਈਸੋਲ ਦਾ, ਤੇ ਮੈਂ ਤਾਂ ਹਰ ਜਗ੍ਹਾ ਲਾਈਸੋਲ ਸੀਟ ਯੂਜ ਕੀਤੀ, ਬਾਥਰੂਮ ਵੀ ਗਏ ਉੱਤੇ ਵੀ। ਵੈਰੀ ਗੁੱਡ, ਟੋਰਾਂਟੋ 2 ਹਫ਼ਤੇ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਅੰਦਰ ਰਹਿਣਾ, ਅਸੀਂ 2 ਹਫ਼ਤੇ ਬਾਹਰ ਨੀ ਨਿਕਲੇ।
अच्छा, वेरी गुड। अंदर ही रहे। ते घर दे कोई, तुसी घर च ही रहे अपने हाँ, कोई? घर ही मेरी सिस्टर घर सी, उत्थे असी ओहदे च ही रहे हां। अच्छा, पंज ठीक। जने गए सी, पंजों ही असी नजर बंद सी। हां चलो, पर ये भी एटलीस्ट सीगे कि 4-5 जने इकट्ठे सीगे, टाइम पास हो गया। हाँ, ते जेड़ा खाना डिलीवर करदे सी फोन कर देंदे सी भी तुहानू की चाहिदा, हाँ जी, ਉਹ ਬਕਸਾ ਭਰ ਕੇ ਰੱਖ ਜਾਂਦੇ ਸੀ ਦਰਵਾਜ਼ੇ ਅੱਗੇ ਗਰੋਸਰੀ ਦਾ, ਅਸੀਂ ਚੁੱਕ ਕੇ ਫੇਰ ਲਾਈਸੋਲ ਕਰਨਾ। ਤੇ ਨਹੀਂ, ਜਦੋਂ ਤੁਹਾਨੂੰ ਲੋਕਡਾਊਨ ਕੀਤਾ ਜਦੋਂ, ਤੁਸੀਂ ਕਹਿੰਦੇ 2 ਹਫ਼ਤੇ, ਉਹ ਕਿੰਨੇ ਕੀਤਾ ਫਿਰ ਜਦੋਂ ਤੁਸੀਂ ਟੋਰਾਂਟੋ ਆਏ ਇੱਥੇ? ਜਦੋਂ ਇੱਥੇ ਟੋਰਾਂਟੋ ਆਏ, ਏਅਰਪੋਰਟ ਦੇ ਉੱਤੇ ਤੁਹਾਨੂੰ ਪੇਪਰ ਦੇ ਦਿੰਦੇ ਆ ਨਾ, ਪਹਿਲਾਂ ਤਾਂ ਪੁੱਛਦੇ ਕਿੱਥੋਂ ਆਏ ਹੋ। ਅੱਛਾ, ਜੇ ਅਸੀਂ ਵੀ ਜਿੱਦਾਂ ਹੁਣ ਕੈਨੇਡਾ ਉੱਥੋਂ ਹੀ ਆਏ, USA ਤੋਂ ਸੇਫ ਹੀ ਹੈਗਾ, ਹਾਂਜੀ, ਤੇ ਫਿਰ ਉਹ ਤੁਹਾਨੂੰ ਉਹ ਪੇਪਰ ਦਿੰਦੇ ਹੈਗੇ ਵੀ 2 ਹਫ਼ਤੇ ਤੁਸੀਂ ਘਰ ਤੋਂ ਬਾਹਰ ਨਹੀਂ ਜਾਣਾ। ਅੱਛਾ, ਫਿਰ ਤੁਸੀਂ ਇੱਥੋਂ ਮੋਂਟਰੀਅਲ ਗਏ ਆਪਣੇ ਘਰ, ਤੇ ਫਿਰ ਉੱਥੋਂ ਬਾਹਰ? ਮੋਂਟਰੀਅਲ ਹੈ, ਸੰਡੇ ਨੂੰ ਆਈ ਆ। ਓਕੇ ਓਕੇ ਓਕੇ, ਠੀਕ ਹੈ ਠੀਕ ਹੈ। ਰਸਤੇ 'ਚ ਵੀ ਚੈਕਿੰਗ ਹੋਈ ਆ, ਇਧਰੋਂ ਜਾਂਦੇ ਵਕਤ ਮੇਰਾ ਬੇਟਾ ਗਿਆ, ਚੈਕਿੰਗ ਹੋਈ ਆ। ਅੱਛਾ, ਜਦ ਅਸੀਂ ਵਾਪਸ ਆਏ ਤਾਂ ਫਿਰ ਪੁੱਛਿਆ ਗਿਆ ਬਾਰਡਰ ਦੇ ਉੱਤੇ ਹੀ। ਅੱਛਾ ਚਲੋ, ਦੈਟਸ ਗੁੱਡ। ਕੁਬੈਕ ਦੇ ਬਾਰਡਰ ਤੇ ਫਿਰ ਪੁੱਛਿਆ ਗਿਆ, ਚਲੋ ਦੈਟਸ ਗੁੱਡ, ਰੋਕ ਲਈ ਹੈ ਤੁਹਾਨੂੰ। ਵੈਰੀ ਗੁੱਡ, ਚਲੋ ਅੱਛਾ, ਐਟਲੀਸਟ ਇਹ ਸੇਫਟੀ ਜਿਹੜੀ ਹੈਗੇ ਆ ਕਰ ਤਾਂ ਰਹੇ ਨੇ ਕੁਛ ਨਾ ਕੁਛ ਚੈਕਿੰਗ। ਨਹੀਂ ਨਹੀਂ, ਸੇਫਟੀ ਤਾਂ ਕਰ ਰਹੇ ਹੈਗੇ ਆ ਜੀ, ਵੈਰੀ ਗੁੱਡ। ਆਈ ਮੀਨ ਕਹਿੰਦਾ ਇਹ ਤਾਂ ਜਿਹੜਾ ਸਾਡੇ ਆਪਣੇ ਹੋਇਆ ਨਾ, ਇਹ ਜਿਹੜੇ ਲੋਕ ਫਲੋਰੀਡਾ ਤੋਂ ਬਾਈ ਰੋਡ ਆਏ ਆ, ਹਾਂਜੀ ਹਾਂਜੀ, ਇਹ ਉਹਨਾਂ ਨੇ ਕੀਤਾ ਖਰਾਬ ਹੋਇਆ ਯਾ, ਬਜਾਏ ਘਰ ਆਉਣ ਤੋਂ ਨਾ ਗਰੋਸਰੀ ਲੈਣ ਵੜ ਗਏ ਵੜ ਗਏ ਯਾ, ਬਿਲਕੁਲ ਉਹਨਾਂ ਨੇ ਗੰਦ ਪਾਇਆ, ਉੱਥੋਂ ਜ਼ਿਆਦਾ ਫੈਲ ਅਦਰਵਾਈਜ਼ ਪ੍ਰਿਕਾਸ਼ਨ ਤੇ ਉਹ ਲੈਂਦੇ ਯਾ, ਅਦਰਵਾਈਜ਼ ਕੈਨੇਡਾ ਵਾਸ ਬੈਟਰ, ਸਹੀ ਗੱਲ ਹੋ। ਹਾਂ, ਉਹ ਤਾਂ ਤੁਸੀਂ ਮੰਨੇਗੇ ਨਹੀਂ ਨੀਰੂ, ਜਦੋਂ ਅਸੀਂ ਬਾਹਰ ਨਿਕਲੇ ਨਾ, ਉਹਨਾਂ ਨੇ ਕਲੀਨਿੰਗ ਕਰਨ ਵਾਲੀ ਪੂਰੀ ਟੀਮ ਆ ਗਈ, ਉਹਨਾਂ ਨੇ ਪੂਰਾ ਜਹਾਜ਼ ਕਲੀਨ ਕੀਤਾ। ਵਾਓ, ਵੈਰੀ ਗੁੱਡ। ਹਾਂ ਸੱਚੀ ਮੈਂ ਹੈਰਾਨ ਹੋ ਗਈ ਇਸ ਗੱਲ ਨੂੰ, ਕਮੀ ਕਮੀ ਕਿਧਰੇ ਨਹੀਂ ਹੈਗੀ। ਦੈਟਸ ਗੁੱਡ, ਕਮੀ ਹੈਗੀ ਜਿਸ ਤਰ੍ਹਾਂ ਹੁਣ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਘਰ ਹੀ ਰਹਿਣਾ ਗਾ 2 ਹਫ਼ਤੇ। ਜੀ ਜੀ ਜੀ, ਤੇ ਅਸੀਂ ਬਾਹਰ ਨੀ ਬਿਲਕੁਲ ਵੀ ਨਿਕਲੇ, ਅਸੀਂ ਤੇ ਫਰੰਟ ਡੋਰ ਤੇ ਵੀ ਨਹੀਂ ਗਏ, ਬੈਕ ਯਾਰਡ ਤੇ ਹੀ ਰਹੇ ਹਾਂ। ਤੇ ਕਈ ਲੋਕ ਤਾਂ ਤੁਹਾਨੂੰ ਪਤਾ ਉੱਥੋਂ ਅਗਲੇ ਨੇ ਕਿਹਾ ਤੇ ਉਹਨੂੰ ਪਿੱਛਾ, ਤੇ ਉਹਨਾਂ ਨੇ ਕਰਨਾ ਨੀ ਇੰਨਾ। ਯਾ ਬਿਲਕੁਲ, ਨਹੀਂ ਨਹੀਂ ਚਲੋ, ਬਹੁਤ ਵਧੀਆ, ਤੁਸੀਂ ਉਹਨਾਂ ਨੇ ਕਹਿਣਾ ਨੀ ਮੰਨਿਆ ਤੇ ਗਰੋਸਰੀ ਲੈਣ ਵੜ ਗਏ। ਦੈਟਸ ਰੋਂਗ, ਸਹੀ ਗੱਲ ਹੈ। ਪਰ ਚਲੋ, ਸ਼ੁਕਰ ਹੈ ਤੁਸੀਂ ਠੀਕ ਹੋ, ਸਭ ਵਧੀਆ, ਆ ਗਏ ਵਾਪਸ। ਵਾਪਸ ਆਏ ਆ, ਥੋੜਾ ਜਿਹਾ ਜ਼ੁਕਾਮ ਹੋ ਗਿਆ ਸੀ। ਅੱਛਾ, ਉਹ ਵੀ ਕਿਸੇ ਤੋਂ ਲੱਗਿਆ ਸੀ, ਸਾਨੂੰ ਕੋਈ ਸਾਡੇ ਘਰ ਆ ਗਿਆ ਉੱਥੇ ਉਹਦੇ ਕੋਲ ਲੱਗਿਆ। ਓਕੇ ਓਕੇ, ਅਦਰ ਦੈਨ ਦੈਟ ਬੇਟਾ ਵੀ ਆਰ ਵੈਰੀ ਵੈਰੀ ਗੁੱਡ, ਆਈ ਐਮ ਸੋ ਹੈਪੀ ਟੂ ਹੀਅਰ ਯੋਰ ਵੌਇਸ। ਬਾਕੀ ਮਜ਼ੇ ਦੀ ਇਹ ਗੱਲ ਆ ਵੀ ਜਿਹੜਾ 85 ਸਾਲ ਦਾ ਬੰਦਾ ਸੀ ਉਹ ਘੋੜੇ ਵਰਗਾ ਰਿਹਾ। ਵੈਰੀ ਗੁੱਡ, ਹਾਲੇ ਅਸੀਂ ਥੋੜਾ ਡਾਊਨ ਹੋ ਗਏ ਆ, ਪਰ ਉਹ ਤਾਂ ਤੇਰੇ ਅੰਕਲ ਤਾਂ ਬਿਲਕੁਲ ਠੀਕ ਠਾਕ। ਬਹੁਤ ਵਧੀਆ, ਪਰਮਾਤਮਾ ਨਜ਼ਰ ਤੋਂ ਬਚਾਵੇ ਬੁਰੀ ਨਜ਼ਰ ਤੋਂ, ਇਦਾਂ ਹੀ ਰਹਿਣ, ਠੀਕ ਫਿਟ ਰਹਿਣ। ਧੰਨਵਾਦ, ਓਕੇ, ਥੈਂਕ ਯੂ ਆਂਟੀ ਜੀ, ਮੇਰਾ ਸਮੇਂ ਵੀ ਹੋ ਗਿਆ ਜਾਣ ਦਾ। ਔਰ ਮੈਨੂੰ ਆਵਾਜ਼ ਸੁਣੀ, ਤੇਰੀ ਸ਼ਕਲ ਦੇਖੀ, ਬੜਾ ਅੱਛਾ ਲੱਗਿਆ ਮੈਨੂੰ, ਤੁਹਾਡੀ ਆਵਾਜ਼ ਸੁਣ ਕੇ ਬੜਾ ਵਧੀਆ ਲੱਗਿਆ, ਨੰਬਰ ਹੀ ਦੇਖਿਆ 514। ਤੇਰੀ ਆਵਾਜ਼ ਸੁਣੀ ਬੜਾ ਅੱਛਾ ਲੱਗਿਆ ਮੈਨੂੰ, ਥੈਂਕ ਯੂ। ਸੋ ਸਾਰੇ ਮਿਸ ਕਰਦੇ ਸੀ ਤੁਹਾਨੂੰ। ਨਹੀਂ ਪੁੱਤਰ, ਇਹ ਆਂਦਾ ਹੀ ਹੁੰਦਾ ਕੁਝ, ਇਹ ਲੋਕਾਂ ਨੇ ਹੱਦ ਚੁੱਕੀ ਹੋਈ ਸੀ। ਬਿਲਕੁਲ ਬਿਲਕੁਲ ਯਾਰ, ਜਿਹੜੀ ਲੋਕਾਂ ਨੇ ਮੈਂ ਕਰੀ ਸੀ ਨਾ, ਤੇ ਉਹ ਕੁਦਰਤ ਨੇ ਕਿਹਾ ਦਿਖਾ ਦਿੱਤਾ ਤੁਹਾਨੂੰ ਕਰਦਾ ਠੀਕ। ਮੈਂ ਸਹੀ ਕਹਿ ਰਹੇ ਹੋ, ਬਿਲਕੁਲ ਸਹੀ ਕਹਿ ਰਹੇ ਹੋ, ਹੋ ਜਾਏਗਾ ਠੀਕ, ਟਾਈਮ ਲੱਗੇਗਾ। ਪਹਿਲਾਂ ਵੀ ਤਾਂ ਤਲੇਗ ਆਈ ਸੀ, ਜੀ 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 ਬਿਲਕੁਲ, ਦੁਨੀਆ ਉਜੜ ਗਈ ਸੀ ਬਿਲਕੁਲ ਹੀ, ਜੀ ਜੀ ਬਿਲਕੁਲ। ਇਹ ਜਿਹੜੀ ਮੈਂ ਸੀ ਨਾ, ਇਹ ਮੈਂ ਨਾ ਕਿਤੇ ਤੇ ਟਿਕਾਣੇ ਲੱਗਣਾ ਹੀ ਆ। ਹੁਣ ਦੇਖੋ, ਪੰਜਾਬ ਦੇ ਵਿੱਚ ਪਹਾੜ ਨਜ਼ਰ ਆ ਰਹੇ ਆ ਲੋਕਾਂ ਨੂੰ, ਪਹਾੜ ਦੇ ਵਿੱਚ ਚਿੜੀਆਂ, ਪੰਜਾਬ ਦੇ ਵਿੱਚ ਚਿੜੀਆਂ ਵਾਪਸ ਆ ਗਈਆਂ, ਪੋਲੂਸ਼ਨ ਖਤਮ ਹੋ ਗਿਆ ਇੰਡੀਆ ਦੇ ਵਿੱਚ, ਦਿੱਲੀ ਹੁਣ ਕਿੰਨਾ ਸਾਫ ਲੱਗਦਾ, ਪੋਲੂਸ਼ਨ ਖਤਮ ਹੋ ਗਿਆ, ਪੋਲੂਸ਼ਨ ਕਹਿੰਦੇ ਆਕਾਸ਼ ਨੀਲਾ ਨਜ਼ਰ ਆ ਰਿਹਾ ਸਾਨੂੰ। ਬਿਲਕੁਲ ਸਹੀ ਕਹਿ ਰਹੇ ਹੋ ਯਾਰ, ਤੋ ਇਨਸਾਨ ਅਗਰ ਕੁਛ ਨਹੀਂ ਕਰ ਸਕਦਾ ਨਾ, ਤੋ ਕੁਦਰਤ ਆਪਣੇ ਆਪ ਹੀ ਇਹਨਾਂ ਨੂੰ ਕਰਾ ਦਿੰਦੀ, ਕਰਾ ਰਹੀ ਹੈ, ਸਹੀ ਗੱਲ ਹੈ। ਤੇ ਕੁਦਰਤ ਦਾ ਨਜ਼ਾਰਾ ਹੈ, ਹੁਣ ਇੱਥੇ ਵੀ ਅਸੀਂ ਗਲੀ ਚ ਵਾਕ ਕਰਦੇ ਹਾਂ ਜੀ, ਇਹ 2 ਮੀਟਰ ਦੀ ਦੂਰੀ ਤੇ ਸਾਰੇ ਤੁਰਦੇ, ਦੂਰੋਂ ਤੁਹਾਨੂੰ ਦੇਖ ਕੇ ਪਿੱਛੇ ਹਟ ਜਾਂਦੇ। ਜੀ 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 ਬਿਲਕੁਲ, ਤੋ ਆਪਣਾ ਖਿਆਲ ਰੱਖੋ, ਥੋੜੇ ਜਿਹੇ ਦੇਸੀ ਇਲਾਜ ਵਰਤੋ, ਜਿੱਦਾਂ ਹੁਣ ਕਾਲੀਆਂ ਮਿਰਚਾਂ, ਮਲੱਟੀ ਹੈ, ਲੌਂਗ ਹੈ ਤੁਹਾਡੇ ਕੋਲ, ਅਦਰਕ ਹੀ ਪਾ ਲਓ ਮੂੰਹ ਦੇ ਵਿੱਚ, ਜੀ ਬਿਲਕੁਲ, ਇਹ ਬਹੁਤ ਚੀਜ਼ਾਂ ਫਾਇਦਾ ਬਣਦਾ। ਅਸੀਂ ਇਹਨਾਂ ਨਾਲ ਹੀ ਠੀਕ ਹੋ ਕੇ ਆ ਗਏ। ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ, ਤੁਸੀਂ ਵਾਪਿਸ ਆਏ ਔਰ ਸਾਨੂੰ ਵਧੀਆ ਲੱਗਿਆ ਤੁਹਾਡੀ ਆਵਾਜ਼ ਸੁਣ ਕੇ, ਥੈਂਕ ਯੂ ਥੈਂਕ ਯੂ। ਐਵਰੀਬਾਡੀ ਆਲਸੋ ਯੂ ਨੋ, ਵੈਸੇ ਟ੍ਰਾਈ ਯੋਰ ਬੈਸਟ, ਥੈਂਕ ਯੂ ਸੋ ਮਚ। ਡਰਨਾ ਨਹੀਂ ਹੈ, ਮੌਤ ਤੋਂ ਨਹੀਂ ਡਰਨਾ, ਬਿਲਕੁਲ, ਤੇ ਆਣੀ ਆਪਾਂ ਨੂੰ ਜਦੋਂ ਮਰਜ਼ੀ ਆ ਜਾਵੇ। ਜੀ ਜੀ ਜੀ, ਐਦਾਂ ਹੀ ਆਂਟੀ, ਪੋਜ਼ਿਟਿਵ ਰਹੋ, ਵੈਰੀ ਨਾਈਸ, ਬਹੁਤ ਵਧੀਆ ਲੱਗਿਆ ਗੱਲ ਕਰਕੇ, ਥੈਂਕ ਯੂ ਫਾਰ ਯੋਰ ਕਾਲ, ਥੈਂਕ ਯੂ ਜੀ, ਓਕੇ ਬਾਏ। ਲੈਟਸ ਟੇਕ ਲਾਸਟ 2 ਕਾਲਸ ਜੀ, 9-0-1-1 ਤੁਸੀਂ ਆਨ ਏਅਰ ਹੋ। ਹੈਲੋ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ? ਹਾਂਜੀ ਹਾਂਜੀ, ਕੀ ਹਾਲ ਹੈ? ਸਭਤਾ ਸੁਣਾਣੀ ਹੈ ਤੁਹਾਨੂੰ, ਹਾਂਜੀ ਜ਼ਰੂਰ, ਮੈਂ ਇੱਕ ਸ਼ੇਅਰ ਸੁਣਾਣੀ ਹੈ। ਹਾਂਜੀ, ਐ ਆਸਮਾਨ ਕੇ ਰਾਹੀ ਤੂੰ ਗਵਾ ਰਹਿਣਾ, ਹੂੰ, ਆਸਮਾਨ ਕੇ ਰਾਹੀ ਤੂੰ ਗਵਾ ਰਹਿਣਾ, ਸਮਤਾ ਨਹੀਂ ਹੈ ਕਦ ਸੇ ਇਨ ਆਂਸੂਓਂ ਕਾ ਵਹਿਣਾ, ਵਾਓ, ਅਗਰ ਤੇਰਾ ਗੁਜ਼ਾਰਾ ਹੋ ਸਕੇ ਉਸ ਦੇਸ਼ ਕੀ ਤਰਫ ਸੇ,
कोई तड़फ रहा है इतना उनसे कहना। क्या बात है, वेरी नाइस, वेरी डीप एक्चुअली। एक कविता सुनानी है जी। करन वाले प्यार पुत्तां नूं, करन वाले प्यार पुत्तां नूं धीआं दा सत्कार करो, ए वी रब दी देण वा, खिड़े मथे सत्कार करो। पुत जम्मे ता खुशियां करदे, धी जम्मे ता क्यों है डरदे। बेबे कहंदी पत्थर जम्मिया, बेबे कहंदी पत्थर जम्मिया, प्यो भी सुन के पैर तक कंबिया। कुड़ी मुंडे विच फर्क नहीं कोई, सो सियाणी यार करो। करन वाले प्यार पुत्तां नूं धीआं दा सत्कार करो, किदां देवे लोका रब्बा, किदां देवे लोका रब्बा। डाक्टरी जांच कराउंदे ने, पता लगन ते धी जम पैणी, भुख विच कतल कराउंदे ने। रब नाल मत्था लाण वालिओ, रब नाल मत्था लाण वालिओ, कोई तां सोच विचार करो। करन वालिओ प्यार पुत्तां नूं धीआं दा सत्कार करो, इंसान हवान कहांदे, जो धीआं उत्ते जुल्म कमांदे। महल वाड़ियां कोल ने भावे, रो रो अपना वक्त निभांदे। जन्म लैन दिओ धीआं नूं, जन्म लैन दिओ धीआं नूं, नहीं तां फिर पछताओगे। धीआं ही ना रहियां जग ते, पुत कित्थों लियाओगे। बंद अत्याचार करो, बंद अत्याचार करो, बंद अत्याचार करो। बहुत खूब, बहुत वधिया, वेरी नाइस, ਵਧੀਆ ਜੀ। ਅੱਜ ਮੈਨੂੰ ਲੱਗਦਾ ਡਾਟਰਸ ਵੀਕ ਚੱਲ ਰਿਹਾ, ਦੋ ਤਿੰਨ ਪੋਇਮਸ ਜਿਹੜੀਆਂ ਹੈਗੀਆਂ ਕੁੜੀਆਂ ਤੇ ਸੁਣਨ ਨੂੰ ਮਿਲ ਗਈਆਂ। ਨਿਰੂ ਜੀ, ਨਿਰੂ ਜੀ ਕੋਈ ਜੋਕ ਸੁਣਾਵਾ, ਉਹ ਇੱਕ ਥੋੜਾ ਜਿਹਾ ਹੀ ਆ। ਹਾਂਜੀ ਹਾਂਜੀ ਜ਼ਰੂਰ। ਉਹ ਇੱਕ ਦੋਨੇ ਬੀਰਬਲ ਤਾਂ ਅਕਬਰ ਬੈਠੇ ਸੀ ਦੋਨੇ ਹੀ। ਓਕੇ। ਉਹ ਅਕਬਰ ਬੀਰਬਲ ਨੂੰ ਕਹਿੰਦਾ, ਬੀਰਬਲ ਕੋਈ ਏਦਾਂ ਦੀ ਗੱਲ ਸੁਣਾ ਜਿਹੜੀ ਛੇਤੀ ਖਤਮ ਨਾ ਹੋਵੇ। ਅੱਛਾ। ਉਹ ਕਹਿੰਦੇ, ਅੱਛਾ ਸੁਣਾ ਦਿੰਦਾ ਆ ਫਿਰ ਜੀ। ਉਹ ਕਹਿੰਦੇ, ਕਿਹੜੀ ਆਈ? ਕਹਿੰਦੇ ਸੁਣ ਅਕਬਰ ਸੁਣ। ਉਹ ਕਹਿੰਦੇ, ਚਿੜੀ ਆਈ ਦਾਣਾ ਲੈ ਕੇ ਸੁਰ, 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 ਚਿੜੀ ਆਈ। ਅਸੀਂ ਖਤਮ ਕਰਨ ਵਾਲੀ ਗੱਲ ਕਰਨੀ ਹੈ। ਮੈਂ ਕਿਹਾ ਤੁਸੀਂ ਫੁੱਲ ਲਾਈ ਹੋਈ ਆ। ਆਈ ਨੋ ਅਕਬਰ ਕਹਿੰਦਾ, ਉਹ ਕਹਿੰਦਾ ਤੁਸੀਂ ਆਪੇ ਕਹਿੰਦੇ ਸੀ ਕਿ ਕੋਈ ਖਤਮ ਨਾ ਹੋਵੇ। ਤਾਂ ਕਹਿੰਦਾ, ਅਕਬਰ ਜੀ 100 ਗ੍ਰਾਮ ਦਾਣੇ ਵੀ ਨਹੀਂ ਮੁੱਕੇ ਤਾਂ ਪੂਰਾ ਗੋਦਾਮ ਹੋਆ, ਪੂਰਾ ਗੋਦਾਮ ਪਿਆ। ਠੀਕ ਹੈ ਜੀ, ਵਧੀਆ। ਮੈਂ ਕਿਹਾ ਅਸੀਂ ਖਤਮ ਕਰਨ ਵਾਲੀ ਗੱਲ ਕਰਨੀ, ਸਾਡੀ ਟੀਮ ਸਾਡੇ ਸਾਹਮਣੇ ਖੜੀ ਹੈ ਜੀ। ਠੀਕ ਹੈ ਜੀ, ਥੈਂਕ ਯੂ ਸੋ ਮਚ, ਰੀਅਲੀ ਨਾਈਸ, ਵੈਰੀ, ਆਈ ਰੀਅਲੀ ਇੰਜੋਇਡ ਇਟ, ਥੈਂਕ ਯੂ। ਲੈਟਸ ਟੇਕ ਲਾਸਟ ਕਾਲ ਜੀ, 9085, ਤੁਸੀਂ ਔਨ ਏਅਰ ਹੋ। ਹਾਂਜੀ ਬੇਟੇ, ਮੈਂ ਗੇਲ ਆਂਟੀ ਬੋਲਨੀ ਆ। ਹੈਲੋ ਗੇਲ ਆਂਟੀ ਜੀ, ਕੀ ਹਾਲ ਚਾਲ ਹੈ? ਅੱਜ ਪ੍ਰੀਤ ਤਾਂ ਲੇਟ ਹੋ ਗਈ। ਬਸ ਆ ਰਹੇ ਨੇ ਜੀ, ਮੈਂ ਜਾਣਾ ਤੇ ਉਹਨਾਂ ਨੇ ਆਣਾ ਹੈ। ਅੱਛਾ, ਤੁਹਾਡਾ ਵੀ ਜਾਣ ਦਾ ਥੈਂਕ ਯੂ। ਮੇਰਾ ਜਾਣ ਦਾ ਥੈਂਕ ਯੂ, ਕਿਉਂਕਿ ਮੈਂ ਜਾਊਂਗੀ ਤੇ ਤੁਸੀਂ ਆਉਂਗੇ, ਮੈਂ ਜਾਊਂਗੀ ਤੇ ਤੁਸੀਂ ਆਉਂਗੇ। ਪਰ ਗੇਲ ਆਂਟੀ ਜੀ, ਸਾਡੇ ਵਾਸਤੇ ਕੁਝ ਦੋ ਲਾਈਨਾਂ ਪਿਆਰ ਭਰੀਆਂ ਕੋਈ ਸੁਣਾ ਦਿਓ। ਪਿਆਰ ਭਰੀਆਂ ਮੇਰੀਆਂ ਲਾਈਨਾਂ ਨੇ, ਧੀਆਂ ਜਿੰਨੀਆਂ ਵੀ ਇੱਥੇ ਆਉਂਦੀਆਂ ਨੇ, ਹੋਰ ਸੁਣਨ ਵਾਲੇ ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਰੀ ਦੁਨੀਆਂ ਦਾ ਕਸ਼ਟ ਦੂਰ ਹੋ ਜਾਵੇ, ਬਾਬਾ ਨਾਨਕ ਮਿਹਰ ਕਰੇ। ਬਿਲਕੁਲ, ਤੁਸੀਂ ਸਾਡੀਆਂ ਧੀਆਂ ਵੀ ਖੁਸ਼ ਰਹੋ ਤੇ ਅਸੀਂ ਵੀ ਖੁਸ਼ ਰਹੀਏ, ਤੁਹਾਡੀਆਂ ਗੱਲਾਂ ਬਾਤਾਂ ਸੁਣਨ ਵਾਲੇ, ਵਿਸ਼ੇ ਸੁਣਨ ਵਾਲੇ। ਤੇ ਪੰਡਾ ਸਾਹਿਬ ਦੀ ਬੜੀ ਲੰਬੀ ਉਮਰ ਹੋਵੇ, ਜਿਹਨੇ ਇੰਨਾ ਵੱਡਾ ਉਪਰਾਲਾ ਕੀਤਾ, ਤਾਂ ਆਪਾਂ ਸਾਰੇ ਕਿੱਥੋਂ ਕਿੱਥੋਂ ਰਲ ਗਏ ਆ। ਤੇ ਮੇਰੇ ਆਸ਼ੀਰਵਾਦ ਹੈ, ਸਾਰੇ ਖੁਸ਼ ਰਹੋ, ਆਬਾਦ ਰਹੋ, ਤੇ ਕਰੋਨਾ ਤੋਂ ਬਚੀਏ, ਵਾਹਿਗੁਰੂ ਇਹਨੂੰ ਜਿੱਧਰੋਂ ਲਿਆ ਉਧਰ ਲੈ ਜਾਵੇ। ਵੈਰੀ ਨਾਈਸ, ਥੈਂਕ ਯੂ ਸੋ ਮਚ। ਹੁਣ ਤੁਸੀਂ ਪ੍ਰੀਤ ਜੀ ਨੇ, ਪ੍ਰੀਤੀ ਜੀ ਦੇ ਨਾਲ ਆ ਜਾਣਾ ਤੇ ਅਸੀਂ ਜਾਂਦੇ ਹਾਂ ਤੇ ਫਿਰ ਉਹ ਆਉਂਦੇ ਨੇ। ਠੀਕ ਹੈ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ, ਥੈਂਕ ਯੂ ਜੀ। ਹਾਂ, ਸਮੇਂ ਤਾਂ ਆਈ ਥਿੰਕ ਥੋੜ੍ਹਾ ਜਿਹਾ ਉੱਪਰ ਹੀ ਹੋ ਗਿਆ, ਟੀਮ ਸਾਡੀ ਬਿਲਕੁਲ ਰੈਡੀ ਹੈ ਜੀ, ਪ੍ਰੀਤੀ ਜੀ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਹੋ ਜਾਓ। ਔਰ ਇੱਥੇ ਸਾਨੂੰ ਦਿਓ ਇਜਾਜ਼ਤ, ਪਰਮਾਤਮਾ ਨੇ ਚਾਹਿਆ ਤੇ ਫਿਰ ਮੁਲਾਕਾਤ ਹੋਏਗੀ। ਸਤਿ ਸ਼੍ਰੀ ਅਕਾਲ। ਹੈਲੋ ਐਵਰੀਵਨ, ਮੇਰਾ ਨਾਮ ਹੈਗਾ ਕਿਰਨ ਪੱਟਾ। ਜੇ ਤੁਹਾਨੂੰ ਟੈਲ ਕਰ ਜੋਇਨ ਟੀਵੀ ਨਾਲ ਜੁੜ ਬੈਠੇ ਸਾਡੇ ਸਾਰੇ ਸਰੋਤਿਆਂ ਨੂੰ ਪ੍ਰੀਤੀ ਵੱਲੋਂ ਨਿੱਘੀ ਜਿਹਾ ਦੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਆ ਜੀ ਸਾਰਿਆਂ ਦਾ? ਅੱਜ ਤੁਸੀਂ ਸਾਡੀ ਇੱਕ ਟੀਮ ਹੁਣੇ ਜੀ ਨੀਰੂ ਜੀ ਸ਼ੋਅ ਕਰਕੇ ਗਏ, ਤੁਸੀਂ ਉਹਨਾਂ ਦਾ ਬੜਾ ਸਾਥ ਦਿੱਤਾ ਜੀ, ਥੈਂਕ ਯੂ ਸੋ ਮਚ। ਹੁਣ ਤੁਸੀਂ ਮੇਰੇ ਨਾਲ ਵੀ ਇੱਦਾਂ ਹੀ ਜੁੜੇ ਰਹਿਣਾ, ਆਲਮੋਸਟ ਜੀ 6:30 ਵਜੇ ਤੱਕ, 6:30 ਵਜੇ ਤੱਕ ਤੁਸੀਂ ਮੇਰਾ ਸਾਥ ਦੇਣਾ ਅਤੇ ਆਪਾਂ ਇੱਦਾਂ ਹੀ ਗੱਲਾਂ ਬਾਤਾਂ ਕਰਕੇ ਜਿਵੇਂ ਹਮੇਸ਼ਾ ਕਰਦੇ ਹਾਂ ਜੀ, ਅਤੇ ਉੱਦਾਂ ਹੀ ਆਪਣਾ ਟਾਈਮ ਨਿਕਲ ਜਾਣਾ ਜੀ। ਅਤੇ ਗਿੱਲ ਆਂਟੀ ਵੀ ਆਉਣਗੇ ਅਰਾਊਂਡ 5:30-6 ਵਜੇ ਤੱਕ। ਆਂਟੀ ਜੀ ਆਲਰੇਡੀ ਮੈਂ ਬਿਹਾਈ ਨਾ, ਤੁਹਾਨੂੰ ਪਤਾ ਹੀ ਹੈ, ਤੁਸੀਂ ਉਹ ਹਿਸਾਬ ਨਾਲ ਹੀ ਕਾਲ ਕਰਿਓ ਪਲੀਜ਼। ਅਤੇ ਤੁਸੀਂ ਜੀ ਹਮੇਸ਼ਾ ਦੀ ਤਰ੍ਹਾਂ, ਤੁਹਾਨੂੰ ਪਤਾ ਆਪਣੇ ਸਟੂਡੀਓ 'ਚ ਕਿਸ ਤਰ੍ਹਾਂ ਕਾਲ ਕਰਨੀ ਆ, 1905-405-0002 'ਤੇ ਕਾਲ ਕਰਕੇ ਆਪਣੀ ਸਾਂਝ ਅੱਜ ਦੀ ਸਰਜਰੀ ਸਵੇਰ ਦੇ ਵਿੱਚ ਪ੍ਰੀਤੀ ਦੇ ਨਾਲ ਜ਼ਰੂਰ ਪਾਇਓ ਜੀ, ਹਮੇਸ਼ਾ ਹੀ ਪਾਉਂਦੇ ਹੋ। ਚਲੋ ਅੱਜ ਫਿਰ ਵੀ ਮੇਰਾ ਕਹਿਣਾ ਫਰਜ਼ ਆ, ਅਤੇ ਤੁਸੀਂ ਭੁੱਲ ਨਾ ਜਾਇਓ, ਮੈਨੂੰ ਹੁੰਦਾ ਹੀ ਯਾਦ ਕਰਾ ਦਾਂ, ਮੇਰੇ ਸਰੋਤੇ ਭੁੱਲ ਨਾ ਜਾਣ ਕਿ ਅਸੀਂ ਨੰਬਰ 'ਤੇ ਕਾਲ ਕਰਨੀ ਆ, ਪ੍ਰੀਤੀ ਆ ਗਈ ਆ, ਪ੍ਰੀਤੀ ਨਾਲ ਆਪਾਂ ਗੱਲਾਂ ਕਰਨੀਆਂ ਜੀ ਆਲਮੋਸਟ 6:30-7 ਵਜੇ ਤੱਕ। ਅਤੇ ਹੋਰ ਸੁਣਾਓ ਜੀ, ਕੀ ਹਾਲ ਚਾਲ ਆ ਜੀ ਸਾਰਿਆਂ ਦਾ? ਘਰੇ ਆ ਜੀ, ਸੇਫ ਹਾਂ,
ਸਭ ਤੋਂ ਵੱਡੀ ਹੈ। ਕਹਿੰਦੇ ਜੀ ਜਿਵੇਂ ਜਾਣਾ ਤਾਂ ਜਹਾਨ ਆ, ਘਰੇ ਰਹੋ, ਸੇਫ ਰਹੋ, ਅਤੇ ਜਿਵੇਂ ਜਿੰਨਾ ਕੁ ਤੁਹਾਨੂੰ ਲੱਗਦਾ ਕਿ ਜੇ ਬਾਹਰ ਜਾਏ ਬਿਨਾਂ ਸਰਦਾ ਹੈਗਾ ਤੁਹਾਡਾ ਕੋਈ ਨਹੀਂ ਜ਼ਰੂਰਤ ਤਾਂ ਨਾ ਜਾਓ, ਘਰੇ ਰਹੋ, ਆਪਣਾ ਫੈਮਿਲੀ ਦੇ ਨਾਲ, ਬੱਚਿਆਂ ਦੇ ਨਾਲ, ਆਪਣੇ ਜੋ ਵੀ ਤੁਹਾਡੇ, ਮੈਂ ਪਿਛਲੀ ਵਾਰੀ ਵੀ ਇਹੀ ਗੱਲ ਕਹੀ ਸੀ ਕਿ ਜੋ ਤੁਸੀਂ ਆਪਣੇ ਬੜੇ ਟਾਸਕ ਹੁੰਦੇ ਘਰ 'ਚ, ਆਪਣੇ ਕੰਮ ਨਹੀਂ ਮੁੱਕਦੇ ਹੁੰਦੇ, ਜਿਵੇਂ ਆਪਾਂ ਨੂੰ ਲੇਡੀਜ਼ ਨੂੰ ਸਪੈਸ਼ਲੀ ਹੁੰਦਾ ਨਾ, ਕਹਿੰਦੇ ਹਨ ਸੁੱਤਿਆਂ ਪਿਆਂ ਨੂੰ ਵੀ ਕੰਮ ਚੇਤੇ ਆਉਂਦੇ ਰਹਿੰਦੇ ਕਿ ਉੱਠ ਕੇ ਆਹ ਕਰਨਾ ਆਹ ਕਰਨਾ, ਉਹੀ ਗੱਲ ਆ, ਘਰਾਂ 'ਚ ਬੜੇ ਕੰਮ ਹੁੰਦੇ ਆ ਜੀ, ਕੋਈ ਗੱਲ ਨਹੀਂ, ਲੱਗੇ ਰਹੋ, ਜਿਵੇਂ ਵੀ ਤਾਂ ਘਰ ਦੀਆਂ ਸਫਾਈਆਂ ਬੜਾ ਕੁਛ ਹੁੰਦਾ, ਯੂ ਨੋ, ਮੈਨੂੰ ਕਹਿਣ ਦੀ ਲੋੜ ਹੀ ਨਹੀਂ, ਤੁਸੀਂ ਵੀ ਸਾਰੇ, ਆਪਾਂ ਸਾਰਿਆਂ ਨੂੰ ਪਤਾ ਹੀ ਹੁੰਦਾ ਕਿ ਘਰਾਂ 'ਚ ਆਪਣੀਆਂ ਸਪੈਸ਼ਲੀ ਵੂਮੈਨਸ ਲਈ, ਲੇਡੀਜ਼ ਲਈ, ਮੰਮੀਆਂ ਲਈ ਕਿੰਨੇ ਕੰਮ ਹੁੰਦੇ ਆ। ਚਲੋ ਜੀ, ਆਪਣੇ ਆਲਮੋਸਟ ਸਾਰੀਆਂ ਲਾਈਨਾਂ ਆਲਮੋਸਟ ਹੋ ਗਈਆਂ ਜੀ ਲਾਈਨ ਅਪ, ਤੁਸੀਂ ਵੀ ਇੱਦਾਂ ਹੀ ਜੇ ਤੁਹਾਡਾ ਇਹ ਨਾ ਪੈਨਿਕ ਨਾ ਹੋਇਆ ਕਰੋ, ਕਈ ਵਾਰ ਤੁਹਾਨੂੰ ਹੁੰਦਾ ਕਿ ਸਾਡਾ ਫੋਨ ਨਹੀਂ ਮਿਲਦਾ, ਹੈ ਨਾ, ਤੁਸੀਂ ਨਾ 2 ਕੁ ਮਿੰਟ ਬਾਅਦ ਫਿਰ ਟਰਾਈ ਕਰ ਲਿਆ ਕਰੋ, ਕਈ ਵਾਰੀ ਲਾਈਨਾਂ ਬਿਜ਼ੀ ਹੁੰਦੀਆਂ ਅਤੇ ਫਿਰ ਤੁਹਾਡੀ ਲਾਈਨ ਜਦੋਂ ਇੱਕ ਲਾਈਨ ਮੈਂ ਗੱਲ ਕਰਕੇ ਰੱਖ ਦੇਣੀ ਜਾਂ ਡਰੋਪ ਹੁੰਦੀ ਹੈ, ਫਿਰ ਤੁਹਾਡੀ ਲਾਈਨ ਕਿਊ 'ਚ ਲੱਗ ਜਾਂਦੀ ਸੀ, ਤੁਹਾਡੀ ਲਾਈਨ ਮਿਲ ਸਕਦੀ ਹੈ, ਠੀਕ ਹੈ ਜੀ, ਪਰ ਕੀਪ ਡਰਾਇੰਗ, ਕੀਪ ਡਰਾਇੰਗ। ਹੋਰ ਸੁਣਾਓ ਜੀ, ਮੈਂ ਤੁਹਾਨੂੰ ਅੱਜ ਬੜਾ ਪੁਰਾਣਾ ਜਿਹਾ ਗਾਣਾ ਸੁਣਾਉਂਗੀ, ਤੁਸੀਂ ਜਿਹੜੀ ਆਪਣੇ ਪ੍ਰੋਗਰਾਮ ਦਾ ਟ੍ਰੈਡੀਸ਼ਨ ਉਹੀ ਹੈ, ਮੈਂ ਤੁਹਾਨੂੰ ਥੋੜ੍ਹੀਆਂ 2-4 ਲਾਈਨਾਂ ਗਾ ਕੇ ਸੁਣਾ ਕੇ, ਅਤੇ ਤੁਸੀਂ ਫਿਰ ਜੀ ਉਹ ਆਪਣੇ ਪ੍ਰੋਗਰਾਮ ਨੂੰ, ਉਹ ਗਾਣੇ ਨੂੰ ਜੇ ਤੁਹਾਨੂੰ ਪੂਰਾ ਆਉਂਦਾ ਹੋਇਆ ਅੱਗੇ ਤੁਸੀਂ ਪੂਰਾ ਕਰ ਦਿਓ ਜੀ, ਨਹੀਂ ਤਾਂ ਫਿਰ ਆਪਾਂ ਅੱਗੇ ਜਾ ਕੇ ਕਰਾਂਗੇ। ਅਤੇ ਤੁਸੀਂ ਜੀ, ਤੁਹਾਨੂੰ ਪਤਾ ਆਪਣੀ ਫੀਸ ਉਹੀ, ਜੋ ਵੀ ਤੁਹਾਨੂੰ ਆਉਂਦਾ, ਤੁਸੀਂ ਕੁਝ ਪੁੱਛਣਾ ਦੱਸਣਾ, ਨਹੀਂ ਵੀ ਪੁੱਛਣਾ ਦੱਸਣਾ, ਤੁਸੀਂ ਮੋਸਟ ਵੈਲਕਮ, ਆਪਣੀ ਏਅਰ 'ਤੇ ਆਇਆ ਕਰੋ, ਆਪਾਂ ਨੂੰ ਕੋਈ ਬੋਲੀ, ਗੀਤ, ਬੁਝਾਰਤ, ਚੁਟਕਲਾ, ਜੋ ਵੀ ਤੁਹਾਨੂੰ ਆਉਂਦਾ ਉਹ ਸੁਣਾਇਆ ਕਰੋ, ਸੁਣਾਉਂਦੀ ਹਮੇਸ਼ਾ ਵੀ ਅਤੇ ਅੱਜ ਵੀ ਸੁਣਾਇਓ ਜੀ। ਅਤੇ ਚਲੋ ਜੀ, ਲਓ ਆਪਣੇ ਚਾਹ ਦੇ ਕੱਪ, ਵੈਸੇ ਚਾਹ ਦਾ ਟਾਈਮ ਤਾਂ ਓਵਰ ਹੋ ਗਿਆ, ਕੋਈ ਨਹੀਂ, ਅੱਜ 2-2 ਪੀ ਰਹੇ, ਇੱਕ ਹੋਰ ਪੀ ਲਓ, ਚਾਹ ਦਾ ਕੱਪ ਚੱਕੋ, ਚਾਹ ਦੇ ਨਾਲ ਜੋ ਵੀ ਤੁਸੀਂ ਖਾਂਦੇ ਆ ਆ ਜਾਓ ਅਤੇ ਦਿਓ ਪ੍ਰੀਤੀ ਦਾ ਸਾਥ ਆਲਮੋਸਟ 6:30-7 ਤੱਕ, ਠੀਕ ਹੈ ਜੀ, ਆ ਜਾਓ। ਵੈਸੇ ਮੈਂ ਕਈ ਕਈ ਸੋਚਦੀ ਹੁੰਦੀ ਹਾਂ ਜੇ ਚਾਹ ਨਾ ਹੋਵੇ ਤਾਂ ਕੀ ਹਾਲ ਹੋਵੇ, ਮੈਂ ਤਾਂ ਸੱਚੀ ਗੱਲ, ਮੈਂ ਤਾਂ ਪੱਕੀ ਅਮਲੀ ਹਾਂ, ਚਾਹ ਬਿਨਾਂ ਮੇਰਾ ਗੁਜ਼ਾਰਾ ਨਹੀਂ। ਕਈ ਲੋਕ ਕਹਿਣਗੇ ਅਸੀਂ ਚਾਹ ਨਹੀਂ ਜੀ ਪੀਂਦੇ, ਬਈ ਮੈਂ ਹੈਰਾਨ ਵੀ ਤੁਸੀਂ ਕਿਉਂ ਨਹੀਂ ਪੀਂਦੇ, ਚੱਲ ਜੇ ਨਹੀਂ ਵੀ ਪੀਂਦੇ ਕਿਵੇਂ ਸਾਰ ਲੈਂਦੇ ਆ, ਮੇਰੇ ਤਾਂ ਨਹੀਂ ਸਰਦਾ। ਚਾਹ ਤਾਂ ਜ਼ਰੂਰੀ ਆ, ਜਿਵੇਂ ਕਹਿ ਲਓ ਕਿ ਪੈਟਰੋਲ ਆਪਣੇ, ਐਨਰਜੀ ਡਰਿੰਕ ਆਪਣਾ, ਇਹ ਜਿਹੜੀ ਚਾਹ, ਇਹ ਚਾਹ ਬਿਨਾਂ ਗੁਜ਼ਾਰਾ ਕਰਨਾ ਉਹ ਮੇਰੇ ਲਈ ਤਾਂ ਨਾਮੁਮਕਿਨ ਆ, ਬਿਲਕੁਲ ਵੀ ਨਹੀਂ ਹੋ ਸਕਦਾ। ਚਲੋ ਜੀ, ਕੋਈ ਗੱਲ ਨਹੀਂ, ਹਰ ਇੱਕ ਦੀ ਆਪਣੀ ਆਪਣੀ ਨੇਚਰ ਆ, ਆਪਣਾ ਆਪਣਾ ਹੁੰਦਾ ਸਿਸਟਮ, ਕਈਆਂ ਨੇ ਸ਼ੁਰੂ ਤੋਂ ਚਾਹ ਪੀਤੀ ਨਹੀਂ ਹੁੰਦੀ, ਹੈ ਨਾ, ਕਈ ਜਾਂ ਥੋੜ੍ਹੀ ਕਰ ਲੈਂਦੇ ਆ, ਜਦੋਂ ਕਹਿੰਦੇ ਹੁੰਦੇ ਡਾਕਟਰ ਕਹਿੰਦੇ ਨਹੀਂ ਜੀ ਚਾਹ ਨਹੀਂ ਪੀਣੀ, ਫਿਰ ਮਜਬੂਰੀ ਲਈ ਵੀ ਛੱਡਣੀ ਪੈਂਦੀ ਹੈ, ਪਰ ਮੈਂ ਤਾਂ ਫਿਰ ਵੀ ਕਹਿੰਦੀ ਹਾਂ ਕਿ ਨਹੀਂ, ਭਾਵੇਂ ਥੋੜ੍ਹੀ ਦੇ ਦਿਉ, ਜੇ 4 ਕੱਪ ਪੀਂਦੇ ਆ ਤਾਂ 3 'ਤੇ ਆ ਜਾਓ, 2 'ਤੇ ਆ ਜਾਓ, ਪਰ ਚਾਹ ਛੱਡਣੀ ਮੇਰੇ ਲਈ ਤਾਂ ਇੰਪੋਸੀਬਲ ਆ। ਚਲੋ ਜੀ, ਸਾਰੇ ਮੇਰੇ ਵਰਗੇ ਨਹੀਂ, ਆਪਣੀ ਆਪਣੀ ਚੋਇਸ, ਆਪਣਾ ਆਪਣਾ ਖਿਆਲ ਆ, ਮੈਂ ਹਮੇਸ਼ਾ ਹੀ ਕਹਿੰਦੀ ਮੇਰੇ ਨਾਲ ਸਹਿਮਤ ਹੋਣਾ ਜਾਂ ਨਹੀਂ ਹੋਣਾ ਜ਼ਰੂਰੀ ਨਹੀਂ। ਚਲੋ ਜੀ, ਠੀਕ ਹੈ ਜੀ, ਅੱਜ ਮੈਂ ਤੁਹਾਨੂੰ ਬੜਾ ਪੁਰਾਣਾ ਜਿਹਾ ਗਾਣਾ ਸੁਣਾਉਣੀ ਆ ਥੋੜ੍ਹਾ ਜਿਹਾ, ਅਤੇ ਤੁਸੀਂ ਫਿਰ ਉਹ ਗਾਣੇ ਨੂੰ ਜੇ ਤਾਂ ਤੁਹਾਨੂੰ ਆਉਂਦਾ ਹੋਇਆ ਤਾਂ ਪੂਰਾ ਕਰ ਦਿਓ, ਨਹੀਂ ਤਾਂ ਫਿਰ ਬੜੇ ਸਾਡੇ ਟੈਲੈਂਟਡ ਸਰੋਤੇ ਆ ਜੀ, ਉਹ ਪੂਰਾ ਕਰ ਦੇਣਗੇ। ਗਾਣਾ ਬੜਾ ਸੋਹਣਾ ਹੈ, ਬੜਾ ਪਿਆਰਾ ਗਾਣਾ, ਬਹੁਤ ਪੁਰਾਣਾ ਹੈ ਪਰ ਫਿਰ ਵੀ ਸੋਹਣਾ ਹੈ। ਠੀਕ ਹੈ ਜੀ, ਮੈਂ ਤੁਹਾਨੂੰ 4 ਲਾਈਨਾਂ ਸੁਣਾ ਕੇ ਆਪਾਂ ਆਪਣੇ ਪ੍ਰੋਗਰਾਮ ਦੀ ਅੱਜ ਕਰਦੇ ਹਾਂ ਸ਼ੁਰੂਆਤ ਜੀ। ਸਜੀਤ ਸਵੇਰ ਦੀ 1905-405-0002, 1904-405-0002 'ਤੇ ਕਾਲ ਕਰਕੇ ਆਪਣੀ ਸਾਂਝ ਸਜੀਤ ਸਵੇਰ ਦੇ ਵਿੱਚ ਪ੍ਰੀਤੀ ਦੇ ਨਾਲ ਪਾਉਂਦੇ ਰਹੋ ਜੀ। ਠੀਕ ਹੈ ਜੀ, ਆ ਜਾਓ ਜੀ, ਲਾਈਨ ਆਲਮੋਸਟ ਫਲੈਸ਼ ਹੀ ਹੋ ਗਈ ਹੈ ਜੀ ਮੇਰੀਆਂ, ਅਤੇ ਮੈਂ ਤੁਹਾਨੂੰ ਗਾਣਾ ਸੁਣਾਉਣੀ ਹਾਂ। ਸਾਨੂੰ ਨਹਿਰ ਵਾਲੇ ਪੁੱਲ 'ਤੇ ਬੁਲਾ ਕੇ, ਸਾਨੂੰ ਨਹਿਰ ਵਾਲੇ ਪੁੱਲ 'ਤੇ ਬੁਲਾ ਕੇ, ਖੋਰੇ ਮਾਹੀ ਕਿੱਥੇ ਰਹਿ ਗਿਆ। ਸਾਨੂੰ ਨਹਿਰ ਵਾਲੇ ਪੁੱਲ 'ਤੇ ਬੁਲਾ ਕੇ, ਸਾਨੂੰ ਨਹਿਰ ਵਾਲੇ ਪੁੱਲ 'ਤੇ ਬੁਲਾ ਕੇ, ਖੋਰੇ ਮਾਹੀ ਕਿੱਥੇ ਰਹਿ ਗਿਆ। ਸਾਡੀ ਅੱਖੀਆਂ 'ਚੋਂ ਨੀਂਦਰਾ ਉਡਾ ਕੇ, ਸਾਡੀ ਅੱਖੀਆਂ 'ਚੋਂ ਨੀਂਦਰਾ ਉਡਾ ਕੇ, ਖੋਰੇ ਮਾਹੀ ਕਿੱਥੇ ਰਹਿ ਗਿਆ। ਸਾਨੂੰ ਨਹਿਰ ਵਾਲੇ ਪੁੱਲ 'ਤੇ ਬੁਲਾ ਕੇ, ਉੜਦਾ ਜਾਵੇ ਮੇਰਾ ਮਲ ਮਲ ਦਾ, ਉੜਦਾ ਦੁਪੱਟਾ ਮੇਰਾ ਮਲ ਮਲ ਦਾ, ਦਿਲ ਉੱਤੇ ਜ਼ੋਰ ਚੰਨਾ ਨਹੀਂ ਉਹ ਚੱਲਦਾ। ਉੜਦਾ ਦੁਪੱਟਾ ਮੇਰਾ ਮਲ ਮਲ ਦਾ, ਦਿਲ ਉੱਤੇ ਜ਼ੋਰ ਚੰਨਾ ਨਹੀਂ ਉਹ ਚੱਲਦਾ। ਸਾਨੂੰ ਨਹਿਰ ਵਾਲੇ ਪੁੱਲ 'ਤੇ ਬੁਲਾ ਕੇ, ਸਾਡੇ ਪੈਰਾਂ ਵਿੱਚ ਬੇੜੀਆਂ ਪਾ ਕੇ, ਖੋਰੇ ਮਾਹੀ ਕਿੱਥੇ ਰਹਿ ਗਿਆ। ਸਾਨੂੰ ਨਹਿਰ ਵਾਲੇ ਪੁੱਲ 'ਤੇ ਬੁਲਾ ਕੇ। ਚਲੋ ਜੀ, ਇਹ ਗਾਣਾ ਨੂਰ ਜਹਾਂ ਦਾ ਜੀ, ਤੁਸੀਂ ਸੁਣਿਆ ਵੀ ਹੋਣਾ, ਸਾਰਿਆਂ ਨੇ ਗਾਇਆ, ਪਰ ਨੂਰ ਜਹਾਂ ਨੇ ਬਿਹਤਰੀਨ ਗਾਇਆ ਜੀ, ਬਹੁਤ ਸੁਣਿਆ। ਚਲੋ ਜੀ, ਹੁਣ ਜੇ ਤੁਸੀਂ ਸੁਣਿਆ ਜ਼ਰੂਰ ਸੁਣਿਆ, ਜੇ ਨਹੀਂ ਸੁਣਿਆ ਤਾਂ ਸੁਣ ਲਿਓ, ਜੇ ਆਉਂਦਾ ਤਾਂ ਸੁਣਾ ਦਿਓ ਜੀ। ਚਲੋ ਜੀ, ਆਪਾਂ ਲੈਣੇ ਫਸਟ ਕਾਲਰ, ਸਵਾਗਤ ਹੈ ਜੀ ਤੁਹਾਡਾ, ਸਤਿ ਸ਼੍ਰੀ ਅਕਾਲ। 0169
ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਜੀ, ਤੁਸੀਂ ਸੁਣਾਓ? ਆਪਾਂ ਵੀ ਬਹੁਤ ਵਧੀਆ ਜੀ, ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਪਰਿਵਾਰ ਕਿਵੇਂ ਆ, ਬੱਚੇ ਹੋਏ ਹੋ, ਸਭ ਠੀਕ ਠਾਕ? ਹਾਂਜੀ ਹਾਂਜੀ, ਸਾਰੇ ਠੀਕ ਠਾਕ। ਹਾਂਜੀ, ਚਲੋ ਜੀ, ਬਾਬਾ ਜੀ ਠੀਕ ਹੀ ਰੱਖੇ, ਜਿੰਨਾ ਚਿਹਰਾ ਆਪਾਂ ਇਸ ਔਖੇ ਟਾਈਮ ਚੋਂ ਨਿਕਲ ਰਹੇ ਹਾਂ ਜੀ। ਹਾਂਜੀ ਹਾਂਜੀ, ਹੋਰ ਸੁਣਾਓ, ਕੀ ਸੁਣਾਓਗੇ ਆਪਾਂ ਨੂੰ? ਹਾਂਜੀ, ਮੈਂ ਪੰਜਾਬੀ ਗਾਣਾ ਸੁਣਾਉਂ ਜੀ। ਜ਼ਰੂਰ ਜ਼ਰੂਰ। ਵਿੱਚ ਬੇੜੇ ਮੈਂ, ਵਿੱਚ ਬੇੜੇ ਮੈਂ ਚਰਖਾ ਦੌਨੀਆਂ, ਦੌਨੀਆਂ ਕੰਧ ਪਿਆਰੇ ਤੇਰੇ ਦੀ ਪੌਣੀਆਂ। ਮੇਰੇ ਚਰਖੇ ਦੀ ਹੋ, ਮੇਰੇ ਚਰਖੇ ਦੀ ਖੂ ਕਰੀ ਕਹਿੰਦੀ ਏ, ਕਹਿੰਦੀ ਏ ਤੰਦ ਪਿਆਰੇ ਤੇਰੇ ਦੀ ਪੈਂਦੀ। ਦੁੱਧ ਰਿੜਕਾ ਤੇ ਚੂੜੀ ਛਨਕੇ ਦੇ, ਦੁੱਧ ਰਿੜਕਾ ਤੇ ਚੂੜੀ ਛਨਕੇ ਵੇ, ਕੱਟ ਪਿਆ ਜਾ ਪਰੋਣਾ ਬਣ ਕੇ ਵੇ, ਕੰਡਾ ਕੱਢ ਲੈ ਦਿਲਾ ਚੋ ਦੂਰੀ ਦਾ, ਤੈਨੂੰ ਛੰਨਾ ਖਵਾਵਾਂ ਚੂਰੀ ਦਾ। ਮੇਰੇ ਚਰਖੇ ਦੀ ਹੋ, ਮੇਰੇ ਚਰਖੇ ਦੀ ਖੂ ਕਰੇ ਕਹਿੰਦੀ ਏ, ਕਹਿੰਦੀ ਏ ਤੰਦ ਪਿਆਰੇ ਤੇਰੇ ਦੀ ਪੈਂਦੀ ਏ। ਮੈਂ ਖੂਈ ਚੋਪਰੇ ਦੀਆਂ ਪਾਣੀ ਵੇ, ਮੈਂ ਖੂਈ ਚੋਪਰੇ ਦੀਆਂ ਪਾਣੀ ਵੇ, ਜਿਸ ਪਾਸੇ ਖਵਾਜਾ ਦਿਲ ਜਾਣੀ ਵੇ। ਮੈਨੂੰ ਪੜਿਆ ਕੜਾ ਚੁਕਾ ਜਾਵੇ, ਦੋ ਮਿੱਠੜੇ ਬੋਲ ਸੁਣਾ ਜਾਵੇ। ਮੇਰੇ ਚਰਖੇ ਦੀ ਹੋ, ਮੇਰੇ ਚਰਖੇ ਦੀ ਖੂ ਕਰੇ ਕਹਿੰਦੀ ਏ, ਕਹਿੰਦੀ ਏ ਤੰਦ ਪਿਆਰੇ ਤੇਰੇ ਦੀ ਪੈਂਦੀ ਏ, ਤੰਦ ਪਿਆਰੇ ਤੇਰੇ ਦੀ ਪੈਂਦੀ ਏ, ਤੰਦ ਪਿਆਰੇ ਤੇਰੇ ਦੀ ਪੈਂਦੀ ਏ। ਸੋ ਬਿਊਟੀਫੁਲ, ਬਹੁਤ ਹੀ ਸੋਹਣਾ ਸੀ ਜੀ, ਮੈਂ ਪਹਿਲੀ ਵਾਰੀ ਸੁਣਿਆ। ਵੈਸੇ ਤੁਹਾਡੀ ਆਵਾਜ਼ ਵੀ ਬਹੁਤ ਪਿਆਰੀ ਹੈ ਜੀ। ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ, 7006 ਤੁਸੀਂ ਏਰਤੇ ਹੋ ਜੀ। ਹੈਲੋ ਅਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਤੁਹਾਡਾ? ਹਾਂ ਠੀਕ ਠਾਕ ਹੈ, ਵਧੀਆ। ਕੀ ਗੱਲ, ਬੜੇ ਦਿਨਾਂ ਬਾਅਦ ਕਾਲ ਕੀਤੀ। ਹੋਰ ਬੱਚਿਆਂ ਚ ਫਿਰ ਬਿਜੀ ਹੋ ਜਾਂਦਾ। ਇੱਕ ਪ੍ਰੀਤੀ, ਮੇਰੀ ਲੱਤ ਬਹੁਤ ਜ਼ਿਆਦਾ ਦੁਖਦੀ ਆ, ਸੱਜੀ ਲੱਤ ਚ ਇੰਨੀਆਂ ਚੀਸਾਂ ਪੈਂਦੀਆਂ ਨੇ, ਬਾਹਲੀ ਜ਼ਿਆਦਾ। ਅੱਛਾ, ਸਾਰੀ ਦੁਖਦੀ ਆ ਹੈ? ਹਾਂਜੀ ਸਾਰੀ, ਤਾਂ ਪਿੱਠ ਤੋਂ ਲੈ ਕੇ ਹੇਠਾਂ ਤੱਕ ਦੁਖਦੀ ਆ। ਚੱਲ ਕੋਈ ਗੱਲ ਨੀ, ਜਦੋਂ ਆਂਟੀ ਆਈ ਨਹੀਂ ਦੁਖਦੀ, ਇੱਕ ਹੀ ਦੁਖਦੀ ਆ। ਅੱਛਾ, ਬਹੁਤ ਕੁਛ ਕਰ ਕਰ ਦੇਖਿਆ, ਭੈਣ ਨੇ ਕਿਹਾ ਸੀਗਾ ਵੀ ਮਿਰਚਾਂ ਖਾਇਆ ਕਰੋ, ਮੈਂ ਬਹੁਤ ਕੁਛ ਕਰ ਕਰ ਦੇਖ ਲਿਆ, ਹੁਣ ਕੋਈ ਹੋਰ ਤਰੀਕਾ ਜੇ ਦੱਸ ਦੇਵੇ ਪਲੀਜ਼ ਜ਼ਰੂਰ ਕਹਿ ਦਿਓ। ਹੈ ਕੋਈ ਗੱਲ ਨੀ, ਹੁਣ ਜਦੋਂ ਆਂਟੀ ਏਰ ਜਾਣਗੇ ਤਾਂ ਆਪਾਂ ਜ਼ਰੂਰ ਪੁੱਛ ਲਾਂਗੇ ਜੇ ਉਹਨਾਂ ਕੋਲੇ ਕੋਈ ਡਿਫਰੈਂਟ ਕੰਮ ਰੈਮਡੀ ਹੋਈ ਤੇ ਇਹਨਾਂ ਦੀ। ਹਾਂਜੀ ਹਾਂਜੀ, ਬਹੁਤ ਜ਼ਿਆਦਾ ਰੁਕਦੀ ਆ, ਹੁਣ ਮੈਂ ਕੀ ਕਰਾਂ, ਮੈਂ ਡਾਕਟਰ ਨੂੰ ਵੀ ਦਿਖਾਈ ਆ। ਹਾਂ ਹਾਂ, ਉਹ ਵੀ ਬਸ ਕਹਿ ਦਿੰਦੇ ਨੇ ਆਹ ਮਸਲ ਟਾਈਟ ਹੋਈ ਹੋਈ ਆ। ਅੱਛਾ, ਮਸਲ ਟਾਈਟ ਹੋਵੇ। ਹਾਂਜੀ, ਉਹ ਮੈਂ ਆਈ ਸੀ ਇੰਡੀਆ ਤੋਂ, ਉਹਦੇ ਕਰਕੇ ਖਾਲੀ ਬੈਠਣ ਕਰਕੇ ਬਸ ਉੱਥੇ ਮੈਂ ਚੰਗੀ ਪਈ, ਤੇ ਉੱਥੋਂ ਆ ਕੇ ਤਾਂ ਮੈਂ ਠੀਕ ਹੀ ਨਹੀਂ ਰਹੀ ਹੈਗੀ। ਅੱਛਾ, ਰਾਹ ਚ ਆਉਂਦੇ ਉਹਨਾਂ ਨੂੰ ਕੁਛ ਹੋ ਗਿਆ ਪਲੇਨ ਚ ਹੀ ਹੈ? ਹਾਂਜੀ, ਪਤਾ ਨਹੀਂ ਖਾਲੀ ਇੱਕ ਪਾਸਾ ਦਬਿਆ ਗਿਆ, ਪਤਾ ਨਹੀਂ, ਮੈਨੂੰ ਸਮਝ ਨਹੀਂ ਆਈ। ਇੱਕ ਇੰਡੀਆ ਵੀ ਸਫ਼ਰ ਦੂਰ ਦਾ ਸੀਗਾ, ਦਿੱਲੀ ਤੋਂ ਪਿੰਡ ਸਾਡਾ ਬਾਬਾ ਦੂਰਾ ਮਰੇਲਕੋਟ ਲਿਓਲੇ ਆ। ਅੱਛਾ ਅੱਛਾ ਅੱਛਾ। ਹਾਂਜੀ, ਉਹ ਵੀ 8-9 ਘੰਟੇ ਹੋ ਗਏ, ਬਾਕੀ 15-16 ਘੰਟੇ ਚ ਹੋ ਗਏ। ਬਥੇਰੀ ਕਰਦੀਆਂ, ਵਾਕ ਕਰਦੀਆਂ, ਤੇ ਦੱਸਿਆ ਸੀ ਤੇਲ ਵੀ ਮਾਲਸ ਕਰਿਆ ਕਰੋ, ਉਹ ਵੀ ਕਰਦੀਆਂ। ਕਈਆਂ ਨੇ ਮੈਨੂੰ ਇੱਥੇ ਟੀਵੀ ਚ ਦੱਸਿਆ ਸੀ, ਕਹਿੰਦੇ ਵੀ ਬੰਨ ਲਿਆ ਕਰੋ ਆਹ ਇਲਾਸਟਿਕ ਜਿਹਾ ਮਾੜਾ ਮੋਟਾ, ਵੀ ਉਹਦੇ ਨਾਲ ਭਾਫ਼ ਜੀ ਨਿਕਲੀ, ਉਹ ਵੀ ਬੰਨਦੀਆਂ ਸਾਰੇ ਮੈਂ ਕਰਕੇ ਦੇਖਿਆ। ਤੁਸੀਂ ਕੋਈ ਗੱਲ ਨੀ, ਆਪਾਂ ਨੂੰ ਕੀ ਸੁਣਾਓਗੇ ਆਪਾਂ ਨੂੰ ਫਿਰ ਅੱਜ? ਜੀ ਇੱਕ ਬੋਲੀ ਸੁਣਾ ਦੇ। ਜੀ ਜੀ, ਜ਼ਰੂਰ ਜ਼ਰੂਰ। ਤੇਰਾ ਸੱਦਿਆ ਆਇਆ ਨਿਕਾਲੇ ਆ ਕੁੰਡਾ ਖੜਕਾਇਆ, ਨੀ ਸੱਸ ਤੇਰੇ ਨੂੰ ਹੋ ਗਈਆਂ ਖਬਰਾਂ, ਚੌਂਕੀਦਾਰ ਸਦਾਇਆ ਨੀ ਚੌਂਕੀਦਾਰ ਨੇ ਸੱਦਿਆ ਦਰਵਾਜੇ,
ਮੇਰਾ ਜੁੜਾ ਪੁਟਵਾਇਆ ਨਾਰ ਵਗਾਨੀ ਨੂੰ, ਹੱਥ ਲਾ ਕੇ ਪਸਤਾਇਆ ਨਾਰ ਵਗਾਨੀ ਨੂੰ, ਹੱਥ ਲਾ ਕੇ ਪਸਤਾਇਆ ਨਾਰ ਵਗਾਨੀ ਨੂੰ। ਵਾਹ ਜੀ ਵਾਹ, ਬਹੁਤ ਵਧੀਆ। ਥੈਂਕ ਯੂ ਬੀਜੀ, ਥੈਂਕ ਯੂ, ਥੈਂਕ ਯੂ। ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ। ਵਿਨੀਪੈਗ 8376 ਤੁਸੀਂ ਏੜਦੇ ਹੋ ਜੀ। ਹਾਂਜੀ ਪ੍ਰੀਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਜੀ? ਠੀਕ ਆ, ਤੁਸੀਂ ਆਪਣਾ ਸੁਣਾਓ? ਆਪਣਾ ਵੀ ਬਹੁਤ ਵਧੀਆ ਜੀ, ਬਹੁਤ ਵਧੀਆ। ਪਰਿਵਾਰ ਕਿਵੇਂ ਆ? ਸਾਰਾ ਠੀਕ ਠਾਕ? ਹਾਂਜੀ ਠੀਕ ਠਾਕ। ਵਧੀਆ, ਘਰੇ ਹੁੰਨੇ ਆ ਕਿ ਬਾਹਰ ਅੰਦਰ ਜਾਂਦੇ ਕੰਮ ਕੁੰਮ ਤੇ? ਨਹੀਂ ਜੀ, ਘਰੇ ਹੀ ਹੁੰਨੇ ਆ। ਚਲ ਕੋਈ ਗੱਲ ਨਹੀਂ, ਕਹਿੰਦੇ ਟਾਈਮ ਐਦਾਂ ਦਾ ਹੀ ਆ, ਘਰੇ ਬਹਿ ਕੇ ਕੱਢੋ ਜਿੰਨਾ ਕੁ ਕੱਢ ਸਕਦੇ ਤੁਸੀਂ, ਹਨਾ? ਆਪਣੇ ਭਲੇ ਵਾਸਤੇ ਹੀ ਆ। ਚਲੋ ਕੋਈ ਗੱਲ ਨੀ, ਹੋਰ ਸੁਣਾਓ ਜੀ, ਕੀ ਸੁਣਾਓਗੇ ਆਪਾਂ? ਅੰਮ੍ਰਿਤ, ਮੈਂ ਪੁੱਛਣਾ, ਮੇਰਾ ਬੇਟਾ ਨਾ ਵੱਡਾ 35-36 ਸਾਲ ਦਾ, ਉਹਨੂੰ ਦੋ ਸਟੱਡ ਪਏ ਹੋਏ ਆ ਉਹਦੇ, ਉਹ ਦਵਾਈ ਤਾਂ ਜਿਹੜੀ ਖਾਂਦਾ ਆ ਹਨਾ, ਮੈਂ ਉਹ ਭੈਣ ਜੀ ਨੂੰ ਪੁੱਛਣਾ ਜਿਹੜੀ ਦਵਾਈ ਦੱਸਦੇ ਭੈਣ ਜੀ ਗਿੱਲ, ਤੇ ਹਾਂਜੀ ਉਹਨਾਂ ਨੂੰ ਇਹ ਪੁੱਛਣਾ ਵੀ ਜਿਹੜੀ ਕੱਪ ਵਾਲੀ ਉਹ ਅਦਰਕ ਲਸਣ ਨਿੰਬੂ ਪਾ ਕੇ ਸ਼ਹਿਦ ਪਾ ਕੇ ਵੀ ਉਹ ਦਵਾਈ ਜੇ ਖਾਵੇ ਫਿਰ ਦਵਾਈ ਉਹ ਖਾਣ ਦੀ ਆਦਤ ਛੱਡ ਸਕਦੇ ਆ ਕਿ ਦਵਾਈ ਖਾਣੀ ਪਊ ਨਾਲ ਹੀ? ਨਹੀਂ, ਤੁਹਾਡਾ ਬੇਟਾ 35 ਸਾਲਾਂ ਦਾ ਤੁਸੀਂ ਕਹਿੰਦੇ ਆ? ਹਾਂਜੀ ਹਾਂਜੀ, 35-36 ਸਾਲ ਦਾ ਹੈ। ਉਹਦੇ ਦੋ ਸਟੰਟ ਪਏ ਹੋਏ ਆਲਰੇਡੀ? ਹਾਂਜੀ ਹਾਂਜੀ, ਨਹੀਂ ਹੁਣ ਪਾਏ ਆ, ਜਦੋਂ ਉਹਨੂੰ ਅਟੈਕ ਦੀ ਸ਼ਿਕਾਇਤ ਵੀ ਹੋ ਗਈ ਸੀ। ਉਹ ਅੱਛਾ ਅੱਛਾ ਅੱਛਾ, ਕੋਈ ਗੱਲ ਨਹੀਂ ਜੀ, ਆਪਾਂ ਆਂਟੀ ਨੂੰ ਪੁੱਛ ਲਵਾਂਗੇ, ਕਿਉਂਕਿ ਮੈਨੂੰ ਇਹਦੇ ਬਾਰੇ ਪਤਾ ਨਹੀਂ, ਕਿਉਂਕਿ ਜਿਵੇਂ ਆਲਰੇਡੀ ਉਹਨਾਂ ਦੇ ਪਏ ਹੋਏ ਸਟੰਟ ਹੈ ਨਾ, ਕਿਉਂਕਿ ਜਿਹੜੀ ਮੈਂ ਕੁਛ ਨਹੀਂ ਕਹਿ ਸਕਦੀ ਇਹਦੇ ਬਾਰੇ, ਆਂਟੀ ਆਉਣਗੇ ਤਾਂ ਆਪਾਂ ਆਂਟੀ ਨੂੰ ਪੁੱਛ ਲਵਾਂਗੇ। ਹਾਂਜੀ ਵੀ ਦਵਾਈ ਇਹ ਜਿਹੜੀ ਆ ਬਣਾਈ ਆ ਕੱਪ ਵਾਲੀ, ਵੀ ਇਹ ਜੇ ਖਾਵੇ ਫਿਰ ਦਵਾਈ ਛੱਡ ਸਕਦੇ ਆ ਕਿ ਨਾਲ ਹੀ ਖਾਣੀ? ਨਹੀਂ, ਤੁਸੀਂ ਇਹ ਦਵਾਈ ਕਿਉਂ ਬਣਾਉਣਾ ਚਾਹੁੰਦੇ? ਉਹਨਾਂ ਨੂੰ ਕੋਈ ਫਿਰ ਪ੍ਰੋਬਲਮ ਆ ਰਹੀ ਆ? ਫਿਰ ਦਵਾਈ ਡਾਕਟਰ ਤਾਂ ਹਲੇ ਦੱਸੀ ਵੀ ਦਵਾਈ ਤਾਂ ਖਾਂਦਾ ਆ ਉਹ, ਦੋ ਗੋਲੀਆਂ ਨੇ ਪਤਾ ਨੀ, ਤੇ ਉਹ ਕਹਿੰਦਾ ਮੰਮੀ ਜੇ ਵੀ ਮੈਂ ਛੱਡਦਾ ਵੀ ਮੈਂ ਫਿਰ ਅੱਗੇ ਅੱਗੇ ਦਵਾਈਆਂ ਜ਼ਿਆਦਾ ਨੁਕਸਾਨ ਕਰਦੀਆਂ, ਗੁਰਦਿਆਂ ਨੂੰ ਨੁਕਸਾਨ ਕਰਦੀਆਂ, ਤਾਂ ਉਹ ਡਰਦਾ ਰਹਿੰਦਾ ਕਹਿੰਦਾ। ਅੱਛਾ ਅੱਛਾ, ਮੈਂ ਪੁੱਛੂਗੀ। ਅੱਛਾ, ਤੁਸੀਂ ਵੈਸੇ ਹੀ ਖਾਣਾ ਚਾਹੁੰਦੇ ਹੋ, ਕੋਈ ਪ੍ਰੋਬਲਮ ਨਹੀਂ ਗੀ? ਨਹੀਂ, ਹੁਣ ਜਾਣੀ ਦੀ ਫਿਰ ਉਹ ਡਾਕਟਰ ਨੇ ਕਿਹਾ ਵੀ ਖਾਣੀ ਪੈਣੀ ਆ ਦਵਾਈ, ਇੱਦਾਂ ਦੱਸੀ ਹੋਈ ਆ ਉਹਨਾਂ ਨੇ। ਅੱਛਾ ਅੱਛਾ, ਡਾਕਟਰ ਨੇ ਰੈਕਮੈਂਡ ਕੀਤੀ, ਕੋਈ ਗੱਲ ਨਹੀਂ, ਆਪਾਂ ਇੱਦਾਂ ਕਰਾਂਗੇ, ਜਦੋਂ ਹੁਣ ਆਂਟੀ ਆਉਣਗੇ ਨਾ, ਆਂਟੀ ਥੋੜ੍ਹੀ ਦੇਰ ਨੂੰ ਆਈ ਜਾਣਗੇ, ਆਂਟੀ ਵੀ ਥੋੜ੍ਹਾ ਬਿਜ਼ੀ ਆ, ਅਤੇ ਆਪਾਂ ਪੁੱਛ ਲਵਾਂਗੇ ਜੇ ਆਂਟੀ ਨੇ ਕਿਹਾ, ਤੁਸੀਂ ਜਿਵੇਂ ਫਿਰ ਤੁਸੀਂ ਜੋ ਤੁਹਾਨੂੰ ਚੰਗਾ ਲੱਗੇ ਫਿਰ ਤੁਸੀਂ ਕਰ ਲਿਓ ਹੈ ਨਾ, ਸੁਣ ਲਿਓ ਆਂਟੀ ਨੂੰ। ਹਾਂਜੀ 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 ਹਾਂਜੀ, ਆਪਾਂ ਨੂੰ ਕੀ ਸੁਣਾਓਗੇ ਜੀ? ਚਲੋ ਸੁਣਾ ਦਿੰਦੇ ਹਾਂ। ਹਾਂ ਜ਼ਰੂਰ ਸੁਣਾਓ, ਆਪਾਂ ਘਰੇ ਬੈਠੇ ਕੁਛ ਨਾ ਕੁਛ ਤਾਂ ਸੁਣਾਓ, ਜੀ ਲੱਗਿਆ ਰਹਿੰਦਾ। ਹਾਂਜੀ ਜੀ ਸੁਣਾਓ। ਬਾਰੀ ਮਹੀਨੇ ਛੁੱਟੀ ਆਇਆ, ਬਾਰੀ ਮਹੀਨੇ ਛੁੱਟੀ ਆਇਆ, ਖਿੜ ਗਈਆਂ ਬਹਾਰਾਂ, ਚੰਨਾ ਵੀ ਮੈਨੂੰ ਸੰਗ ਲੱਗਦੀ, ਕੁੰਡ ਕੱਢ ਕੇ ਸਲੂਟ ਕਿਸੇ ਮਾਰਾ, ਚੰਨਾ ਵੀ ਮੈਨੂੰ ਸੰਗ ਲੱਗਦੀ। ਵਾਹ ਜੀ ਵਾਹ, ਥੈਂਕ ਯੂ ਜੀ, ਥੈਂਕ ਯੂ। ਜਿਵੇਂ ਹੁਣ ਤੁਸੀਂ ਇੱਕ ਮੈਨੂੰ ਇਹਨਾਂ ਨੇ ਸੁਣਾਈ ਨਾ ਬੋਲੀ ਵੀ ਘੁੰਡ ਕੱਢ ਕੇ ਸਲੂਟ ਕਿਵੇਂ ਮਾਰਾ, ਓਬਵੀਅਸਲੀ ਫੌਜੀ ਹੋਣਾ। ਮੈਂ ਤੁਹਾਨੂੰ ਇੱਕ ਚੁਟਕਲਾ ਸੁਣਾਉਂਦੀ ਛੋਟਾ ਜਿਹਾ ਅਗਲੀ ਲਾਈਨ ਲੈਣ ਤੋਂ ਪਹਿਲਾਂ। ਇੱਕ ਵਾਰੀ ਇੱਕ ਫੌਜੀ ਛੁੱਟੀ ਆਉਂਦਾ ਅਤੇ ਜੀ ਉਹ ਮੱਝ ਖਰੀਦ ਲਿਆਉਂਦਾ ਹੈ ਨਾ, ਅਤੇ ਮੱਝ ਇੱਕ ਦਿਨ ਉਹ ਸੰਗਲ ਚੜਾ ਕੇ ਭੱਜ ਗਈ, ਦੌੜ ਗਈ ਹੈ ਨਾ, ਅਤੇ ਫੌਜੀ ਉਹਨੂੰ ਲੱਭ ਕੇ ਲਿਆਇਆ ਵਾਪਸ ਹੈ ਨਾ, ਅਤੇ ਫੌਜੀ ਨੂੰ ਇੰਨਾ ਕੁੱਟਿਆ ਇੰਨਾ ਕੁੱਟਿਆ, ਅਤੇ ਫੌਜੀ ਨੂੰ ਵਿਚਾਰੀ ਉੱਤੇ ਰੌਲਾ ਪਾਵੇ ਵੀ ਨਾ ਕੁੱਟੋ ਨਾ ਕੁੱਟੋ ਜੀ ਨਾ ਕੁੱਟੋ, ਫੌਜੀ ਕਿੱਥੇ ਸੁਣਦਾ, ਅਤੇ ਉਹਨੇ ਬਹੁਤ ਕੁੱਟਿਆ। ਜਦੋਂ ਹੰਭ ਗਏ ਤਾਂ ਉਹ ਕਹਿੰਦੀ ਮੈਂ ਕਹਿ ਰਹੀ ਹਾਂ ਨਾ ਕੁੱਟੋ, ਇਹਨੇ ਦੁੱਧ ਨਹੀਂ ਦੇਣਾ ਹੈ ਨਾ, ਕਹਿੰਦਾ ਦੁੱਧ ਕਿਹੜੇ ਕੰਜਰ ਨੂੰ ਚਾਹੀਦਾ, ਮੈਨੂੰ ਤਾਂ ਡਿਸਿਪਲਨ ਚਾਹੀਦਾ। ਫੌਜੀ ਨੇ ਵੀ ਹੈ ਡਿਸਿਪਲਨ ਵਾਲੀ ਗੱਲ ਆ ਵੀ, ਉਹ ਕਹਿੰਦਾ ਵੀ ਮੈਨੂੰ ਕਹਿੰਦਾ ਦੁੱਧ ਨਹੀਂ ਕਿਸੇ ਕੰਜਰ ਨੂੰ ਚਾਹੀਦਾ, ਮੈਨੂੰ ਤਾਂ ਡਿਸਿਪਲਨ ਚਾਹੀਦਾ। ਮੈਨੂੰ ਆ ਕੇ ਮੈਂ ਤੁਹਾਡਾ ਵੀ ਸ਼ੇਅਰ ਕਰਾਂ, ਤੁਸੀਂ ਵੀ ਥੋੜ੍ਹਾ ਹੱਸ ਲਿਓ। ਸਵਾਗਤ ਹੈ ਜੀ ਤੁਹਾਡਾ, ਸਤਿ ਸ਼੍ਰੀ ਅਕਾਲ। 2395 ਤੁਸੀਂ ਏੜਦੇ ਹੋ ਜੀ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ? ਹਾਂਜੀ ਠੀਕ ਆ, ਤੁਸੀਂ ਕਿੱਦਾਂ? ਆਪਾਂ ਬਹੁਤ ਵਧੀਆ ਜੀ, ਪਰਿਵਾਰ ਕਿਵੇਂ ਠੀਕ ਹੋ? ਹਾਂਜੀ ਹਾਂਜੀ ਸਾਰੇ ਵਧੀਆ। ਚਲੋ ਜੀ, ਬਾਬਾ ਜੀ ਠੀਕ ਹੀ ਰੱਖੇ। ਗਿੱਲ ਆਂਟੀ, ਹਾਂਜੀ ਥੈਂਕ ਯੂ। ਗਿੱਲ ਆਂਟੀ ਨਾ ਮੇਰਾ ਕੁਐਸਚਨ ਆ, ਮੇਰਾ ਬੇਟਾ ਆ 8 ਮੰਥਸ ਦਾ, ਉਹ ਟੀਡਿੰਗ ਕਰ ਰਿਹਾ ਆ, ਤੇ ਜਿੱਦਾਂ ਉਹ ਤੰਗ ਬਹੁਤ ਆ, ਤੇ ਜੇ ਉਹਦੇ ਲਈ ਕੁਛ ਆਂਟੀ ਜੀ ਦੱਸ ਸਕਦੇ ਆ? ਤੁਹਾਡਾ ਬੱਚਾ ਦੰਦ ਕੱਢ ਰਿਹਾ, ਤੰਗ ਬਹੁਤ ਹੈ? ਹਾਂਜੀ। ਵੈਸੇ ਆਂਟੀ ਤੋਂ ਵੀ ਪੁੱਛ ਲਓ, ਮੈਂ ਤੁਹਾਨੂੰ ਇੱਕ ਸੌਖਾ ਦਾ ਤਰੀਕਾ ਦੱਸਦੀ, ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਇਹੀ ਯੂਜ਼ ਕੀਤਾ, ਸਾਡੀ ਮਾਂ ਨੇ ਸਾਡੇ 'ਤੇ ਵੀ ਇਹੀ ਯੂਜ਼ ਕੀਤਾ ਸੀਗਾ। ਜਦੋਂ ਬੱਚਾ ਦੰਦ ਕੱਢ, ਮੈਂ ਜਦੋਂ ਤੁਸੀਂ ਰੋਟੀ ਖਾਂਦੇ ਆ, ਜਿਹੜੀ ਦਾਲ ਸਬਜ਼ੀ ਤੁਸੀਂ ਆਪਾਂ ਮਿਰਚਾਂ ਮੁਰਚਾਂ ਕਈ ਲੋਕ ਘੱਟ ਖਾਂਦੇ ਹੈ ਨਾ, ਉਹ ਤਲੀ ਜਾਂ ਦਾਲ ਦੇ ਨਾਲ ਆਪਣੀ ਉਂਗਲ ਗਿੱਲੀ ਕਰਕੇ ਬੱਚੇ ਦੇ ਬੁੱਟਾਂ 'ਤੇ ਫੇਰ ਦਿਓ, ਸਾਰਿਆਂ 'ਤੇ।
ਓਕੇ ਜੀ ਠੀਕ ਹੈ। ਉਹਦੇ ਨਾਲ ਦੰਦ ਬਹੁਤ ਸੌਖੇ ਤੇ ਈਜ਼ੀ ਨਿਕਲੇ ਤੇ ਇੰਨੀ ਤਕਲੀਫ ਨਹੀਂ ਹੁੰਦੀ। ਸਾਡੀ ਮਦਰ ਨੇ ਸਾਡੇ ਤੇ ਵੀ ਕੀਤਾ ਹੋਣਾ ਤਾਂ ਅਸੀਂ ਆਪਣੇ ਬੱਚਿਆਂ ਤੇ ਕੀਤਾ। ਸ਼ੋਰ ਠੀਕ ਹੈ, ਫਿਰ ਮੈਂ ਇਹ ਵੀ ਟਰਾਈ ਕਰ ਲੂੰਗੀ। ਜ਼ਰੂਰ ਕਰਿਓ ਕਰਿਓ, ਤੇ ਮੈਂ ਆਂਟੀ ਨੂੰ ਵੀ ਪੁੱਛ ਲਊਂਗੀ। ਹਾਂਜੀ ਨਹੀਂ, ਉਹ ਤਾਂ ਇੱਕ ਹੋਰ ਆ, ਮੇਰੀ ਬੇਟੀ ਆ 6 ਸਾਲ ਦੀ ਆ ਉਹ। ਹਾਂ ਹਾਂ, ਤੇ ਉਹਦਾ ਨਾ ਜਿੱਦਾਂ ਨੋਜ਼ ਬਹੁਤ ਸਟਫੀ ਰਹਿੰਦਾ ਹੈ, ਜਿੱਦਾਂ ਰੇਸ਼ਾ ਜੀ ਉਹਦੇ ਨੱਕ 'ਚ ਰਹਿੰਦੀ ਹੋਈ ਆ, ਤੇ ਜੇ ਉਹਦੇ ਲਈ ਵੀ ਆਂਟੀ ਜੀ ਕੁਛ ਦੱਸ ਸਕਦੇ ਆ। ਉਦੋਂ ਮੈਂ ਡਾਕਟਰ ਕੋਲ ਤਾਂ ਦਿਖਾਇਆ, ਬਟ ਉਹਨੂੰ ਫਿਰ ਹੋ ਜਾਂਦਾ ਹੈ ਲਾਈਕ 2 ਮਹੀਨੇ ਬਾਅਦ 'ਚ, ਫਿਰ ਉਹਦਾ ਨੋਜ਼ ਬਹੁਤ ਸਟਫੀ ਜਿਹਾ ਹੋ ਜਾਂਦਾ ਹੈ। ਪਰ ਡਾਕਟਰ ਕੀ ਕਹਿੰਦੇ, ਡਾਕਟਰ ਕੀ ਰੈਕਮੈਂਡ ਕਰਦੇ ਆ? ਉਹ ਕੁਛ ਨਹੀਂ, ਉਹ ਕਹਿੰਦੇ ਸਲਾਈਨ ਜਿਹੜੇ ਬੇਬੀ ਹੁੰਦੀ ਆ ਉਹ ਦੇਈ ਚੱਲੋ ਕਹਿੰਦੇ ਤੁਸੀਂ, ਤੇ ਮੈਂ ਉਹ ਦਿੰਦੀ ਹਾਂ, ਬਟ ਫਿਰ ਵੀ ਮੈਂ ਸੋਚਦੀ ਜੇ ਆਂਟੀ ਜੀ ਕੁਛ ਦੱਸ ਸਕਦੇ ਆ ਤਾਂ ਉਹਦੇ ਵਾਸਤੇ। ਇਹ ਵੀ ਗੱਲ ਸਹੀ ਆ, ਕੋਈ ਗੱਲ ਨਹੀਂ, ਜਦੋਂ ਹੁਣ ਆਂਟੀ ਇਹ ਜਾਣਗੇ ਤਾਂ ਆਂਟੀ ਨੂੰ ਵੀ ਜ਼ਰੂਰ ਪੁੱਛ ਲਾਂਗੇ ਜੇ ਉਹਨਾਂ ਕੋਲੇ ਕੋਈ ਇਹਦੇ ਬਾਰੇ ਹੋਇਆ ਇਲਾਜ, ਹਨਾ, ਜ਼ਰੂਰ, ਵਾਈ ਨਾਟ। ਹਾਂਜੀ ਹਾਂਜੀ, ਚਲੋ ਜੀ, ਦਿਓ ਆਪਣੀ ਫੀਸ ਫਿਰ ਫਟਾਫਟ। ਮੈਨੂੰ ਤਾਂ ਦੀਦੀ ਕੁਛ ਨਹੀਂ ਹੁੰਦਾ, ਇਹ ਤਾਂ ਨਹੀਂ ਹੋ ਸਕਦਾ, ਹੁਣ ਤਾਂ ਕਹੋ ਹੀ ਨਾ, ਘਰੇ ਬੈਠੇ ਨੂੰ ਕੁਛ ਨਾ ਕੁਛ ਤਾਂ ਆ ਹੀ ਜਾਂਦਾ। ਸੁਣਾਓ। ਨਹੀਂ ਦੀਦੀ ਸੋਰੀ, ਸੱਚੀ ਨਹੀਂ ਆਉਂਦਾ। ਤੁਸੀਂ ਬੋਲ ਕਿੱਥੋਂ ਰਹੇ ਵੈਸੇ? ਮੈਂ ਰਜਾਇਨਾ ਤੋਂ ਬੋਲਦੀ ਹਾਂ। ਰਜਾਇਨਾ ਦਾ ਮੌਸਮ ਕਿਵੇਂ, ਸਨੋ ਸਨੋ ਪੈਂਦੀ ਕਿ ਕਿਵੇਂ ਵੈਦਰ? ਨਹੀਂ ਵੈਦਰ ਸਨੋ ਤਾਂ ਨਹੀਂ ਹੈਗੀ, ਬਸ ਠੰਡ ਜੀ ਅਜੇ ਹੈਗੀ, ਵਿੰਡ ਕਾਫੀ ਆ। ਤੇ ਬਸ ਘਰੇ ਹੀ ਜਿੱਦਾਂ ਲੋਕਡਾਊਨ ਜਿਹਾ ਜਿੱਦਾਂ ਸਮਝ ਲਓ। ਮੈਂ ਪਿਛਲੀ ਵਾਰੀ ਇਹ ਕਿਹਾ ਸੀ ਵੀ ਜੇ ਤੁਹਾਨੂੰ ਕੋਈ ਗਾਣ ਪਾਉਣ ਨਹੀਂ ਆਉਂਦਾ ਨਾ, ਕੋਈ ਬਿਊਟੀ ਟਿਪਸ ਦੱਸ ਦਿਆ ਕਰੋ, ਕੋਈ ਹੋਮ ਰੈਮਡੀ ਦੱਸ ਦਿਆ ਕਰੋ, ਕੋਈ ਖਾਣੇ ਦਾ ਕੋਈ ਰੈਸਪੀ ਦੱਸ ਦਿਆ ਕਰੋ, ਇਹ ਵੀ ਦੱਸ ਸਕਦੇ ਤੁਸੀਂ। ਨੈਕਸਟ ਟਾਈਮ ਦੱਸ ਦਿਓ ਯਾਦ ਰੱਖ ਕੇ, ਠੀਕ ਹੈ ਜੀ? ਹਾਂਜੀ ਸ਼ੋਰ, ਥੈਂਕ ਯੂ, ਬਾਏ ਬਾਏ। ਸਵਾਗਤ ਹੈ ਜੀ ਤੁਹਾਡਾ, ਸਤਿ ਸ਼੍ਰੀ ਅਕਾਲ। 9811 ਤੁਸੀਂ ਏੜਦੇ ਹੋ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕਿੱਦਾਂ ਹਾਲ ਚਾਲ ਹੈ ਜੀ? ਬਹੁਤ ਵਧੀਆ, ਆਪਦਾ ਸੁਣਾਓ ਤੁਸੀਂ? ਆਪਣਾ ਵੀ ਬਹੁਤ ਵਧੀਆ, ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਪਰਿਵਾਰ ਕਿਵੇਂ ਆ, ਠੀਕ ਹੋ ਸਾਰੇ? ਹਾਂ ਪਰਿਵਾਰ ਤਾਂ ਠੀਕ ਹੈ, ਬਸ ਅੰਦਰ ਬੈਠੇ ਸਟਕ ਹੋਏ, ਕਿਤੇ ਬਾਹਰ ਨੀ ਨਿਕਲਣਾ ਹੈਗਾ, ਅੰਦਰ ਹੀ ਬੈਠੇ ਆ, ਤੇ ਕਦੇ ਉਧਰਲੇ ਡੋਰ ਖੜ ਜਾਂਦੇ, ਕਦੇ ਉਧਰਲੇ ਡੋਰ ਖੜ ਜਾਂਦੇ ਜਾ ਕੇ। ਚਲੋ ਕੋਈ ਗੱਲ ਨਹੀਂ, ਜਿਹੜੀ ਇਹ ਵੀ ਆਪਣੇ ਭਲੇ ਵਾਸਤੇ ਹੀ ਆ। ਭਲੇ ਵਾਸਤੇ ਹੈਗਾ, ਅਨ ਪ੍ਰੀਤਿਆ ਬਾਹਰ ਨਿਕਲੋ, ਜੀ ਕਰਦਾ ਵੀ ਬਾਹਰ ਘੁੰਮੇ ਜੀ, ਫਿਰ ਡਰ ਲੱਗਦਾ ਵੀ ਬਾਹਰ ਪਤਾ ਨਹੀਂ ਕਿਹੋ ਜਿਹਾ ਕਿਵੇਂ ਹੋਗਾ। ਨਹੀਂ ਨਹੀਂ, ਤੁਸੀਂ ਆਪਣੇ ਸਾਹਮਣੇ, ਆਪਣੇ ਘਰ ਦੇ, ਆਪਣੇ ਬੈਕ ਯਾਰਡ ਚ, ਆਪਣੇ ਫਰੰਟ ਯਾਰਡ ਤੇ, ਆਪਣੇ ਸਾਈਡ ਵਾਕ ਤੇ ਵਾਕ ਤਾਂ ਕਰ ਹੀ ਸਕਦੇ ਆ। ਪਰ ਮੇਕ ਸ਼ੋਰ ਕੇ ਕਿਸੇ ਪਬਲਿਕ ਪਲੇਸ ਜਿਵੇਂ ਆਪਾਂ ਪਾਰਕ ਵਗੈਰਾ, ਪਿੰਗਾਂ ਵਗੈਰਾ ਤੇ ਬੱਚਿਆਂ ਨੂੰ ਉੱਥੇ ਨਹੀਂ ਲੈ ਕੇ ਜਾਣਾ, ਉੱਥੇ ਨਹੀਂ ਜਾਣਾ। ਨਹੀਂ ਨਹੀਂ, ਬੱਚੇ ਤਾਂ ਵੱਡੇ, ਬੱਚੇ ਤਾਂ ਨਹੀਂ ਨਾਲ ਜਾਣੇ ਜਾਂਦੇ, ਉਹ ਵੀ ਜਾਂਦੇ ਜਦੋਂ ਰੋਡ ਤੇ ਵੀ ਜਾਂਦੇ ਆ ਸਾਡੇ ਜਾਣੀ, ਇੱਧਰ ਕਾਫੀ ਜਾਣੀ ਚੀਜ਼ਾਂ ਹੀ ਜਾਂਦੀ ਕਰਕੇ ਉਦੋਂ ਐਂ ਹੁੰਦਾ ਵੀ ਕਿਤੇ ਪਤਾ ਨਹੀਂ ਕਿਸੇ ਨੇ ਥੁੱਕਿਆ ਨਾ ਹੋਵੇ, ਕਿਤੇ ਐਂ ਕੋਲ ਦੀ ਲੰਘਦੇ ਕਰਕੇ ਡਰ ਲੱਗਦਾ ਵੀ, ਕਹਿੰਦੇ ਹੁੰਦੇ ਵੀ ਮਤਲਬ ਜੇ ਖੰਘ ਵੀ ਹੁੰਦੇ ਤੇ ਕਿੰਨੀ ਦੂਰ ਤੇ ਜਾ ਕੇ ਕੀਟਾਣੂ ਹੋ ਜਾਂਦੇ, ਉਹਦੇ ਕਰਕੇ ਬਾਹਰ ਨਹੀਂ ਨਿਕਲ ਜਾਵੇ, ਐਵੇਂ ਬਾਈ ਚਾਂਸ ਕੋਈ ਪ੍ਰੋਬਲਮ ਆ ਜਾਵੇ। ਹਾਂ ਨਹੀਂ ਨਹੀਂ, ਚਲੋ ਕਹਿੰਦੇ ਸੇਫਟੀ ਭਲੀ ਆ ਵੀ ਜਿੰਨਾ ਕੁ ਆਪਣਾ ਕਰ ਸਕਦੇ, ਜੇ ਤੁਹਾਨੂੰ, ਮੈਂ ਤਾਂ ਤਾਂ ਹੀ ਕਿਹਾ ਕਿ ਜੇ ਤੁਹਾਨੂੰ ਲੱਗਦਾ ਕਿ ਘਰੇ ਬਿਲਕੁਲ ਜੀ ਨਹੀਂ ਲੱਗਦਾ ਤਾਂ ਬਾਹਰ ਅੰਦਰ ਗੇੜਾ ਮਾਰ ਲਿਆ ਕਰੋ, ਡਰਾਈਵ ਵਿੱਚ, ਸਾਈਡ ਵਾਕ ਤੇ, ਘਰੇ ਬਥੇਰੇ ਕੰਮ ਹੁੰਦੇ ਸੁੱਖ ਨਾਲ, ਆਪਾਂ ਵਿਹਲੀਆਂ ਨਹੀਂ ਹੁੰਦੀਆਂ। ਘਰੇ ਤਾਂ ਮੁੱਕਦੇ ਹੁਣ, ਬੱਚੇ ਵੀ ਛੁੱਟੀ ਦੇ ਹੋਏ ਵੇ, ਮੇਰੇ ਹਸਬੰਡ ਵੀ ਘਰੇ ਹੁੰਦੇ ਆ, ਉਹਦੇ ਕਰਕੇ ਸਾਰੀ ਦਿਨ ਮੁੱਕਦਾ ਹੀ ਨਹੀਂ ਹੈਗਾ, ਕਦੇ ਉਹ ਕਰ ਲੈ, ਕਦੇ ਉਹ ਕਰ, ਸਾਰੀ ਗਈ ਢੂਹੀ ਦੁਖਣ ਲੱਗ ਜਾਂਦੀ ਹੈ ਸਮਾਂ ਤੇ, ਖਾਣਾ ਹੀ ਨਹੀਂ ਲੋਟ ਆਉਂਦੇ ਹੈਗੇ, ਭਾਂਡੇ ਮਾਂਜ ਮਾਂਜ। ਮੇਰੀ ਬੇਟੀ ਜਦੋਂ ਵੀ ਘਰੇ ਆਊਗੀ, ਮੰਮਾ ਜਦੋਂ ਮੈਂ ਦੇਖਾਂ ਤੂੰ ਸਿੰਕ ਤੇ ਕਾਹਤੋਂ ਖੜੀ ਹੁੰਦੀ, ਮੈਂ ਹੁਣ ਭਰੇ ਹੀ ਰਹਿੰਦਾ, ਮੈਂ ਕੀ ਕਰਾਂ, ਹੋਰ ਫਿਰ ਨਿਬੜਦਾ ਹੀ ਨਹੀਂ ਹੈਗਾ। ਇੰਡੀਆ ਤੇ ਵੀ ਆਪਣਾ ਇਹ ਪ੍ਰੋਗਰਾਮ ਜਾਂਦਾ ਹੁੰਦਾ? ਹਾਂਜੀ ਜਾਂਦਾ, ਇੰਡੀਆ ਮਤਲਬ ਫੋਨ ਤੇ ਹੁੰਦਾ ਜਾਂ ਕੋਈ ਟੀਵੀ ਤੇ? ਟਹਿਲਕਾ ਟੀਵੀ ਤੇ ਵੀ ਆਪਣਾ, ਹਾਂ ਟਹਿਲਕਾ ਪੰਜਾਬੀ ਲੋਕ, ਹੁਣ ਤਾਂ ਹਰ ਘਰ ਘਰ ਇਹ ਡਿਸ਼ ਹੈਗੀ ਆ, ਉੱਥੇ ਪੰਜਾਬੀ ਤੇ ਟਹਿਲਕਾ ਤੇ ਜਾਂਦਾ ਜੀ। ਇੰਡੀਆ ਆਪਣੇ ਕਿਹੜੇ ਦਿਨ ਜਾਂਦਾ ਵਾ? ਜਿਵੇਂ ਇੱਥੇ ਹੋਣਾ ਉਹ ਉਵੇਂ, ਜਿਵੇਂ ਓਕੇ ਹੁਣ ਉੱਥੇ ਕਿੰਨੇ ਕੁ ਵਜੋਂ, ਟਾਈਮਿੰਗ ਦਾ ਫਰਕ ਪੈ ਜਾਂਦਾ, ਵੈਸੇ ਤਾਂ ਸੇਮ ਦਿਨ ਹੀ ਜਾਂਦਾ, ਸੇਮ ਟਾਈਮ ਹੀ ਜਾਂਦਾ ਸਾਰੇ ਪਾਸੇ। ਅੱਛਾ, ਜਾਨੀ ਕੱਲ ਨੂੰ ਜੇ ਆਪਣੇ ਆਪਣੇ ਸਵੇਰ ਮੌਕੇ ਹੁੰਦਾ, ਉਧਰ ਸ਼ਾਮ ਹੋ ਜਾਂਦੀ, ਉਦੋਂ ਸ਼ਾਮ ਨੂੰ ਆਊਗਾ। ਹਾਂਜੀ ਜੀ ਜੀ, ਉਹ ਪਤਾ ਕੀ ਸਾਡੇ ਨਾ 2-3 ਦਿਨ ਨਾਲ ਕੈਂਸਰ ਹੋ ਗਿਆ। ਅੱਛਾ ਜੀ, ਤੇ ਉਹ ਉਹਨੂੰ ਮੈਂ ਪੁੱਛੇ ਦੱਸਿਆ ਸੀ ਪਿਛਲੀ ਵਾਰੀ, ਆਂਟੀ ਜੀ ਨੇ ਦੱਸਿਆ ਸੀ ਨਾ, ਦਵਾਈਆਂ ਦੱਸਿਆ ਸੀ ਵੀ
ਮਤਲਬ ਨਿੰਬੂ ਫਰਿੱਜ ਦੇ ਵਿੱਚ ਰੱਖਣਾ ਵੀ ਤੁਸੀਂ ਉਹ ਕੁੱਟ ਕੇ ਸੈਲਡ ਦੇ ਵਿੱਚ ਪਾ ਕੇ ਖਾਣਾ। ਹਾਂਜੀ ਐਪਰੀਕਟ ਦੇ ਬੀਜ, ਉਹ ਐਪਰੀਕਟ ਦੇ ਬੀਜ ਦਾ ਨਹੀਂ ਮੈਨੂੰ ਪਤਾ ਲੱਗਦਾ ਕਿਵੇਂ ਖਾਣੇ ਆ ਕਿਵੇਂ ਕਰਨੇ। ਉਹ ਜਿਵੇਂ ਆਪਾਂ ਬਦਾਮ ਵਗੈਰਾ ਖਾਣੇ ਆ ਐਪਰੀਕਟ ਦੇ ਬੀਜ ਤੁਸੀਂ ਵੈਸੇ ਹੀ ਖਾ ਸਕਦੇ ਆ, ਸੈਲਡ 'ਚ ਪਾ ਕੇ ਖਾ ਸਕਦੇ ਆ, ਉਹਨਾਂ ਦੀ ਸਮੂਦੀ ਵਗੈਰਾ 'ਚ ਪਾ ਕੇ ਪੀ ਸਕਦੇ ਹੋ ਉਹਨਾਂ ਨੂੰ, ਪਰ ਉਹ ਤਾਂ ਉਂਝ ਹੀ ਖਾਧੇ ਜਾਂਦੇ ਆ। ਪਤਾ ਕੀ, 6 ਮਹੀਨੇ ਹੋ ਗਏ ਸਾਡੀ ਮੇਰੀ ਨਣਦ ਪੂਰੀ ਹੋ ਗਈ ਸੀਗੀ ਤੇ ਪਹਿਲਾਂ ਉਹਨਾਂ ਦਾ ਮੁੰਡਾ ਪੂਰਾ ਵੀ ਸੁਣਿਆ। ਕੁੜੀ ਬਹੁਤ ਜ਼ਿਆਦਾ ਬਿਮਾਰ ਆ, ਬਹੁਤ ਟੈਨਸ਼ਨ ਲੈਂਦੀ ਆ, ਬਹੁਤ ਰੋਂਦੀ ਆ, ਮਦਰ ਦੀ ਵੀ ਇਸ ਪ੍ਰੋਬਲਮ ਨਾਲ ਡੈਥ ਹੋਈ ਸੀ? ਨਹੀਂ ਨਹੀਂ, ਉਹਨਾਂ ਦੀ ਮਦਰ ਦੀ ਤਾਂ ਅਟੈਕ ਨਾ ਹੋ ਗਈ ਸੀ, ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਸੀਗਾ ਤੇ ਉਹਨੇ ਬ੍ਰਦਰ ਨੂੰ, ਉਹਦੇ ਭਰਾ ਨੂੰ ਵੀ ਹਾਰਟ ਅਟੈਕ ਹੀ ਹੋਇਆ ਸੀਗਾ, ਜਾਨੀ 4 ਸਾਲ ਹੋ ਗਏ ਉਹਦੇ ਭਰਾ ਮਰ ਗਿਆ ਸੀ। ਹੁਣ ਸਾਡੀ ਨਣਦ ਮਰ ਗਈ, ਹੁਣ ਸਾਡੀ ਜੋਤੀ ਵੀ ਬਿਮਾਰ, ਹੁਣ ਇਹਦਾ ਮੁੰਡਾ ਸਾਰਾ 5-6 ਸਾਲ ਦਾ ਮੁੰਡਾ ਵਾ ਛੋਟਾ ਜਿਹਾ, ਤੇ ਹੁਣ ਘਰੇ ਹੋਰ ਕੋਈ ਸਾਂਭਣ ਵਾਲਾ ਹੈ ਨੀ ਗਾ, ਉਹਦੇ ਕਰਕੇ ਨਾ ਬਹੁਤ ਮਤਲਬ ਪ੍ਰੋਬਲਮ ਚ ਆਈ ਪਈ ਆ। ਕੁੜੀ ਕਹਿੰਦੀ ਮਾਮੀ ਜੀ ਮੇਰਾ ਕੋਈ ਇਲਾਜ ਕਰੋ, ਹੁਣ ਮੈਨੂੰ ਜ਼ੋਰ ਦੇ ਦਿੰਦੀ, ਰੋਣ ਤੇ ਜ਼ੋਰ ਦੇ ਦਿੰਦੀ। ਮੈਂ ਕਹਿੰਦੀ ਵੀ ਮੰਨੇ ਗੱਲ ਕਰ ਕਰ, ਪੁੱਤਰ ਤੇਰੇ ਨਾਲ ਖੜੇ ਆ ਤੇ ਮਜਬੂਰ ਹੀ ਆ, ਹੁਣ ਦੂਰ ਬੈਠਾ ਤੇ ਤੂੰ ਤੇ ਮਾਮੀ ਕਹਿੰਦੀ ਕਿਹਦੇ ਨਾਲ ਗੱਲਾਂ ਕਰਾਂ ਕਿਵੇਂ ਕਰਾਂ, ਤੁਸੀਂ ਤਾਂ 2 ਮਿੰਟ ਗੱਲ ਕਰਕੇ ਚਲੇ ਜਾਂਦੇ, ਫੇਰ ਮੈਂ ਕਿਹਦੇ ਨਾਲ ਗੱਲਾਂ ਕਰਾਂ। ਦਿੱਲੀ ਜਾਣਾ ਪੈਣਾ, ਉਹ ਦਿੱਲੀ ਹੁਣ ਬੰਦ ਕਰਕੇ ਉਹ ਦਿੱਲੀ ਜਾ ਨੀ ਸਕਦੀ, ਕਹਿੰਦੇ ਵੀ ਉੱਥੇ ਮੈਂ ਸਕੈਨ ਸਕੂਨ ਹੋ ਕੇ ਵੀ ਉੱਥੇ ਸ਼ਾਇਦ ਵੀ ਕਹਿੰਦੇ ਆਪਰੇਸ਼ਨ ਕਰਨਗੇ। ਓ ਵਾਹਿਗੁਰੂ, ਚਲੋ ਜੀ ਬਾਬਾ ਜੀ ਭਲੀ ਕਰੇ ਬੱਚੇ ਦੀ, ਕੁੜੀ ਵੀ ਛੋਟੀ ਹੈ, ਯੰਗ ਬੱਚੀ ਆ। ਜਿੰਨਾ ਕ ਆਪਾਂ ਦੱਸ ਸਕਦੇ ਪੁੱਛ ਸਕਦੇ ਕਿਉਂ ਨੀ, ਹਨਾ। ਹਾਂਜੀ, ਉਹ ਬਸ ਉਹੀ ਉਹਦੀ ਆਉਂਦੀ, ਉਹ ਕਹਿੰਦੀ ਮਾਮੀ ਕਹਿੰਦੀ ਮੈਂ ਆਪਰੇਸ਼ਨ, ਪਹਿਲੇ ਤਾਂ ਖੂਨ ਨੀ ਬਣਦਾ, ਉਹਦਾ ਖੂਨ ਬਹੁਤ ਘੱਟ ਆ, ਡਾਕਟਰ ਕਹਿੰਦੀ ਪਹਿਲਾਂ ਤਾਂ ਉਹਦਾ ਖੂਨ ਪੂਰਾ ਕਰੋ। ਤੇ ਹੁਣ ਖੂਨ ਨੀ ਉਹਦਾ ਪੂਰਾ ਹੁੰਦਾ ਹੈਗਾ, ਪਹਿਲਾਂ ਤਾਂ ਉਹਦੀ ਮਾਂ ਸੀ ਉਹ ਫੋਰਡ ਕਰੀ ਜਾਂਦੀ ਸੀ, ਜਦ ਖੂਨ ਪੂਰਾ ਹੋ ਜਾਂਦਾ ਹੁਣ ਬਸ ਉਹ ਹੁਣ ਕੋਈ ਮਾਂ ਨੀ ਹੈਗੀ ਸਿਰ ਤੇ, ਕੋਈ ਹੋਰ ਨੀ ਹੈਗਾ ਸਿਰ ਤੇ, ਹੁਣ ਉਹ ਆਪਦੇ ਆਪ ਇਕੱਲੀ ਕਰ ਨੀ ਸਕਦੀ ਹੈਗੀ। ਹੁਣ ਪ੍ਰਾਹੁਣਾ ਉਹ ਗੱਡੀ ਗੁੱਡੀ ਚਲਾਉਂਦਾ, ਉਹ ਵੀ ਥੋੜਾ ਜਿਹਾ ਖਿਆਲ ਖੂਲ ਘੱਟ ਹੀ ਕਰਦਾ ਵਾ। ਹਾਏ ਹਾਏ, ਖਤਮ ਹੋਵੇ ਤੇ ਅਸੀਂ ਆਪਣੀ ਬੈਕ ਟੂ ਨਾਰਮਲ ਲਾਈਫ ਦੇ ਜਾਈਏ, ਤੇ ਉਹਨਾਂ ਦਾ ਹਾਲ ਦੇਖੋ ਵਿਚਾਰੀ ਜਿਹੜੀ, ਉੱਥੇ ਵੀ ਤਾਂ ਲੋਕਡਾਊਨ ਹੀ, ਉੱਥੇ ਵੀ ਤਾਂ ਲੋਕੀ ਅੰਦਰ ਹੀ ਰਹਿੰਦੇ ਆ, ਉੱਥੇ ਤਾਂ ਬਾਹਲਾ ਜ਼ਿਆਦਾ ਨਾ। ਉੱਥੇ ਤਾਂ ਹੁਣ ਪਹਿਲਾਂ ਉਹਨਾਂ ਦੀ ਚੰਡੀਗੜ੍ਹ PGH ਦਵਾਈ ਚੱਲਦੀ ਆ, PGI ਤੋਂ ਫਿਰ ਉਹਨਾਂ ਨੇ ਉਹ ਕਹਿੰਦੇ ਵੀ ਤੁਸੀਂ ਦਿੱਲੀ ਚਲੇ ਜਾਓ, ਵੀ ਦਿੱਲੀ ਵੀ ਹੈਗਾ ਵੀ ਉੱਥੇ ਵੀ ਤਾਂ ਦੂਰ ਬਿਨਸ ਹੈ ਤੁਹਾਡਾ ਆਪਰੇਸ਼ਨ, ਉਹਦੀ ਵੀ ਜੜਾਂ ਜ਼ਿਆਦਾ ਫੈਲ ਗਈਆਂ ਵੀ ਭੋਜਨ ਵਾਲੀ ਨਾਲੀ ਦੇ ਉੱਪਰਲੇ ਪਾਸੇ ਆ, ਤੇ ਉਹ ਹੁਣ ਦਿੱਲੀ ਦਾ ਹੁਣ ਲੋਕਡਾਊਨ ਹੋਇਆ ਵੀ ਹੁਣ ਬਾਹਰ ਜਾ ਨੀ ਸਕਦੀ ਹੈਗੀ, ਹੁਣ ਅੰਦਰ ਹੀ ਫਿਰ ਉਹਨਾਂ ਨੂੰ ਦੱਸਿਆ ਸੀਗਾ। ਮੈਂ ਕਿਹਾ ਵੀ ਆਂਟੀ ਨੇ 2 ਨੁਸਖੇ ਜੇ ਦੱਸੇ ਸੀ ਵੀ, ਇੱਕ ਤਾਂ ਬੇਕਿੰਗ ਪਾਊਡਰ ਵਾਲਾ ਦੱਸਿਆ ਸੀਗਾ ਵੀ ਪਾਣੀ 'ਚ ਪਾ ਕੇ ਚੂੰਡੀ, ਇੱਕ ਵੀ ਉਹ ਪੀਆ ਕਰ, ਤੇ ਬਾਕੀ ਮੈਂ ਕਿਹਾ ਸੈਲਡ ਦੱਸਿਆ ਸੀ, ਮੈਂ ਕਿਹਾ ਐਪਰੀਕੋਟ ਦੇ ਬੀਜ ਦੱਸੇ ਸੀ ਵੀ ਮੇਰੇ ਯਾਦ ਰਿਹਾ ਵੀ ਕਿਵੇਂ ਖਾਣੇ, ਮੈਂ ਤੈਨੂੰ ਦੁਬਾਰਾ ਪੁੱਛ ਕੇ ਦੱਸੂਂਗੀ। ਨਹੀਂ ਕੋਈ ਗੱਲ ਨੀ, ਆਪਾਂ ਜਦੋਂ ਆਂਟੀ ਆਏ ਨਾ, ਵੈਸੇ ਐਪਰੀਕੋਟ ਦੇ ਬੀਜ ਦਾ ਤਾਂ ਮੈਨੂੰ ਨਹੀਂ ਹੁੰਦਾ, ਉਹ ਤਾਂ ਤੁਸੀਂ ਸਿੱਧੇ ਹੀ ਖਾ ਸਕਦੇ, ਖਾਣੇ ਹੀ ਜਿੱਦਾਂ ਮਰਜ਼ੀ ਖਾ ਲਓ, ਉਹ ਤਾਂ ਜਿਵੇਂ ਆਪਾਂ ਬਦਾਮ ਖਾਂਦੇ ਹਾਂ ਕਾਜੂ ਖਾਂਦੇ ਉਵੇਂ ਹੁੰਦੇ ਆ। ਹਾਂਜੀ, ਨਹੀਂ ਬਸ ਜਾਣੀ ਉਹ ਤਾਂ ਮਤਲਬ ਵੀ ਆਪ ਜਦੋਂ ਉਹ ਠੀਕ ਹੋ ਜੇ, ਮੈਨੂੰ ਕਹਿੰਦੀ ਆਪਰੇਸ਼ਨ ਦਾ ਮੰਮੀ ਬਚ ਜਾ, ਇੱਕ ਕਹਿੰਦੀ ਮੇਰਾ ਖੂਨ ਨੀ ਪੂਰਾ ਹੈਗਾ, ਫਿਰ ਕਹਿੰਦੀ ਜੇ ਮੈਨੂੰ ਕੁਛ ਹੋ ਗਿਆ ਮੇਰਾ ਮੁੰਡਾ ਰੋ ਜੂਗਾ, ਮੇਰਾ ਮੁੰਡਾ ਕੀ ਕਰੂਗਾ। ਹੁਣ ਤਾਂ ਟੈਨਸ਼ਨ ਨਾ ਲੈ ਜੀ, ਚਲੋ ਬਾਬਾ ਜੀ ਭਲੀ ਕਰੇ ਜੀ। ਚਲੋ ਜੀ, ਕਹਿੰਦੇ ਹੁੰਦੇ ਬਾਬਾ ਜੀ ਨੇ ਟਾਈਮ ਦਿੱਤਾ, ਫੈਮਿਲੀ ਚ ਇੰਜੋਏ ਕਰੋ, ਟਾਈਮ ਸਪੈਂਡ ਕਰੋ, ਰਹਿਣਾ ਵੀ ਚਾਹੀਦਾ, ਪ੍ਰੀਕੌਸ਼ਨ ਪੂਰੀ ਲੈਣੀ ਚਾਹੀਦੀ ਹੈ। ਬਿਲਕੁਲ ਬਿਲਕੁਲ ਬਿਲਕੁਲ, ਜਿੰਨਾ ਤੁਸੀਂ ਬਿਲਕੁਲ ਕਰ ਸਕਦੇ ਆ ਕਿਉਂ ਨਹੀਂ, ਹਨਾ, ਆਪਣੇ ਭਲੇ ਵਾਸਤੇ, ਤੁਹਾਡੇ ਵੱਲ ਤਾਂ ਕਹਿੰਦੇ ਜ਼ਿਆਦਾ ਹਾਲਾਤ ਖਰਾਬ ਆ, ਸਾਡੀ ਸੇਫਟੀ ਵਾਸਤੇ ਕਿਹਾ ਗਿਆ ਵੇ ਜੀ, ਪੂਰਾ ਆਪਣਾ
दुकाना बंद कर लो या मॉल बंद कर दो या घरे टिको कोई ना टिके देखो कुदरत ने ऐसा चक्कर चलाया सारे अंदर वाड़ते सब नु अंदर वाड़ता बोर भी हो रहे ने लेकिन बोर होना अच्छा भी बेहतर के बाहर करो निकलो बिल्कुल बिल्कुल नहीं नहीं सही गल अपना जिन्ना तुसी आपदा कर सकदे अपना इलाज अपना ध्यान जरूर रखो क्यों नहीं ਕਹਿੰਦੇ ਜਾਣਾ ਤਾਂ ਜਹਾਨਾ ਜੀ ਸਭ ਜਲਦੀ ਠੀਕ ਹੋ ਜਾਵੇ ਸਾਰਾ ਸੰਸਾਰ ਹੀ ਠੀਕ ਹੋ ਜਾਵੇ ਬਿਲਕੁਲ ਇਹੀ ਅਰਦਾਸ ਕਰੀ ਦੀ ਕਿ ਬਾਬਾ ਜੀ ਪੂਰੀ ਵਰਲਡ 'ਚ ਸੁੱਖ ਸ਼ਾਂਤੀ ਹੋਵੇ ਹੁਣ ਤਾਂ ਕਹਿੰਦੇ ਹੋ ਕਿ ਬਹੁਤ ਹੋ ਗਿਆ ਬਹੁਤ ਜ਼ਿਆਦਾ ਹੀ ਹੋ ਗਿਆ ਬਹੁਤ ਜ਼ਿਆਦਾ ਹੀ ਹੋ ਗਿਆ ਚਲੋ ਕੋਈ ਨਹੀਂ ਜਿਵੇਂ ਬਾਬਾ ਜੀ ਦੀ ਮਰਜ਼ੀ ਬਸ ਇਹ ਤਾਂ ਉਹਨਾਂ ਦੇ ਹੱਥ 'ਤੇ ਉਹਨਾਂ ਦੇ ਹੱਥ ਅਰਦਾਸ ਹੀ ਕਰੀ ਦੀ ਕਿ ਸੱਚੀ ਪਾਤਸ਼ਾਹ ਜਲਦੀ ਠੀਕ ਕਰ ਦੇ ਸਭ ਬਿਲਕੁਲ ਕਿਉਂਕਿ ਦੇਖੋ ਆਪਾਂ ਵੀ ਜਿਵੇਂ ਔਖੇ ਵੇਲੇ ਆਪਾਂ ਨੂੰ ਬਾਬਾ ਜੀ ਫਿਰ ਜ਼ਿਆਦਾ ਯਾਦ ਆਉਂਦੇ ਆ ਉਂਝ ਭਾਵੇਂ ਨਾ ਯਾਦ ਕਰੀਏ ਬਿਲਕੁਲ ਆਉਣਾ ਤਾਂ ਅੱਗੇ ਪਿੱਛੇ ਵੀ ਚਾਹੀਦਾ ਪਰ ਦੇਖੋ ਉਹਦੀ ਦੇਖੋ ਉਹਨੇ ਕੀ ਬਣਾਇਆ ਦੁੱਖ ਵੇਲੇ ਤੁਹਾਨੂੰ ਯਾਦ ਕਰਦੀ ਹੀ ਕਰਦੀ ਦੁਨੀਆ ਜੀ ਅੱਗੇ ਪਿੱਛੇ ਕਰੇ ਨਾ ਕਰੇ ਕਹਿੰਦਾ ਨਾ ਹੁਣ ਵੇਖੋ ਜਿਹਨੇ ਕਦੀ ਨਹੀਂ ਵੀ ਕੀਤੀ ਹੁਣ ਉਹ ਵੀ ਕਰਦੇ ਆ ਬਿਲਕੁਲ ਚਲੋ ਕਹਿੰਦੇ ਬਾਬਾ ਜੀ ਕਿਸੇ ਦੀ ਤਾਂ ਸੁਣੇ ਸੁਣ ਲੈਣ ਤਾਂ ਅੱਛੀ ਗੱਲ ਹੈ ਕਿਸੇ ਦੀ ਸੁਣ ਲੈਣ ਕਹਿੰਦੇ ਕੋਈ ਨਹੀਂ ਉਹਨੂੰ ਪਤਾ ਵਾਹਿਗੁਰੂ ਨੂੰ ਚੰਗਾ ਹੀ ਕਰਨਗੇ ਹਾਂਜੀ ਕੀ ਸੁਣਾਓਗੇ ਜੀ ਆਪਾਂ ਨੂੰ ਰੋਜ਼ੀ ਜੀ ਬਿਲਕੁਲ ਜੀ ਬਿਲਕੁਲ ਪੂਰੀ ਦੁਨੀਆ ਤੇ ਸਭ ਨੂੰ ਤੰਦਰੁਸਤੀ ਬਖਸ਼ੇ ਠੀਕ ਠਾਕ ਹੋਣ ਸਾਰੇ ਆਪਣੇ ਪਰਿਵਾਰਾਂ ਚ ਕੀ ਸੁਣਾਓਗੇ ਜੀ ਆਪਾਂ ਨੂੰ ਰੋਜ਼ੀ ਜੀ ਤੁਸੀਂ ਗਾਣਾ ਸੀ ਨਾ ਤੁਸੀਂ ਸੁਣਾਣਾ ਸੀ ਮੈਂ ਵੀ ਹੈਗਾ ਸੀ ਆਂਦੀ ਦਾ ਗਾਣਾ ਹਾਂਜੀ ਸੁਣਾਓ ਜੀ ਅੱਜ ਤੁਸੀਂ ਸੁਣਾਓ ਤੁਸੀਂ ਮੈਂ ਤੁਹਾਨੂੰ ਸੁਣੂਗੀ ਮੈਂ ਸੁਣਾ ਤਾਂ ਅੱਗੇ ਆਲਰੇਡੀ ਪੰਜਾਬੀ ਗਾਣਾ ਚਲੋ ਹਾਂ ਸ਼ੁਰ ਜੀ ਜੀ ਜ਼ਰੂਰ ਜ਼ਰੂਰ ਜੀ ਜ਼ਰੂਰ ਜੀ ਜੀ ਜ਼ਰੂਰ ਜੀ ਚਿਰਾਗੋਂ ਸੇ ਲੋ ਜਲ ਰਹੀ ਥੀ ਜੀ ਮਾ ਗਏ ਹੋ ਨੂਰ ਆ ਗਿਆ ਹੈ ਨਹੀਂ ਤੋ ਚਿਰਾਗੋਂ ਸੇ ਲੋ ਜਾ ਰਹੀ ਥੀ ਜੀਨੇ ਕੀ ਵਿਰਾਸਤ ਤੁਮ ਮਿਲ ਗਈ ਬਿਊਟੀਫੁਲ ਜੀ ਜਰੂਰ ਪੱਕਾ ਥੈਂਕ ਯੂ ਰੋਜ਼ੀ ਜੀ ਥੈਂਕ ਯੂ ਬੀ ਸੇਫ ਜੀ ਥੈਂਕ ਯੂ ਜੀ ਥੈਂਕ ਯੂ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ 45 13 ਤੁਸੀਂ ਏਰਤੇ ਹੋ ਜੀ ਹਾਂਜੀ ਪ੍ਰੀਤੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਬਿਲਕੁਲ ਠੀਕ ਠਾਕ ਆ ਮੈਂ ਕਹਿਣਾ ਸੀ ਜਿਹੜਾ ਤੁਸੀਂ ਗਾਣਾ ਗਾਇਆ ਉਹ ਵੀ
ਤੇ ਜਿਹੜਾ ਤੁਹਾਡੇ ਤੋਂ ਬਾਅਦ ਕਿਸਨੇ ਗਾਇਆ ਸੀ ਉਹ ਵੀ ਬਹੁਤ ਸੋਹਣੇ ਮੈਨੂੰ ਲੱਗੇ ਗਾਣੇ ਤੇ ਜਿਹੜਾ ਤੁਸੀਂ ਚਾਹ ਦੀ ਗੱਲ ਕਰਦੇ ਸੀਗੇ ਮੈਨੂੰ ਲੱਗਦਾ ਸੀ ਮੇਰੀ ਗੱਲ ਕਰਦੇ ਪੀਂਦੀ ਤਾਂ ਮੈਂ ਇੱਕ ਵਾਰੀ ਚਾਹ ਆ ਪਰ ਆਪਦੇ ਹੱਥੀ ਬਣਾ ਕੇ ਪੀਂਦੀ ਆ ਔਰ ਪੀਤੇ ਬਗੈਰ ਰਹਿ ਨੀ ਸਕਦੀ ਉਹ ਭੱਲੇ ਮੈਂ ਤਾਂ ਪੂਰੀ ਅਮਲੀ ਹਾਂ ਜੀ ਚਾਹ ਬਿਨਾਂ ਮੇਰਾ ਗੁਜ਼ਾਰਾ ਨਹੀਂ ਤੁਸੀਂ ਮੇਰੀ ਚਾਹ ਪੀ ਕੇ ਦੇਖਿਓ ਯੂ ਵਿਲ ਲਵ ਇਟ ਓ ਰੀਲੀ ਡੈਫੀਨਿਟਲੀ ਹਾਂਜੀ ਤੁਸੀਂ ਮੈਨੂੰ ਗਾਣਾ ਤੇ ਨਹੀਂ ਆਉਂਦਾ ਪਰ ਮੈਂ ਦੱਸਣਾ ਸੀਗਾ ਕਿ ਜਿਹੜੇ ਉਹ ਰਜਾਈਨਾ ਤੋਂ ਫੋਨ ਕੀਤਾ ਸੀ ਨਾ ਜਿਨ੍ਹਾਂ ਨੇ ਬੱਚੇ ਦੇ ਟੀਚਿੰਗ ਦੇ ਬਾਰੇ ਜੀ ਜੀ ਉਹਦੇ ਲਈ ਮੈਂ ਥੋੜਾ ਜਿਹਾ ਹੈਲਪ ਕਰ ਸਕਦੀ ਕਿਉਂਕਿ ਮੇਰੀ ਵੀ ਬੇਟੀਆਂ ਆ ਤੇ ਰੀਸੈਂਟ ਐਕਸਪੀਰੀਅੰਸ ਹੈਗਾ ਆ ਜੀ ਜੀ ਸ਼ੋਰ ਡਾਕਟਰ ਰੈਕਵੈਗ ਦੀ ਜਰਮਨੀ ਦੀ ਗੋਲੀਆਂ ਹੁੰਦੀਆਂ ਆ BC21 ਬੀ ਫੋਰ ਬਾਰਬੀ ਸੀ ਫੋਰ ਚਾਰਲੀ ਜਿੱਦਾਂ AB ਵਾਲੀ ਬੀ ਹੁੰਦੀ ਆ ਜੀ ਜੀ ਸੀ 21 ਮੇਰਾ ਉਹਦੇ ਨਾਲ ਬਹੁਤ ਹੀ ਐਕਸਟ੍ਰੀਮਲੀ ਗੁੱਡ ਐਕਸਪੀਰੀਅੰਸ ਰਿਹਾ ਹੈ ਜਿੰਨੇ ਵੀ ਬੱਚੇ ਦੇ ਟੀਜ਼ਿੰਗ ਦੇ ਇਸ਼ੂਜ਼ ਆ ਕੰਸਰਨਸ ਆ ਉਹ ਰਹਿੰਦੇ ਨਹੀਂ ਤੇ ਇੱਕ ਅਮੇਜ਼ਿੰਗ ਚੀਜ਼ ਇਹ ਹੈਗੀ ਹੈ ਕਿ ਜਦੋਂ ਪਹਿਲਾ ਦੰਦ ਆ ਜਾਂਦਾ ਆ ਤੇ ਐਨ ਐਂਡ ਤੱਕ ਦੰਦ ਇੱਕ ਤੋਂ ਬਾਅਦ ਦੋ ਤੋਂ ਬਾਅਦ ਤਿੰਨ ਤੋਂ ਬਾਅਦ ਜਿੱਦਾਂ ਗੈਪ ਨਹੀਂ ਰਹਿੰਦਾ ਵਿੱਚ ਆਉਂਦੇ ਰਹਿੰਦੇ ਆ ਦੰਦ ਅੱਛਾ 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 ਹਾਂਜੀ ਮੇਰੇ ਜਿੱਦਾਂ ਛੋਟੇ ਛੋਟੇ ਕਰਕੇ ਸਾਡੇ 10 ਤੋਂ 12 ਜਾਣੇ ਸੀਗੇ ਇਕੱਠੇ ਸਿਸਟਰ ਇਨ ਲਾ ਦੇ ਬ੍ਰਦਰ ਇਨ ਲਾ ਦੇ ਆਪਣੇ ਜਿੱਦਾਂ ਮੇਰੇ ਬੱਚੇ ਤੇ ਭੈਣ ਭਰਾਵਾਂ ਦੇ ਵਗੈਰਾ ਦੇ ਸੋ ਅਸੀਂ ਕਾਫੀ 10-10-20 ਬੋਟਲ ਇਕੱਠੀਆਂ ਓਰਡਰ ਕਰ ਲੈਂਦੇ ਸੀਗੇ ਹੁਣ ਤਾਂ ਬੱਚੇ ਵੱਡੇ ਹੋ ਤੇ ਦੂਸਰਾ ਉਹਨਾਂ ਦੀ ਬੇਟੀ ਲਈ ਸਟਫੀ ਨੋਜ਼ ਦਾ ਕਹਿਣਾ ਸੀ ਅਗਰ ਉਹ ਵਧੀਆ ਕੁਆਲਿਟੀ ਦੇ ਫਿਸ਼ ਓਇਲ ਦੇ ਸਕਦੇ ਜਾਂ ਬੱਚਿਆਂ ਦੀ ਦਵਾਈ ਹੁੰਦੀ ਆ ਸ਼ੋਪਰਸ ਤੋਂ ਵੀ ਮਿਲ ਜਾਂਦੀ ਆ ਸਟੋਡਲ STODAL ਉਹ ਸ਼ਹਿਦ ਦੀ ਹੁੰਦੀ ਆ ਤੇ ਬੱਚਿਆਂ ਲਈ ਬਹੁਤ ਗੁੱਡ ਹੁੰਦੀ ਜਾਂ ਵੈਸੇ ਵੀ ਬੱਚੇ ਨੂੰ ਪਾਣੀ ਚ ਪਾ ਕੇ ਸ਼ਹਿਦ ਦੇ ਸਕਦੇ ਆ ਜੇ ਉਹ ਨਾਨ ਵੈਜ ਖਾਂਦੇ ਆ ਤੇ ਕਦੀ ਕਦੀ ਉਹਨੂੰ ਚਿਕਨ ਦੇ ਸੂਪ ਵੀ ਬਣਾ ਕੇ ਦੇ ਸਕਦੇ ਹੈਗੇ ਆ ਜਾਂ ਕਈ ਵੇਲੇ ਜਿੱਦਾਂ ਆਪਾਂ ਥੋੜੇ ਬਹੁਤੇ ਘਰ ਚ ਜਿੱਦਾਂ ਹੁਣ ਕੋਈ ਅਲਸੀ ਦੀ ਪਿੰਨੀ ਬਣਾਈ ਜਾਂ ਥੋੜੀ ਬਹੁਤੀ ਗਰਮ ਚੀਜ਼ ਤੇ ਸਟੀਮ ਜਿਹੜੀ ਹੁੰਦੀ ਨਾ ਸਟੀਮ ਦੀ ਬੈਸਟ ਹੁੰਦੀ ਆ ਕਿਸੇ ਨਾ ਕਿਸੇ ਤਰੀਕੇ ਜਿੱਦਾਂ ਸਟੀਮ ਜਿੱਦਾਂ ਭਾਵਾਂ ਆਈ ਨੋ ਬੱਚਿਆਂ ਦੇ ਨਾਲ ਹੁੰਦਾ ਤਾਂ ਹਾਰਡ ਆ ਗਰਮ ਪਾਣੀ ਪਰ ਜੇ ਕਿਤੇ ਐਮਾਜ਼ੋਨ ਵਗੈਰਾ ਤੋਂ ਸਟੀਮਰ ਲੈ ਲੈਣ ਤੇ ਉਹ ਜਿੱਦਾਂ ਵਾਇਰਸ ਜਾਂ ਹੋਰ ਕੋਈ ਚੀਜ਼ਾਂ ਆ ਉਹ ਵੀ ਪੈਸ ਥਰੂ ਹੋ ਜਾਂਦੀਆਂ ਸਟੀਮ ਬਹੁਤ ਵਧੀਆ ਇੱਕ ਇਲਾਜ ਹੈਗਾ ਆ ਤੇ ਉਹ ਕੋਈ ਖਾਣ ਪੀਣ ਦਾ ਵੀ ਨਹੀਂ ਕੋਈ ਪ੍ਰਸਕ੍ਰਿਪਸ਼ਨ ਜਾਂ ਕੁਛ ਉਹਦਾ ਹਾਰੂੰਗੀ ਜੀ ਤੇ ਜਦੋਂ ਬੱਚੇ ਨਾ ਬੈਠ ਕੇ ਸਟੀਮ ਲੈਣਗੇ ਉਹਨਾਂ ਦੇ ਫੇਸ ਤੇ ਵੀ ਕਾਫੀ ਬਿਊਟੀ ਆਊਗੀ ਨਹੀਂ ਜੀ ਥੈਂਕ ਯੂ ਸੋ ਮੱਚ ਵੈਰੀ ਨਾਈਸ ਤੁਸੀਂ ਬਹੁਤ ਵਧੀਆ ਟਿਪਸ ਦੱਸੇ ਜੀ ਹਾਂਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸੋ ਮੱਚ ਸਵਾਗਤ ਹੈ ਤੁਹਾਡਾ 0111 ਤੁਸੀਂ ਇਰਤੇ ਹੋ ਹੈਲੋ ਸਤਿ ਸ੍ਰੀ ਅਕਾਲ ਪ੍ਰੀਤੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਪ੍ਰੀਤੀ ਜੀ ਇਹ ਕਹਿਣਾ ਵੀ ਗਿੱਲ ਭੈਣ ਜੀ ਨੇ ਇਹ ਪੁੱਛਣਾ ਵੀ ਮੇਰੀ ਖੱਬੀ ਲੱਤ ਆ ਗੋਡੇ ਦੇ ਥੱਲਿਓਂ ਦਰਦ ਹੁੰਦੀ ਆ ਬਹੁਤ ਅੱਛਾ ਜੀ ਇਹ ਪਤਾ ਨਹੀਂ ਕਿਉਂ ਹੁੰਦੀ ਆ ਮੈਂ ਇਹ ਜ਼ਰੂਰ ਉਹਨਾਂ ਨੂੰ ਕਹਿਣਾ ਆ ਸ਼ਾਇਦ ਸੁਣਦੇ ਹੋਣਗੇ ਨਹੀਂ ਸੁਣਦੇ ਆਂਟੀ 2 ਮਿੰਟ ਚ ਆਂਟੀ ਆਣੀ ਲੱਗੇ ਹਾਂਜੀ ਤਦ ਕਰਕੇ ਮੈਂ ਇੱਕ ਗਾਣਾ ਸੁਣਾਉਣੀ ਆ ਜੀ ਜ਼ਰੂਰ ਜੀ ਓਕੇ ਜੀ ਵੀਰੇ ਆਵੇ ਗਾਰੇ ਆਪਣੇ ਦਾ ਕਿਸ ਕੁੰਡਾ ਖੜਕਾਇਆ ਵੀਰੇ ਆਵੇ ਗਾਰੇ ਆਪਣੇ ਦਾ ਕਿਸ ਕੁੰਡਾ ਖੜਕਾਇਆ ਨੀ ਉੱਠ ਵੇਖਣਾ ਨੇ ਕੌਣ ਪਰਾਉਣਾ ਆਇਆ ਨੀ ਉੱਠ ਵੇਖਣਾ ਨੇ ਕੌਣ ਪਰਾਉਣਾ ਆਇਆ ਨੀ ਉੱਠ ਵੇਖਣਾ ਨੇ ਫੁੱਲਾਂ ਵਰਗੀ ਮਹਿਕ ਜਈ ਸੀ ਵੀ ਵਿੱਚੋਂ ਆਵੇ ਫੁੱਲਾਂ ਵਰਗੀ ਮਹਿਕ ਜਈ ਸੀ ਵੀ ਵਿੱਚੋਂ ਆਵੇ ਰਾਤ ਵਾਲਾ ਰੱਬ ਕਰਕੇ ਸਪਨਾ ਜੇ ਸੱਚਾ ਹੋ ਜਾਵੇ ਚੁੱਲ੍ਹੇ ਮੋਰੇ ਬੈਠੀ ਦਾਨੀ ਮੇਰਾ ਚੁੱਲ੍ਹੇ ਮੋਰੇ ਬੈਠੀ ਦਾਨੀ ਮੇਰਾ ਅੰਗ ਅੰਗ ਨਸ਼ਿਆਇਆ ਨੀ ਉੱਠ ਵੇਖਣਾ ਨੇ ਕੌਣ ਪਰਾਉਣਾ ਆਇਆ ਨੀ ਉੱਠ ਵੇਖਣਾ ਨੇ ਕੌਣ ਪਰਾਉਣਾ ਆਇਆ ਨੀ ਉੱਠ ਵੇਖਣਾ ਨੇ ਨੀ ਨਨ ਦੇ ਨੀ ਬੀ ਪੀਏ ਨਨ ਦੇ
ਬਿੜਕ ਪੈਰਾਂ ਦੀ ਆਈ ਨੀ ਨਣ ਦੇਣੀ ਬੀ ਪੀਏ ਨਣ ਦੇ ਬਿੜਕ ਪੈਰਾਂ ਦੀ ਆਈ ਇਉਂ ਜਾਪੇ ਨੀ ਬਾਹਰ ਖਲੋਤਾ ਚੰਨ ਵਰਗਾ ਤੇਰਾ ਪਾਈ ਇਉਂ ਜਾਪੇ ਨੀ ਬਾਹਰ ਖਲੋਤਾ ਚੰਨ ਵਰਗਾ ਮੇਰਾ ਪਾਈ ਮੇਰਾ ਨਾਂ ਲੈ ਕੇ ਨੀ ਮੈਨੂੰ ਮੇਰਾ ਨਾਂ ਲੈ ਕੇ ਨੀ ਮੈਨੂੰ ਕਿਸਨੇ ਹੋਰ ਬੁਲਾਇਆ ਨੀ ਉੱਠ ਵੇਖਣਾ ਨੇ ਕੌਣ ਪਰਾਉਣਾ ਆਇਆ ਨੀ ਉੱਠ ਵੇਖਣਾ ਨੇ ਕੌਣ ਪਰਾਉਣਾ ਆਇਆ ਨੀ ਉੱਠ ਵੇਖਣਾ ਨੇ ਫੁੱਲ ਭੁਲੇਖੇ ਸ਼ੀਸ਼ੇ ਮੋਰੇ ਜਦ ਬੈਠਾ ਮੈਂ ਜਾ ਕੇ ਫੁੱਲ ਭੁਲੇਖੇ ਸ਼ੀਸ਼ੇ ਮੋਰੇ ਜਦ ਬੈਠਾ ਮੈਂ ਜਾ ਕੇ ਪੁੱਠੀਆਂ ਸਿੱਧੀਆਂ ਗੱਲਾਂ ਮੈਨੂੰ ਪਾਲਣ ਕਿਹੜਾ ਆ ਕੇ ਪੁੱਠੀਆਂ ਸਿੱਧੀਆਂ ਗੱਲਾਂ ਮੈਨੂੰ ਪਾਲਣ ਕਿਹੜਾ ਆ ਕੇ ਪਰਸੋਂ ਰੋਂਦੀਆਂ ਹਰੀ ਜਾਣੂ ਮੈਂ ਪਰਸੋਂ ਰੋਂਦੀਆਂ ਹਰੀ ਜਾਣੂ ਮੈਂ ਲਾਰਿਆਂ ਨਾਲ ਮਨਾਇਆ ਨੀ ਉੱਠ ਵੇਖਣਾ ਨੇ ਕੌਣ ਪਰਾਉਣਾ ਆਇਆ ਨੀ ਉੱਠ ਵੇਖਣਾ ਨੇ ਕੌਣ ਪਰਾਉਣਾ ਆਇਆ ਨੀ ਉੱਠ ਵੇਖਣਾ ਥੈਂਕ ਯੂ ਵਾਹ ਜੀ ਵਾਹ ਬਹੁਤ ਹੀ ਸੋਹਣਾ ਸੀ ਜੀ ਬਹੁਤ ਸੋਹਣਾ ਸੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਥੈਂਕ ਯੂ ਸਤਿ ਸ਼੍ਰੀ ਅਕਾਲ ਸਵਾਗਤ ਹੈ ਆਂਟੀ ਜੀ ਸਤਿ ਸ਼੍ਰੀ ਅਕਾਲ ਬਾਬਾ ਨਾਨਕ ਲੈ ਜਾ ਸਵੇਰੇ ਉੱਠੀਏ ਤੇ ਕੋਈ ਸਾਰੀ ਦੁਨੀਆਂ ਕੇ ਹੈਗਾ ਹੀ ਕੋਈ ਨੀ ਹਾਂ ਸਾਰੀ ਦੁਨੀਆਂ ਕੰਮਾਂ ਤੇ ਪਹੁੰਚੇ ਆਪਣੇ ਆਪਣੇ ਤੇ ਘਰ ਖੁੰਜਿਆਂ ਚ ਵੜੇ ਬੈਠਣ ਜਿਹੜੇ ਵਿਚਾਰੇ ਕੰਮਾਂ ਵਾਲੇ ਬਹਿਣਾ ਵੀ ਬੜਾ ਮੁਸ਼ਕਿਲ ਬਹੁਤ ਔਖਾ ਜੀ ਬਹੁਤ ਔਖਾ ਚਲੋ ਕੋਈ ਨੀ ਤੁਸੀਂ ਜਿਨ੍ਹਾਂ ਨੇ ਕਿਹਾ ਨਾ ਮੇਰੀ ਗੋਡੇ ਦੇ ਥੱਲੇ ਲੱਤ ਦੁਖਦੀ ਹੈ ਜੀ 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 ਕਿਉਂ ਜਵੈਣ ਤੇ ਮੋਟੀ ਲਾਚੀ ਪਾ ਕੇ ਨਾ ਦਾਲਚੀਨੀ ਜੀ ਉਹਨੂੰ ਘਿਓ ਦੱਬ ਕੇ ਸਾੜ ਕੇ ਗਰਮ ਗਰਮ ਦੀ ਮਾਲਿਸ਼ ਕਰਕੇ ਪੱਟੀ ਬਹਿਣ ਤੇ ਹਲਦੀ ਵਾਲਾ ਦੁੱਧ ਪੀ ਲੈਣਾ ਹਲਦੀ ਸੌਂਫ ਲਾਚੀ ਪਾ ਕੇ ਨਾ ਹਲਦੀ ਪਾ ਕੇ ਥੋੜੇ ਦੁੱਧ ਕਾੜ ਕੇ ਜੀ ਇੱਕ ਜਿਹੜੇ ਬੱਚੇ ਦੰਦ ਕਹਿੰਦੀ ਨਾ ਨਿਕਲਦੇ ਕੁੜੀ ਦੇ ਪਤਾ ਨੀ ਮੁੰਡੇ ਦੇ ਕਿਹਾ ਮੈਂ ਸੁਣਿਆ ਨੀ ਜੀ 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 ਕਲਕੇਰੀਆ ਗੋਲੀਆਂ ਮਿਲ ਜਾਣੀਆਂ ਕਲਕੇਰੀਆ ਫਾਰਮੈਸੀ ਤੋਂ ਜੀ ਉਹ ਮੂੰਹ ਚ ਪਾਇਆ ਉਸੇ ਲਈ ਖੁਰ ਜਾਣੀਆਂ ਪਾਣੀ ਤਰ੍ਹਾਂ ਹੀ ਜੀ ਐ ਫੁੱਲਿਆਂ ਤਰ੍ਹਾਂ ਦੰਦ ਨਿਕਲੇ ਹੋਣਗੇ ਦਰਦ ਵੀ ਕੋਈ ਨੀ ਹੋਣੀ ਠੀਕ ਹੈ ਜੀ ਓਕੇ ਇੱਕ ਜਿੰਨਾ ਕਿਹਾ ਨਾ ਲੱਤ ਸਾਰੀ ਦੁਖਦੀ ਏ ਜੀ ਯਾਦ ਕਰ ਪ੍ਰੀਤ ਮੈਂ ਕਿੰਨੀ ਵਾਰੀ ਆਖਿਆ ਹੈ ਜਦੋਂ ਤੁਹਾਡੀ ਸੱਜੀ ਲੱਤ ਸਾਰੀ ਪੁੜੇ ਤੋਂ ਲੈ ਕੇ ਜਾਂ ਖੱਬੀ ਦੁਖਦੀ ਏ ਤੁਸੀਂ ਅੰਗੂਠੇ ਤੋਂ ਤੀਜੀ ਉਂਗਲ ਨੂੰ ਬੰਨੋ ਨਹੀਂ ਤਾਰ ਮਿਲਦੀ ਤਾਂਬੇ ਧਾਗਾ ਹੀ ਬਲੇਟ ਦਿਓ ਫੜ ਕੇ ਮੋਟਾ ਬੰਨ ਕੇ ਛੱਲਾ ਪਾ ਦਿਓ ਉਹਨੂੰ ਬਸ ਅੰਗੂਠੇ ਦੀ ਨਾਲ ਵਾਲੀ ਉਂਗਲ ਉਸ ਤੋਂ ਅਗਲੀ ਉਂਗਲ ਤੀਜਾ ਅੰਗੂਠੇ ਤੋਂ ਤੀਜਾ ਨੰਬਰ ਠੀਕ ਹੈ ਜੀ ਘੰਟੇ ਬਾਅਦ ਤੁਹਾਨੂੰ ਪਤਾ ਲੱਗੇਗਾ ਮੈਨੂੰ ਆਰਾਮ ਆਉਣ ਲੱਗ ਪਿਆ ਇੱਕ ਟੀਵੀ ਜਿਹੜਾ ਮੁੰਡਾ ਬੋਲਦਾ ਪਿਆ ਸੀ ਪਰਸੋਂ ਜਸ ਪੰਜਾਬੀ ਵਿੱਚ ਜੀ ਉਹ ਕਹਿੰਦਾ ਮੈਂ ਆਸਟ੍ਰੇਲੀਆ ਤੋਂ ਆਇਆ ਤੇ ਮੈਂ ਰੁਕ ਗਿਆ ਤੇ ਮੈਂ ਕੀ ਕਰਾਂ ਮੈਨੂੰ ਕੋਈ ਟਾਈਮ ਨਹੀਂ ਸੀ ਮਿਲਦਾ ਮਾਂ ਪਿਓ ਕੋਲ ਰਹਿਣ ਦਾ ਤੇ ਹੁਣ ਮੈਂ ਚੱਲ ਆਖਿਆ ਮਾਂ ਬਾਪ ਦੇ ਕੋਲ ਹੀ ਟਾਈਮ ਸੈਟ ਕਰ ਲਵਾਂ ਮੈਂ ਜੀ ਮੈਂ ਆਇਆ ਜੇ ਮੈਂ ਫੋਨ 'ਚ ਪੁੱਛਦਾ ਸਾਂ ਤੇ ਮੈਨੂੰ ਕਹਿੰਦੀ ਸੀ ਮੇਰੀ ਮੰਮੀ ਅੱਜ ਤਾਂ ਠੀਕ ਆ ਅਸੀਂ ਠੀਕ ਆ ਹੈਲੋ ਹਾਂਜੀ ਹਾਂਜੀ ਜਦੋਂ ਮੈਂ ਆਇਆ ਤੇ ਮੇਰੀ ਮਾਂ ਦੀ ਲੱਤ ਵੇਖੀ ਦੁਖਦੀ ਤੇ ਮੈਨੂੰ ਬੜਾ ਮਨ ਖਰਾਬ ਹੋਇਆ ਤੇ ਉੱਤੋਂ ਸਾਰਾ ਕੁਝ ਬੰਦ ਹੈ ਤੇ ਮੈਂ ਕਿਹੜੀ ਚੀਜ਼ ਦਿਆਂ ਮੇਰੀ ਮਾਂ ਦੀ ਲੱਤ ਠੀਕ ਹੋ ਜਾਏ ਜੀ ਤੇ ਮੁੰਡਾ ਆ ਰਿਹਾ ਮੈਂ ਉਸ ਮੁੰਡਾ ਜਿਹੜਾ ਬੋਲਦਾ ਸੀ ਉਹਦੇ ਕੋਲ ਨੰਬਰ ਲੈ ਕੇ ਮੈਂ ਉਸ ਮੁੰਡੇ ਨੂੰ ਕਾਲ ਕੀਤੀ ਪੰਜਾਬ 'ਚ ਬੋਲਦਾ ਨਵੇਂ ਸ਼ਹਿਰ ਜੀ ਜਿਹੜਾ ਤੁਸੀਂ ਤੁਹਾਡੇ ਤਰ੍ਹਾਂ ਪ੍ਰੋਗਰਾਮ ਕਰ ਰਿਹਾ ਸੀ ਮੈਂ ਉਹਦੇ ਕੋਲ ਨੰਬਰ ਲਿਆ ਮੈਨੂੰ ਤਰਸ ਬੜਾ ਆਇਆ ਵਿਚਾਰਾ ਕਿੱਥੋਂ ਆ ਤੇ ਮਾਂ ਬਿਮਾਰ ਹੈ ਜੀ ਜੀ ਅੱਛਾ ਮੈਂ ਉਹ ਮੁੰਡੇ ਨੇ ਫੋਨ ਚੁੱਕ ਲਿਆ ਮੈਂ ਗੇਲਾਂ 'ਚ ਬੋਲਣੀ ਹੈ ਮੈਂ ਜਸ ਪੰਜਾਬੀ ਤੁਸੀਂ ਬੋਲ ਰਹੇ ਉਹ ਬੋਲਦਾ ਪਿਆ ਸੀ ਮੁੰਡਾ ਵਿੱਚ ਜੀ
ਮੈਂ ਆਖਿਆ ਬੇਟਾ ਜਿਹੜੀ ਸੱਜੀ ਜਿਹੜੀ ਲੱਤ ਪੀੜ ਕਰਦੀ ਤੀਜਾ ਨੰਬਰ ਤੇ ਹੁਣ ਧਾਗਾ ਹੀ ਬੰਨ ਲਾਇਆ ਤੂੰ ਵੱਟ ਕੇ ਥੋੜਾ ਜਿਹਾ ਮੋਟਾ ਜ਼ਿਆਦਾ ਮੋਟਾ ਨਹੀਂ ਛੱਲਾ ਪਾਈਦਾ ਤੇ ਇਹ ਧਾਗਾ ਮੈਂ ਬੰਨਿਆ ਜਾ ਰਹਾ ਬੰਦਿਆਂ ਦੱਸਦੇ ਨਹੀਂ ਤਾਰ ਤਾਂਬੇ
ਗੁੰਜਲੀ ਜਾਏਗੀ, ਲੱਤ ਨੇ ਗੁੰਜਲੀ ਉੱਥੇ ਖੁੱਲੇ ਹੀ ਤੁਹਾਨੂੰ ਆਰਾਮ ਆਉਣ ਲੱਗ ਜਾਏਗਾ, ਮਾਮੂਲੀ ਜਿਹਾ ਕੰਮ ਹੈ। ਠੀਕ ਹੈ ਜੀ, ਉਹ ਸੁਣ ਰਹੇ ਨੇ, ਨਹੀਂ ਤਾਰ ਤਾਂਬੇ ਦੀ ਪਤਲੀ ਜੀ ਮਿਲੇ ਛੱਲਾ ਪਾ ਲਓ, ਤਾਂਬੇ ਦਾ ਛੱਲਾ ਮਿਲ ਜਾਏਗਾ ਸੁਨਿਆਰਿਆਂ ਕੋਲੋਂ ਪਾ ਲਓ, ਨਹੀਂ ਤਾਂ ਧਾਗਾ ਹੀ ਵੜ ਕੇ ਛੱਲੇ ਤਰ੍ਹਾਂ ਬੰਨ ਲਓ, ਇੰਨਾ ਸੌਖਾ ਜਿਹਾ ਕੰਮ ਜੇ। ਜਿਹਨੇ ਕਿਹਾ ਸੀ ਨਾ ਵੀ ਸਟੈਂਟ ਪਾਏ ਨੇ ਜੀ, ਮੈਂ ਸੁਣ ਰਹੀ ਸਾਂ ਜੀ, ਗੈਸ ਕਸਟਰਾਵਲ ਹਾਰਦਿਕ ਬਾਈਪਾਸ ਸਰਜਰੀ ਜੀ, ਸਟੈਂਟ ਜਿਹੜੀ ਕੱਪ ਕੱਪ ਵਾਲੀ ਅਦਰਕ ਵਾਲੀ ਦਵਾਈ ਹੈ ਨਾ ਜੀ ਜੀ, ਸਵੇਰੇ ਸੁੱਤੇ ਉੱਠਦੇ ਟੀਵਾ ਮੁੜ ਕੇ ਤੁਹਾਡਾ ਹਾੜ ਖਰਾਬ ਨਾ ਹੋਵੇ, ਗਏ ਬਸਿੰਦਾ ਦੇ ਮੈਂ ਅੱਗੇ ਤੁਹਾਨੂੰ ਦੱਸਿਆ ਸੀ ਮੇਰੇ ਜਵਾਈਆਂ ਦੋ ਟੀਵਾ ਬੰਦ ਹੋ ਗਈਆਂ ਸੀ, ਅਪੋਇੰਟਮੈਂਟ 15 ਦਿਨ ਰਹਿ ਗਏ ਸੀ, ਤੇ ਮੈਂ ਕਿਹਾ ਆਹ ਪੀ ਕੇ ਵੇਖ ਜਿਹੜੀ ਮੈਂ ਪੀਨੀ, ਤੇ ਡਾਕਟਰਾਂ ਨੇ ਕਿਹਾ ਤੁਹਾਡੇ ਟੀਵਾ ਹੀ ਸਾਫ਼ ਹੋ ਗਈਆਂ 15 ਦਿਨਾਂ ਦੇ ਵਿੱਚ ਹੀ, ਜਦੋਂ ਦੀ ਸਰਜਰੀ ਹੋਣੀ ਸੀ। ਇਹ ਸਟੈਂਟ ਵਾਲੇ ਪੀ ਸਕਦੇ ਨੇ, ਬਾਈਪਾਸ ਸਰਜਰੀ ਵਾਲੇ ਪੀ ਸਕਦੇ ਨੇ, ਹਾਰਟ ਦੀ ਕੋਈ ਪ੍ਰੋਬਲਮ ਪੀ ਸਕਦੇ ਨੇ, ਗੈਸ ਕਸਟਰੋਲ ਪੀ ਸਕਦੇ ਨੇ, ਇਹਦੇ ਨਾਲ ਜੋੜਾਂ ਦੀ ਦਰਦਾਂ ਵੀ ਹਟ ਜਾਣੀਆਂ, ਤੁਹਾਡਾ ਮੋਟਾਪਾ ਵੀ ਘੱਟ ਜਾਂਦਾ ਕਿਸੇ ਨੇ ਘਟਾਉਣਾ ਹੋਵੇ ਤਾਂ। ਇੰਨੀ ਅੱਛੀ ਦਵਾਈ ਉਹ ਸਟੈਂਟ ਵਾਲੇ ਪੀ ਸਕਦੇ। ਮੈਂ ਰੋਜ਼ ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਮੈਂ ਇਹਨੇ ਪੀਣਾ ਹੁੰਦਾ, ਵੱਡਾ ਸਾਰਾ ਚਮਚਾ ਭਰ ਕੇ ਮੂੰਹ ਚ ਪਾ ਕੇ ਤੱਤਾ ਪਾਣੀ ਪੀ ਲੈਂਦੀ ਹਾਂ ਉੱਤੋਂ, ਮੇਰਾ ਨੇਮ ਹੈ ਜੀ। ਮੈਨੂੰ 8 ਸਾਲ ਹੋ ਗਏ, 4 ਸਟੈਂਟ ਪਾਏ ਨੇ, ਮੈਂ ਚੈੱਕ ਕਰਾਉਂਦੀ ਰਹਿੰਦੀ, ਕਦੀ ਉਹਨਾਂ ਨੇ ਕਿਹਾ ਖਰਾਬ ਨੇ, ਸਿਰਫ ਇੱਕ ਚਮਚਾ ਹੀ ਪੀਣਾ ਹੁੰਦਾ ਵੱਡਾ, ਬਸ ਪੀਣ ਜ਼ਰੂਰ, ਕੁਛ ਨਹੀਂ ਹੁੰਦਾ ਇਹਦੇ ਨਾਲ। ਠੀਕ ਹੈ, ਦੇਖੋ ਕਹਿੰਦੇ ਨਾ ਬੱਚੇ ਦਾ ਉਹ ਹੁੰਦਾ ਪਿਆ ਇਹ ਨੱਕ ਵਗਦਾ ਹੈ, ਹਾਂਜੀ, ਹੁਣ ਛੋਟਾ ਹੈ ਉਹਨੂੰ ਇਹ ਕਈ ਕਰਨ, ਘਿਓ ਦੇ ਵਿੱਚ ਨਾ ਸੌਂਫ ਤੇ ਬਦਾਮ ਤੇ ਮੋਟੀ ਇਲਾਚੀ ਪਾ ਕੇ ਨਾ ਘਿਓ ਸਾੜ ਲੈਣ ਜੀ, ਉਹਨੂੰ ਗਰਮ ਗਰਮ ਲੈ ਕੇ ਨਾ ਉਂਗਲਾਂ ਡੋਬ ਕੇ ਪੁਰਪੜੀਆਂ ਤੇ ਮੱਥੇ ਤੇ ਤਾਲੂ ਤੇ ਸਿਰ ਤੇ ਉਹਨੂੰ ਮਲਣ, ਨੱਕ ਸੁੱਕੇਗਾ ਜੀ। ਓਕੇ ਜੇ ਉਹ ਪੀ ਲੈਣ ਨਾ ਥੋੜਾ ਜਿਹਾ ਲੌਂਗ ਦਾ ਉਬਾਲਿਆ 2-3 ਘੁੱਟ, ਬੱਚੇ ਨੂੰ ਪਾਣੀ ਪਿਆ ਦੇਵੇ ਨਾ, ਪਾਣੀ ਉਬਲਿਆ ਸੁੰਘਾ ਸੁੰਘਾ ਕੇ, ਤੇ ਰਾਈਟ ਵੇ ਆਰਾਮ ਆ ਜਾਏਗਾ ਉਹਨੂੰ, ਪਾਣੀ ਸੁੱਕ ਜਾਏਗਾ। ਇੱਕ ਦੂਜੀ ਗੱਲ ਇਹ ਹੈਗੀ ਏ ਵੀ ਲੈ ਕੇ ਨਾ ਆਪਣੀ ਕੀ ਨਾ ਉਹਦਾ, ਇੱਕ ਮਿੰਟ ਇੱਥੇ ਪਿਆ ਮੇਰਾ ਆ ਲੱਗ ਗਿਆ, ਉਹ ਐਂ ਕਰੇ ਉਹ ਤਾਂ ਖਾ ਹੀ ਲੈ ਗਈ ਨੀ, 4 ਸਾਲ ਦੀ ਕੁੜੀ ਆਖਿਆ ਸੀ ਨਾ, 6 ਸਾਲ ਦੀ ਵੱਡੀ ਸਾਰੀ, ਛੋਲੇ ਛੋਲੇ ਭੁੱਜੇ ਜਿਹੜੇ ਆਪਣੇ ਨੇ, ਆਪਣੇ ਛੋਲੇ ਭੁੱਜੇ ਆਪਾਂ ਖਾਂਦੇ ਆ ਜੀ, ਪਿਸਤਾ ਤੇ ਬਦਾਮ ਤੇ ਮਿਸ਼ਰੀ ਤੇ ਖਸਖਸ, ਪਿਸਤਾ ਬਦਾਮ ਮਿਸ਼ਰੀ ਖਸਖਸ, ਇਹਨੂੰ ਕੁੱਟ ਕੇ ਨਾ ਉਹਨੂੰ ਦੁੱਧ ਚਮਚਾ ਘੋਲ ਕੇ ਦੇਵੇ, ਉਹਦੇ ਨਿੱਛਾ ਨਜਲਾ ਪਾਣੀ ਵਗਦਾ ਖੋਜ, ਇਹ ਕਰਕੇ ਘਿਓ ਦੱਸਿਆ ਨਾ ਸਾੜ ਕੇ, ਬਦਾਮ ਸੌਂਫ ਤੇ ਦਾਲਚੀਨੀ, ਇੰਨਾ ਮੋਟੀ ਇਲਾਚੀ, ਦਾਲਚੀਨੀ ਨਹੀਂ, ਸੌਂਫ ਬਦਾਮ ਤੇ ਮੋਟੀ ਇਲਾਚੀ ਸਾੜ ਕੇ ਨਾ, ਅੱਗੇ ਸਾਡੀਆਂ ਮਾਵਾਂ ਵੀ ਸਾਨੂੰ ਲਾਏ ਸੀ, ਬੱਚਿਆਂ ਨੂੰ ਲਾਉਂਦੀ ਰਹੀ ਹਾਂ ਮੈਂ, ਇਹਦਾ ਨੱਕ ਨੁੱਕ ਸੁੱਕ ਜਾਏਗਾ, ਗਰਮ ਗਰਮ ਵਿੱਚ ਉਂਗਲਾਂ ਡਬੋ ਕੇ ਨਾ ਪੁਰਪੜੀਆਂ ਤੇ ਮੱਥੇ ਤੇ ਤਾਲੂ ਤੇ ਸਿਰ ਚ ਕਰੇਗੀ ਨਾ, ਉਹ ਨੱਕ ਜਿਹੜਾ ਵਗਦਾ ਵਗਦਾ ਸੁੱਕ ਜਾਏਗਾ। ਠੀਕ ਹੈ ਜੀ, ਇੱਕ ਜਿਹੜਾ ਮੈਂ ਦੱਸਿਆ ਨਾ ਪਿਸਤਾ ਬਦਾਮ ਮਿਸ਼ਰੀ ਖਸਖਸ, ਅੱਧਾ ਕੁ ਚਮਚਾ ਦੁੱਧ ਗਰਮ ਚ ਘੋਲ ਕੇ ਪਿਆਵੇ ਉਹਨੂੰ, ਉਹ ਬਿਲਕੁਲ ਠੀਕ ਹੋ ਜਾਏਗੀ। ਠੀਕ ਹੈ ਜੀ। ਅੱਛਾ ਜੀ, ਇੱਕ ਉਹਨਾਂ ਕਿਹਾ ਜੀ ਉਲਟੀ ਆਉਂਦੀ ਹੈ ਭੈਣ ਜੀ, ਦੂਜੇ ਨੰਬਰ ਦੂਜੇ ਮੈਂ ਤੇਰੇ ਭਾਣੇ ਫੋਨ ਵੀ ਲਾਇਆ ਸੀ, ਪ੍ਰੀਤ ਆ ਗਈ ਹੈ 4:30 ਹੋਣ ਵਾਲੇ ਨੇ, ਪਰ ਉਹ ਆਪਣੀ ਨੀਰੂ ਬੋਲ ਰਹੀ ਸੀ, ਉਹ ਇੱਕ ਲੇਡੀ ਬੋਲਦੀ ਪਈ ਸੀ, ਮੈਨੂੰ ਉਲਟੀਆਂ ਨੀ ਖਲੋਣੀਆਂ, ਬੜੀਆਂ ਦਵਾਈਆਂ ਖਾਧੀਆਂ, ਲੈ ਦੱਸ। ਅੱਛਾ ਅੱਛਾ ਜੀ, ਲੈ ਵੀ ਉਲਟੀ ਦਾ ਮੈਂ ਸੌਖਾ ਜਿਹਾ ਦਵਾਈ ਦੱਸ ਦਿੰਦੀ ਹਾਂ ਜੀ ਜੀ ਜ਼ਰੂਰ। ਅੱਜ ਕੱਲ੍ਹ ਤੁਸੀਂ ਐਂ ਕਰੋ, ਕੀਵੀ ਫਰੂਟ ਪਾ ਕੇ ਨਾ, ਆਵਾਕਾਡੋ ਪਾ ਕੇ, ਕੇਲੇ ਤੋਂ ਬਗੈਰ ਅੰਗੂਰ ਵੀ ਪਾ ਲਓ, ਸੇਬ ਪਾ ਲਓ, ਪਾ ਕੇ ਨਾ ਫਰੂਟ ਕੱਟ ਕੇ ਨਾ ਤੁਸੀਂ ਕਾਲੀ ਮਰਦਾ ਨਮਕ ਤੇ ਲੂਣ ਲਾ ਕੇ ਰੋਜ਼ ਰੋਟੀ ਜਿਵੇਂ ਸਲਾਦ ਖਾਈਦਾ ਖਾਇਆ ਕਰੋ, ਖੀਰੇ ਨੂੰ ਲੂਣ ਕਾਲੀ ਮਰਦਾ ਨਮਕ ਲਾ ਕੇ ਨਾ ਲੂਣ ਲਾ ਖਾਓ, 2 ਸੰਗਤਰੇ ਲੂਣ ਲਾ ਕੇ ਰੋਜ਼ ਜ਼ਰੂਰ ਖਾਓ ਜੀ, ਮਿਊਨ ਸਿਸਟਮ ਵਾਲੇ ਬੜੇ ਚੰਗੇ ਰਹੋਗੇ, ਹਾਜ਼ਮਾ ਤੁਹਾਡਾ ਠੀਕ ਰਹੇ, ਅੱਜ ਕੱਲ੍ਹ ਬੜਾ ਜ਼ਰੂਰੀ ਹੈ ਜੀ ਜੀ। ਉਲਟੀ ਵਾਲੇ ਨੂੰ ਹੁਣ ਮੈਂ ਦੱਸਣ ਲੱਗੀ ਆ, ਉਹਦੀਆਂ ਉਲਟੀਆਂ ਝੱਟ ਖਲੋ ਜਾਣੀਆਂ, ਉਹ ਕਹਿੰਦੀ ਮੈਨੂੰ ਇੰਨਾ ਚਿਰ ਹੋ ਗਿਆ ਦਵਾਈਆਂ ਲਿਆਉਂਦੀ ਨੂੰ ਜੀ, ਇੱਕ ਤਾਂ ਉਹ ਐਂ ਕਰਨ ਤੁਲਸੀ ਦਾ ਰਸ ਤੇ ਅਦਰਕ ਦਾ ਰਸ ਜੀ, ਨਿੰਬੂ ਨਿਚੋੜ ਕੇ ਨਾ ਕਾਲੀ ਮਿਰਚ ਨਮਕ ਪਾ ਕੇ 2 ਚਮਚੇ ਪੀਣ, ਬੜੀ ਸਵਾਦ ਜੀ ਬਣੇਗੀ, ਮੈਂ ਵੀ ਪੀਤੀ ਸੀ ਇੱਕ ਦਿਨ ਜੀ। ਅੱਛਾ ਜੀ, ਇੱਕ ਉਹ ਕਰਨ ਸੌਂਫ ਤੇ ਅਦਰਕ ਕੁੱਟ ਕੇ ਨਾ, ਕਾਲਾ ਨਮਕ ਪਾ ਕੇ ਸੌਂਫ ਤੇ ਅਦਰਕ ਜੀ, ਕਾਲਾ ਥੋੜਾ ਨਮਕ ਪਾਉਣ, ਜ਼ਿਆਦਾ ਨਾ ਪਾਉਣ, ਜਿੰਨਾ ਮੂੰਹ ਦਾ ਸਵਾਦ, ਕੁੱਟ ਕੇ ਤੇ ਚਮਚਾ ਖਾਣ, ਪਾਣੀ ਗਰਮ ਥੋੜਾ ਲੈ ਲੈਣ ਜੀ, ਤੇ ਉਲਟੀਆਂ ਖੋ ਜਾਣਗੀਆਂ, ਕਿੰਨੀਆਂ ਵੀ ਕਿਚਣ ਲੱਗੀਆਂ, ਕਦੋਂ ਦੀਆਂ ਲੱਗੀਆਂ ਹੋਈਆਂ।
ਜਵੈਣ ਦਾ ਅਦਰਕ ਜੇ ਪਿਆ ਨਾ ਦੋ ਚਮਚੇ ਪੀ ਲੈਣਾ ਆਪਣੀ ਜਵੈਣ ਦਾ ਅਦਰਕ ਤਾਂ ਮੇਰੇ ਘਰਾਂ ਚ ਰੱਖਣਾ ਚਾਹੀਦਾ, ਸੌਂਫ ਦਾ ਅਦਰਕ ਦਾ ਇਹ ਚੀਜ਼ਾਂ ਰੱਖਿਆ ਕਰੋ, ਬਨਖਸ਼ਾ ਮਲੱਟੀ ਤੁਲਸੀ ਦੇ ਪੱਤੇ ਫਿਰ ਪਾਊਡਰ ਜਾਂ ਗਲੋਹ ਦਾ, ਇਹਦੀਆਂ ਚੀਜ਼ਾਂ ਘਰ ਚ ਅੱਜ ਕੱਲ ਬੜੀਆਂ ਜ਼ਰੂਰੀ ਨੇ ਜੀ। ਜਦੋਂ ਥੋੜਾ ਬੁਖਾਰ ਸੁਣਦੇ ਜੇ ਗਲੋਹ ਤੇ ਤੁਲਸੀ ਤੇ ਪਾਣੀ ਉਬਾ ਮਿਸ਼ਰੀ ਪਾ ਕੇ ਉਬਾਲ ਕੇ ਪਿਆਂਦੇ ਜਾਓਗੇ ਤਾਂ ਬੁਖਾਰ ਉਤਰ ਜਾਏਗਾ। ਕਾਂਬੇ ਦਾ ਚੜੇ ਅੱਜ ਕੱਲ ਮੌਸਮ ਇਹ ਹਿਸਾਬ ਹੋਇਆ ਪਿਆ, ਇੱਕ ਚੁਟਕੀ ਗਰਮ ਪਾਣੀ ਘੋਲ ਕੇ ਪੀਓ ਘੰਟੇ ਬਾਅਦ ਉਤਰ ਜਾਏਗਾ। ਹੁਣ ਮੈਂ ਦੂਜੀ ਉਲਟੀ ਦਾ ਦੱਸਣ ਲੱਗੀ ਆ ਮੈਂ ਜੀ। ਜਦੋਂ ਤੁਸੀਂ ਐਂ ਕਰਨਾ ਹੈ ਚਿੱਟਾ ਜੀਰਾ ਭੁੰਨ ਲੈਣ, ਥੋੜਾ ਨਹੀਂ ਹੈਗਾ ਤਾਂ ਕਾਲਾ ਭੁੰਨ ਲੈ, ਕੋਈ ਗੱਲ ਨੀ। ਠੀਕ ਹੈ ਜੀ। ਭੁੰਨ ਕੇ ਥੋੜਾ ਪਾ ਲਓ, ਭਾਵੇਂ ਚਾਰ ਚਮਚੇ ਪਾ ਲਓ, ਜਿਆਦਾ ਬਣਾ ਕੇ ਰੱਖ ਲਓ ਕੋਈ ਗੱਲ ਨੀ, ਫਰਿਜ ਚ ਰੱਖ ਲਓ ਕੁਛ ਨੀ ਹੁੰਦਾ ਜੀ। ਚਿੱਟਾ ਜੀਰਾ ਭੁੰਨ ਕੇ ਥੋੜਾ ਭੁੰਨ ਲੈਣ, ਕਾਲਾ ਭੁੰਨ ਲੈਣ, ਪੁਦੀਨਾ ਕਾਲੀ ਮਿਰਚ ਲੂਣ ਅਦਰਕ ਤੇ ਆਪਣਾ ਨਿੰਬੂ ਨਿਚੋੜ ਕੇ ਉਹਨੂੰ ਚਟਨੀ ਜੀ ਬਣਾ ਲੈਣ ਜੀ। ਤੇ ਰੋਟੀ ਜਦੋਂ ਖਾ ਲੈਣਗੇ ਨਾ ਉੱਤੋਂ ਚਮਚੇ ਦੋ ਮੂੰਹ ਚ ਪਾਉਣ, ਉਹਨਾਂ ਦਾ ਹਾਜ਼ਮਾ ਬਿਲਕੁਲ ਠੀਕ ਹੋ ਜਾਏਗਾ। ਰਾਤ ਨੂੰ ਇਮਲੀ ਭਿਉਂ ਕੇ ਰੱਖ ਦੇਣ, ਇਮਲੀ ਦਾ ਪਤਾ ਨੀ ਨਾ ਜਿਹੜੀ ਆਪਾਂ ਚਟਨੀ ਬਣਾਉਣੀ, ਇਮਲੀ ਜਿਹੜੀ ਹੁੰਦੀ ਹੈ ਖੱਟੀ ਜੀ, ਉਹ ਗਲਾਸ ਪਾਣੀ ਚ ਅੱਧੇ ਚ ਭਿਉਂ ਕੇ ਰੱਖ ਦੇਣ, ਸਵੇਰੇ ਮਿੱਧ ਕੇ ਨਾ ਪੁਣ ਕੇ ਤੇ ਕਾਲੀ ਮਿਰਚ ਦਾ ਨਮਕ ਪਾ ਕੇ ਰੱਖ ਲੈਣਗੇ। ਜਦੋਂ ਜੀ ਕੀਤਾ ਘੁੱਟ ਭਰ ਲਿਆ, ਜਦੋਂ ਜੀ ਕੀਤਾ ਘੁੱਟ ਭਰਿਆ, ਉਲਟੀ ਬਿਲਕੁਲ। ਮੈਂ ਸਾਰਿਆਂ ਮਤੇ ਦੱਸਿਆ, ਕਿੰਨੀ ਵੀ ਕਦੋਂ ਦੀ ਕਿਸੇ ਨੂੰ ਉਲਟੀ ਆਉਂਦੀ ਹੋਵੇਗੀ ਨਾ, ਤੁਹਾਨੂੰ ਆਰਾਮ ਆ ਗਿਆ। ਖੱਟੀ ਲੱਸੀ ਵਿੱਚ ਇੰਗ ਘੋਲ ਕੇ ਪੀ ਲਓਗੇ, ਤੁਹਾਡੀ ਉਲਟੀ ਨੂੰ ਆਰਾਮ ਆ ਜਾਏਗਾ। ਹੁਣ ਚਾਰ ਪੰਜ ਨੁਸਖੇ ਮੈਂ ਦੱਸ ਦਿੱਤੇ ਨੇ, ਮੈਂ ਤਾਂ ਦੱਸੇ ਵੀ ਹੋਰ ਵੀ ਕੋਈ ਸੁਣ ਲੈਗਾ, ਉਲਟੀਆਂ ਉਲਟੀਆਂ ਤਾਂ ਅੱਜ ਕੱਲ੍ਹ ਆ ਰਹੀਆਂ ਪਈਆਂ ਸਾਰਿਆਂ ਨੂੰ। ਇੱਕ ਜਿਹੜਾ ਹੈ ਨਾ ਪੁਦੀਨਾ, ਹਰਾ ਧਨੀਆ, ਹਰੀ ਮਿਰਚ, ਲਾਲ ਪਿਆਜ, ਟਮਾਟਰ ਜੀ, ਤੇ ਇਮਲੀ, ਇਮਲੀ ਦੀ ਭਾਵੇਂ ਛਿੱਲ ਪਾ ਲਓ ਤੇ ਅਨਾਰ ਦਾਣਾ, ਤੇ ਇਮਲੀ ਦੀ ਪਾਣੀ ਥੋੜਾ ਸੱਟ ਕੇ ਨਾ ਚਟਨੀ ਜ਼ਰੂਰ ਕੁੱਟ ਕੇ ਰੱਖੋ, ਇਹਦੇ ਰੋਟੀ ਨਾਲ ਖਾਓ, ਵੈਸੇ ਖਾਓ, ਬੜੀ ਸਵਾਦ ਹੈ। ਕਾਲੀ ਮਿਰਚ ਵਿੱਚ ਪਾ ਲਓ ਨਮਕ ਆਲਮ, ਲਾਲ ਮਿਰਚ ਪਾ ਲਓ ਕੱਚੀ, ਹਰੀ ਮਿਰਚ ਪਾ ਲਓ ਕੱਚੀ, ਖੱਟੇ ਅੰਗੂਰ ਪਾ ਲਓ ਵਿੱਚ ਉਹਦੇ ਥੋੜੇ ਜਿਹੇ ਜੀ। ਇੱਕ ਅੰਬ ਨੂੰ ਛਿੱਲ ਕੇ ਤੇ ਉਹਦਾ ਪਾ ਲਓ ਗੁੱਦਾ ਕੱਢ ਕੇ, ਖੱਟੇ ਖੱਟੇ ਅੰਬ ਦਾ, ਇਹ ਚਟਨੀ ਅੱਜ ਕੱਲ ਬੜੀ ਜ਼ਰੂਰੀ ਜੇ। ਹੋਰ ਕਿਸੇ ਨੇ ਕੁਛ ਪੁੱਛਿਆ ਸੀ ਮੈਨੂੰ ਯਾਦ ਨੀ ਆਉਂਦਾ ਪਿਆ। ਉਹ ਇੱਕ ਕਹਿੰਦੇ ਕਿ ਉਹਨਾਂ ਦੀ ਕੁੜੀ ਹੈਗੀ 30 ਸਾਲ ਦੀ ਇੰਡੀਆ, ਤੇ ਉਹਨੂੰ ਵਿਚਾਰੀ ਨੂੰ ਉਹਦੀ ਫੂਡ ਪਾਈਪ ਤੇ ਕੈਂਸਰ ਹੋ ਗਿਆ। ਤੇਰੀ ਸੀ ਮੈਨੂੰ ਪਹਿਲਾਂ ਦੱਸਿਆ, ਇੱਕ ਮਿੰਟ ਵੇਟ ਕਰ, ਉਹਦੇ ਬਾਰੇ ਦੱਸ ਦੋ ਪਲੀਜ਼। ਵਨ ਮਿੰਟ, ਉਹ ਪੁੱਛ ਰਹੇ ਸੀ ਐਪਰੀਕੋਟ ਦੇ ਬੀ ਉਂਜੀ ਖਾ ਲੈਣ ਕਿ ਉਹਨੂੰ ਕਾਸੇ ਦੇ ਵਿੱਚ ਮਿਕਸ ਕਰਕੇ। ਮੈਂ ਹੁਣੇ ਹੀ ਦੱਸ ਦੇਣੀ ਬੇਟੇ, ਮੇਰੇ ਕੋਲ ਪੇਪਰ ਪਿਆ ਇੱਥੇ ਜੀ। ਉਹਨਾਂ ਨੇ ਆਹੀ ਕਰਨਾ ਹੈ ਜੀ, ਜਿਹੜੇ ਐਪਰੀਕੋਟ ਦੇ ਬੀਜ ਨੇ ਨੇ ਇੱਕ ਚਮਚਾ ਖਾਣਾ ਰੋਜ਼ ਪਾਣੀ ਨਾਲ। ਅੱਛਾ ਜੀ। ਕੌੜੇ ਬਦਾਮ ਦੀ ਗਿਰੀਆਂ 8-9 ਚੱਬ ਕੇ ਖਾ ਲੈ, 7-8 ਪਾਣੀ ਪੀ ਲੈ ਗਰਮ ਜੀ। ਜਿਹੜਾ ਸੋਡਾ ਹੈ ਨਾ ਆਪਣੇ ਬੇਕਿੰਗ ਸੋਡਾ ਹੈ ਨਾ ਸਬਜ਼ੀ ਵਾਲਾ, ਹਾਂਜੀ, ਇੱਕ ਚੁਟਕੀ ਕੋਸੇ ਪਾਣੀ ਪਿਓ, ਇੱਕੇ ਦਿਨ ਜੋ ਮਰਜ਼ੀ ਖਾਈ ਚੱਲੋ, ਇਹਦੇ ਕੋਈ ਸਾਈਡ ਇਫੈਕਟ ਨਹੀਂ। ਇੱਕ ਚੁਟਕੀ ਸੋਡੇ ਦੀ ਗਰਮ ਕੋਸੇ ਪਾਣੀ ਘੋਲ ਕੇ ਰੋਜ਼ ਪੀਵੇ। ਇੱਕ ਨਿੰਬੂ ਜਿਹੜਾ ਹੈ ਨਾ ਉਹਨੂੰ ਰਾਤੀ ਫ੍ਰੀਜ਼ਰ ਚ ਰੱਖ ਦਿਓ, ਪੀਲਾ ਨਿੰਬੂ ਫ੍ਰੀਜ਼ਰ ਜਿੱਥੇ ਬਰਫ਼ ਜੰਮਦੀ ਜੀ, ਉਹ ਇੱਟ ਵਰਗਾ ਸਵੇਰੇ ਹੋਇਆ ਪਿਆ ਹੈਗਾ ਪੱਥਰ ਵਰਗਾ, ਉਹਨੂੰ ਕੁੱਟ ਕੇ ਗ੍ਰਾਇੰਡ ਕਰਕੇ, ਮੂਲੀ ਕੱਟੋ, ਖੀਰਾ ਕੱਟੋ, ਗਾਜਰ ਕੱਟੋ, ਜੋ ਵੀ ਚੀਜ਼ ਕੱਟਣੀ ਕੱਟ ਕੇ, ਲਾਲ ਪਿਆਜ ਕੱਟੋ, ਉਹਦੇ ਵਿੱਚ ਪਾ ਕੇ ਸਲਾਦ ਦੇ ਨਿੰਬੂ ਨਿਚੋੜ ਕੇ ਕੁੜੀ ਖਾਵੇ। ਠੀਕ ਹੈ ਜੀ। ਉਹ ਨਿੰਬੂ ਦਾ ਜਿਹੜਾ ਫ੍ਰੀਜ਼ ਕੀਤਾ ਨਾ ਉਹ ਬੜੀ ਅੱਛੀ ਚੀਜ਼ ਹੈ ਕੈਂਸਰ ਵਾਸਤੇ ਜੀ ਜੀ। ਫਿਰ ਉਹਨੂੰ ਇੱਕ ਗਾਜਰ ਦਾ 2 ਗਲਾਸ ਕੱਢ ਲੈਣ ਕਰਨ ਜੂਸ, ਤੇ ਇੱਕ ਨਿੰਬੂ ਪੀਲ ਦੇ ਛਿੱਲੜ ਦੀ ਚਟਨੀ ਕੁੱਟਣੀ, ਗੁੱਦਾ ਸੁੱਟ ਦੇਣਾ। ਅੱਛਾ ਜੀ। ਉਹਦਾ ਜਦੋਂ ਜੀ ਕਰੇ ਸਾਰਾ ਦਿਨ ਥੋੜਾ ਥੋੜਾ ਪੀਂਦੀ ਰਹੇ ਜੀ। ਇੱਕ ਰੋਟੀ ਖਾ ਕੇ ਤੁਲਸੀ ਦੇ ਪੱਤੇ ਖਾਵੇ 5-6 ਮੂੰਹ ਚ ਜੀ, ਖਾ ਕੇ ਭਾਵੇਂ ਪਾਣੀ ਘੁੱਟ ਭਰ ਲਵੇਗਾ, ਲੰਘ ਜਾਵੇਗਾ। ਇੱਕ ਉਹਨਾਂ ਨੂੰ ਕਿਤੋਂ ਮਿਲ ਜਾਵੇ ਨਾ ਅਮਰ ਵੇਲ ਨੀ ਮਿਲਣੀ, ਉਹਦਾ ਜੂਸ ਤਾਂ ਪੀ ਲਓ, ਉਹਨਾਂ ਦਾ ਬੜਾ ਫਰਕ ਪੈ ਜਾਂਦਾ। ਉਹਨੂੰ ਕਹਿਣਾ ਇੱਕ ਜਿਹੜੀ ਨਾ ਕੀਵੀ ਫਰੂਟ ਰੋਜ਼ ਖਾਵੇ। ਠੀਕ ਹੈ ਜੀ। ਇੱਕ ਖਾ ਲਿਆ, 2 ਖਾ ਲਿਆ, ਖਰੋੜ ਦੀਆਂ ਗਿਰੀਆਂ ਪਾਣੀ ਰਾਤੀ ਭਿਉਂ ਰੱਖੇ, ਸਵੇਰੇ ਜ਼ਰੂਰ ਖਾਵੇ ਉਹ, ਕਰੋੜ ਖਾ ਲਿਆ, ਕਰੋੜ ਦੀ ਗਿਰੀ, 2 ਕਰੋੜ ਦੀਆਂ, ਇੰਨਾ ਖਾਵੇ। ਕਿੰਨੇ ਦੱਸੀਆਂ ਇਹ ਸਾਰੀਆਂ ਚੀਜ਼ਾਂ ਵਰਦੇ ਰਹਿਣ ਤੇ ਹਫ਼ਤੇ ਬਾਅਦ ਵੇਖਣਗੇ ਉਹਨਾਂ ਨੂੰ ਕਿੰਨਾ ਫਰਕ ਪੈ ਗਿਆ। ਐਪਰੀਕੋਟ ਦੇ ਬੀਜ ਤੇ ਕੌੜੀਆਂ ਗਿਰੀਆਂ, ਫਰੀਜ਼ਰ ਕੀਤਾ ਨਿੰਬੂ, ਹਾਂਜੀ, ਹਲਦੀ, ਇਹ ਜਦੋਂ ਅੰਦਰ ਜਾਂਦਾ ਜਾਏਗਾ ਨਾ ਕੈਂਸਰ ਨੂੰ ਐਂ ਸੱਪ ਤਰ੍ਹਾਂ ਲੜੇਗੀ। ਇਹ ਇੰਨੀ ਅੱਛੀ ਚੀਜ਼ ਹੈ, ਸਾਡੀ ਕੁੜੀ ਮਰੀ ਪਈ ਸੀ, 3 ਨੰਬਰ ਤੇ ਸਾਰੇ ਨੁਸਖੇ ਨਾਲ ਹੀ ਉਹਨੂੰ ਆਰਾਮ ਆ ਗਈ ਜਿਹੜਾ ਮੈਂ ਦੱਸਿਆ। ਠੀਕ ਹੈ ਜੀ। ਇਹ ਨੁਸਖਾ ਬਹੁਤ ਵੱਡਾ, ਪਰ ਇਹ ਨਹੀਂ ਕਿ ਚੀਜ਼ਾਂ ਹੀ ਖਾ ਲੈਣ ਜਿਹੜੀਆਂ ਮੈਂ ਦੱਸੀਆਂ ਨੇ, ਸੁਣਦੀਆਂ ਰਿਕਾਰਡ ਚ। ਦੂਜੀ ਗੱਲ ਇਹ ਹੈਗੀ ਏ ਵੀ ਇਸ ਤਰ੍ਹਾਂ ਕਰਨ ਕਰਨ ਜਿਹੜੀ ਹਲਦੀ ਕੱਚੀ ਹੈ ਨਾ ਅੱਜ ਕੱਲ ਮਿਲਦੀ ਏ, ਨਹੀਂ ਮਿਲਦੀ ਤਾਂ ਔਰਗੈਨਿਕ ਹਲਦੀ ਲੈ ਲੈਣ ਜੀ। ਉਹਨੂੰ ਦੁੱਧ ਦੇਣਾ, ਮਿੱਠਾ ਬੰਦ ਕਰਨ, ਕੈਂਸਰ ਵਾਲੇ ਬਿਲਕੁਲ ਮਿੱਠਾ ਬੰਦ ਕਰ ਦੋ। ਜੇ ਤੁਹਾਨੂੰ ਥੋੜਾ ਚਾਹੀਦਾ ਤੁਸੀਂ ਸ਼ੱਕਰ ਗੁੜ ਪਾ ਸਕਦੇ ਜੇ, ਮਿੱਠਾ ਪਾ ਦੇਣਾ ਹੀ ਨਹੀਂ ਜੀ, ਮਿੱਠੇ ਨਾਲੇ ਬਹੁਤ ਵੱਧ ਦੀਜੇ। ਇੱਕ ਜਿਹੜੀ ਕੱਚੇ ਮਸ਼ਰੂਮ ਨੇ ਨਾ, ਕੱਚੇ ਮਸ਼ਰੂਮ ਜੀ,
ਉਹ ਜਰੂਰ ਖਾਵੇ, ਪੰਜ ਚਾਰ ਦੋ ਚਾਰ ਰੋਜ਼ ਖਾ ਲਵੇ ਘਰੇ ਕੱਚੇ ਮਸ਼ਰੂਮ। ਠੀਕ ਹੈ ਜੀ। ਇੱਕ ਜਿਹੜਾ ਵੀਟ ਗਰਾਸ ਹੈ ਨਾ, ਕਈ ਕਰਨ ਅੱਜ ਕੱਲ ਕਣਕ ਬੀਜਦੇ ਨੇ ਗਮਲਿਆਂ ਦੇ ਵਿੱਚ ਜਾਂ ਕਿਆਰੀਆਂ ਦੇ ਵਿੱਚ ਜੀ, ਇੱਕ ਉੱਗਰ ਪੈ ਗਈ ਉਹਦਾ ਜੂਸ ਰੋਜ਼ ਕੱਢ ਕੇ, ਹੁਣ ਪੰਜ ਛੇ ਚਮਚੇ ਬਥੇਰਾ ਹੈ, ਪੰਜ ਸੱਤ ਚਮਚੇ ਰੋਜ਼ ਪਿਆਉਣ, ਬੜੀ ਜ਼ਰੂਰੀ ਜੀ। ਉਹ ਜੇ ਨਾਲ 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 ਗਮਲਿਆਂ 'ਚ, ਮੈਂ ਕੁੜੀ ਨੂੰ ਕਿਹਾ ਸੀ ਸਾਡੇ ਪਿੰਡ ਸਾਡੀ ਉਹਦੀ ਕੁੜੀ ਸੀ, ਮੈਂ ਕਿਹਾ ਜੀ ਗਮਲਿਆਂ 'ਚ ਇੱਕ ਗਮਲੇ 'ਚ ਪਾ ਰਹੇ, ਉਹ ਹੁੰਦਾ ਹੀ ਨਾਲ ਦੂਜਾ ਬੀ ਤੀਜਾ ਬੀ, ਐਵੇਂ ਉਹ ਮੁੱਕੇਗੀ ਹੋਰ ਹੋਰ ਕਰਕੇ, ਉਹਨੇ ਛੇ ਗਮਲੇ ਬਣਾਏ ਸੀ ਜੀ। ਉਹ ਗਮਲਿਆਂ 'ਚ ਉੱਗਰ ਪਈ ਜਲੇ ਵੀ ਨਹੀਂ ਸੀ ਨਾ, ਅੱਧੀ ਦੀ ਗਿੱਠ ਹੋ ਗਈ, ਉਹ ਤਾਂ ਕੱਟ ਕੇ ਉਹਨੂੰ ਹੁੰਦਾ ਕੁੱਟ ਕੇ ਜੂਸ ਕਰਕੇ ਕੱਪੜੇ ਨਾਲ ਪੀ ਲੈਂਦੀ ਸੀ। ਠੀਕ ਹੈ। ਕੱਚੇ ਮਸ਼ਰੂਮ ਜੀ, ਵੀਟ ਗਰਾਸ, ਵੀਟ ਗਰਾਸ ਹੀ ਸਦੀ ਦਾ ਕਣਕ ਦੇ ਜਿਹੜੀ ਹਰੀ ਕਣਕ ਦਾ ਜੂਸ। ਹਾਂਜੀ ਹਾਂਜੀ ਹਾਂਜੀ। ਜਿੰਨੇ ਨੁਕਸੇ ਮੈਂ ਦੱਸੇ ਨੂੰ ਵਰਤਣ, ਜੇ ਕੈਂਸਰ ਰਹਿ ਗਈ ਤਾਂ ਮੈਨੂੰ ਆ ਕੇ ਜਾਗੋ ਕਿਸਮਤ ਉਹਦੀ, ਮੈਨੂੰ ਇਹ ਨਹੀਂ ਪਤਾ ਹੁਣ ਚੌਥੇ ਡਿਜ਼ਾਇਰ ਤੇ ਤੀਜੇ ਤੇ ਦੂਜੇ ਤੇ ਕਿਜੇ, ਸਾਡੀ ਕੁੜੀ ਤੀਜੇ ਨੰਬਰ ਤੇ ਇਸੇ ਨੁਕਸੇ ਨਾਲ ਆਰਾਮ ਆਇਆ। ਜਿੰਨੀਆਂ ਮੈਂ ਦਵਾਈਆਂ ਦੱਸੀਆਂ ਸਵੇਰੇ ਤੁਹਾਡੇ ਰਿਕਾਰਡ ਚ ਨੋਟ ਕਰਕੇ ਲਿਖ ਲੈਣੇ ਸਾਰਾ ਨੁਕਸਾ, ਅੱਜ ਪੂਰਾ ਨਹੀਂ ਪਤਾ ਲੱਗਾ ਤਾਂ। ਥੈਂਕ ਯੂ ਜੀ। ਇੱਕ ਹੋਰ ਸੀ ਬੇਟਾ, ਮੈਨੂੰ ਯਾਦ ਨਹੀਂ ਆਉਂਦਾ, ਮੇਰੇ ਅੱਗੇ ਪੇਪਰ ਤਾਂ ਪਿਆ ਸੀ ਪਰ ਮੈਂ ਹੁਣ ਪਤਾ ਨਹੀਂ ਕਿੱਧਰ ਗਿਆ, ਲਿਖਿਆ ਸੀ ਮੈਂ ਇੱਕ, ਚਲੋ ਕੋਈ ਗੱਲ ਨਹੀਂ, ਅਗਲੀ ਵਾਰੀ ਸਹੀ ਆਂਟੀ ਜੀ। ਹਾਂਜੀ, ਜੇ ਲੱਭ ਗਿਆ ਠੀਕ ਹੈ, ਨਹੀਂ ਤਾਂ ਅਗਲੀ ਵਾਰੀ ਸਹੀ, ਕੋਈ ਗੱਲ ਨਹੀਂ। ਉਹ ਸੋਜ ਵਾਲੇ ਨੂੰ ਤਾਂ ਦੱਸ ਲਵਾਂ ਮੈਂ। ਹਾਂਜੀ, ਜਿਹਨੇ ਸੋਜ ਵਾਲਾ ਪੁੱਛਿਆ ਸੀ ਨਾ, ਉਹ ਤਾਂ ਇੱਕ ਕਰੇਲਾ ਕੁੱਟ ਕੇ ਨਾ ਉਹਦਾ ਜੂਸ ਕੱਢ ਕੇ ਦੋ ਚਮਚੇ ਨਿੰਬੂ ਚੋਰ ਕੇ ਪੀ ਲਓ, ਸੋਜ ਹਟ ਜਾਏਗੀ। ਅੱਧਾ ਚਮਚਾ ਸੁੰਡ ਪਾਣੀ ਚੋਂ ਉਬਾਲ ਕੇ ਪੀ ਲਓ, ਸੋਜ ਹਟ ਜਾਏਗੀ। ਜਿਹੜੇ ਪੇਂਟ ਕਰਨੇ ਆਪਾਂ ਨੇ ਮਕਾਨ, ਉਹਨਾਂ ਕੋਲ ਤਾਰ ਪੀਣ ਦਾ ਤੇਲ ਮਿਲ ਜਾਏਗਾ, ਤਾਰ ਪੀਣ ਦਾ ਸਪੈਲਿੰਗ ਬਣਾ, ਮੈਨੂੰ ਹੁਣ ਯਾਦ ਭੁੱਲ ਗਿਆ ਕੀ ਕਹਿੰਦੇ ਨੇ ਉਹ। ਅੱਛਾ ਕੋਈ ਨੀ, ਮੈਂ ਉਹਦੀ ਮਾਲਚ ਕਰੋ, ਸੋਜ ਵੀ ਹਟੇਗੀ ਤੇ ਪੀੜ ਵੀ ਹਟੇਗੀ। ਠੀਕ ਹੈ ਜੀ। ਸਾਰੇ ਉਹਦੇ ਤੇਲ ਦੇ ਵਿੱਚ ਨਾ ਤੁਲਸੀ ਦੇ ਪੱਤੇ ਸਾੜੋ। ਹਾਂਜੀ, ਉਹਦੇ ਨਾਲ ਸੋਜ ਦੇ ਨਾਲ ਸੋਜ ਹੜਕਿਆ ਜੀ, ਇੱਕ ਫਰਕੜੀ ਵਾਲੀ ਪੰਜੀਰੀ ਖਾਣ ਤੇ ਸੋਜ ਤੇ ਪੀੜਾਂ ਤਾਂ ਉੱਡ ਜਾਣਗੀਆਂ, ਪਰ ਖਾਂਦੇ ਨੀ ਨਾ। ਇੱਕ ਲਸਣ ਤੇ ਇੱਕ ਲਸਣ ਦਾ ਰਸ, ਪੀਲੀ ਜਿਹੜੀ ਅਰੜ ਹੁੰਦੀ ਨਾ ਉਹਨੂੰ ਰਗੜ ਕੇ ਨਾ, ਹਾਂਜੀ, ਜਿੱਥੇ ਸੋਜ ਉੱਥੇ ਮਲਦੇ ਰਹਿਣ, ਆਰਾਮ ਆ ਜਾਏਗਾ। ਇੱਕ ਉਹ ਨਾ ਕਿਹਾ ਸੀ ਮੇਰੀ ਗਿੱਟੇ ਦੇ ਪੈਰਾਂ ਲੱਤਾਂ ਸੋਜ, ਇੱਕ ਜਿਹੜੀ ਗੋਲੀ ਕੋਈ ਖਾਂਦੇ ਨਾ ਉਹ ਡਾਕਟਰ ਕੋਲੋਂ ਗੋਲੀ ਬੜੀ ਜ਼ਰੂਰੀ, ਜਾ ਕੇ ਉਹ ਚੈੱਕ ਕਰਾਉਣ ਗੋਲੀ। ਮੈਂ ਮੇਰੀ ਹੋ ਗਈ ਸੀ ਇਵੇਂ, ਛੇ ਕੁ ਮਹੀਨੇ ਹੋਏ ਨੇ, ਤੇ ਮੈਂ ਆਪਣੇ ਨੁਕਸੇ ਨਕਸੇ ਮਲਦੀ ਰਹੀ, ਪਰ ਇੰਨਾ ਮੈਂ ਜ਼ਿਆਦਾ ਨਾ ਕੀਤਾ ਤੇ ਮੇਰੀ ਅਪੁਆਇੰਟਮੈਂਟ ਡਾਕਟਰ ਨੇ ਮੈਨੂੰ ਮੇਰੀਆਂ ਗੋਲੀਆਂ ਮੰਗਾ ਲਈਆਂ ਸੀ, ਮੈਂ ਸਾਰੀਆਂ ਗੋਲੀਆਂ ਲੈ ਗਈ ਸਾਂ, ਉਹਨੇ ਮੇਰੀਆਂ ਗੋਲੀ ਇੱਕ ਸੱਟ ਦਿੱਤੀ ਜੀ, ਇੱਕ ਸ਼ੀਸ਼ੀ ਸੱਟ ਦਿੱਤੀ, ਉਹਨੇ ਕਿਹਾ ਇਹਦੇ ਤੋਂ ਸੋਜ ਪੈਂਦੀ। ਉਹ ਗੋਲੀ ਜ਼ਰੂਰ ਚ ਕਿਸੇ ਨਾ ਕਿਸੇ ਗੋਲੀ ਜ਼ਰੂਰ ਨੁਕਸ ਹੋਏਗਾ ਜਿਹੜੀ ਸੋਜ ਪੈਂਦੀ। ਠੀਕ ਹੈ ਜੀ। ਜਾਂ ਉਹਦਾ ਜਿਗਰ ਮਿਹਦੇ 'ਚ ਨੁਕਸ ਹੋਏਗਾ, ਜਾਂ ਉਹਦੇ ਲੀਵਰ 'ਚ ਕੁਛ ਨਿਕਲੇਗਾ ਜ਼ਰੂਰ ਜਿਹੜੀ ਸੋਜ, ਜਾਂ ਉਹਨੂੰ ਵਾਈ ਵੂਈ ਤੋਂ ਹੀ ਹੋਵੇ, ਕਈ ਵਾਰ ਵਾਈ ਤੋਂ ਵੀ ਸੋਜ ਹੋ ਜਾਂਦੀ ਹੈ। ਇੱਕ ਉਹਨੇ ਜ਼ਖਮ ਵਾਲੇ ਨੇ ਪੁੱਛਿਆ ਸੀ, ਉਹਨੂੰ ਮੈਂ ਇੱਕੋ ਹੀ ਉਹਨੇ ਸੁਣਿਆ ਹੀ ਨਹੀਂ, ਉਹਨੂੰ ਮੈਂ ਕਿਹਾ ਸੀ ਹਲਦੀ ਵਾਵਾ ਦੋ ਚਮਚੇ ਸਰੋਂ ਤੇਲ 'ਚ ਪਾ ਕੇ ਕਾਲੀ ਸਾੜ ਕੇ ਕਰ ਲੈ, ਜ਼ਖਮ ਦੇ ਵਿੱਚ ਤੱਤੀ ਤੱਤੀ ਪਾ ਕੇ ਗਰਮ ਝਟਕ, ਪੀੜੀ ਹੋ ਗਈ ਸੜੇਗੀ ਨਾ, ਉੱਤੇ ਰੂੰ ਦੇ ਕੇ ਪੱਤੀ ਬੰਨੋ, ਜ਼ਖਮ ਕਿੰਨਾ ਪੁਰਾਣਾ ਸੜ ਜਾਏਗਾ। ਇੱਕ ਨਿੰਮ ਦਾ ਪਾਊਡਰ, ਜਿਹੜਾ ਨਿੰਮ ਦਾ ਪਾਊਡਰ ਤੇ ਹਲਦੀ ਦੇ ਵਿੱਚ ਪਾ ਕੇ ਸਾੜ ਕੇ ਤੁਸੀਂ ਉਹ ਵੀ ਲਾ ਸਕਦੇ ਜੇ। ਤੁਸੀਂ ਕੇਲੇ ਦੇ ਪੱਤੇ ਜਿਹੜੇ ਨੇ ਨਾ, ਉਹਨੂੰ ਤੇਲ ਸਰੋਂ ਸਾੜ ਕੇ ਨਾ ਵਿੱਚ ਹਲਦੀ ਪਾ ਕੇ ਉਹ ਲਾਓ, ਜਿੰਨਾ ਤੁਹਾਡਾ ਸੱਪ ਦਾ ਵੱਡਿਆ ਕਿਸੇ ਦਾ ਹੈ ਕਿਵੇਂ ਜ਼ਖਮ ਹੈਗਾ, ਥੋੜਾ ਖਿੰਸੀ ਉਹ ਤੁਹਾਡੀ ਅੱਟ ਜਾਏਗੀ, ਹੈ ਨਾ। ਉਹਨੂੰ ਇਹ ਦੋ ਤਿੰਨ ਨੁਕਸੇ ਸੁਣ ਰਹੇ ਤੇ ਪਾਉਣ, ਉਹ ਕਹਿੰਦੀ ਮੇਰਾ ਬੜਾ ਪੁਰਾਣਾ ਪੈਰ ਪੀੜ ਕਰਦਾ ਹੈ, ਤੇ ਮੈਂ ਅੱਜ ਲਿਖੇ ਜੀ। ਓਕੇ ਬੇਟੇ, ਮੈਂ ਵੀ ਤੈਨੂੰ ਪਤਾ ਦੱਸਿਆ ਥੋੜਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਟੇ, ਖੁਸ਼ ਰਹੋ, ਬਾਦ ਰਹੋ, ਸੁਣਨ ਵਾਲਿਓ, ਵਾਹਿਗੁਰੂ ਵਾਹਿਗੁਰੂ ਜਾਪ ਕਰੋ ਤੇ ਕਰੋ ਉਹਨਾਂ ਨੇ ਪਜਾਓ, ਤੇ ਅਗਲੇ ਬੁੱਧਵਾਰ ਮੈਂ ਮਿਲਾਂਗੀ ਤਾਂ ਆਪਾਂ ਕਹੇ ਕੋਈ ਨੀ ਹੈਗਾ ਜੀ। ਜੀ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਸਭ ਨੂੰ। ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਜਿੰਦਗੀ ਜ਼ਿੰਦਗੀ ਮਹਾਰਾਜ ਸਾਡੀ ਬਖਸ਼ੇ, ਸਾਡੀ ਭੁੱਲ ਬਖਸ਼ ਦੇਵੇ, ਕਰੋ ਉਹਨੇ ਨੂੰ ਲੈ ਜਾਏ ਸਾਡੀ ਆਸ਼ੀਰਵਾਦ। ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਕੀ ਕਰੀਏ, ਸਾਡੇ ਮੈਰੀਲੈਂਡ 'ਚ ਬੇਟੇ ਬਹੁਤ ਆ ਗਿਆ, ਬਹੁਤ ਜ਼ੋਰ ਹੈ ਜਿੱਥੇ ਮੈਂ ਬੈਠੀ ਹਾਂ। ਹਾਂਜੀ, ਤੇ ਵਾਹਿਗੁਰੂ ਵਾਹਿਗੁਰੂ ਕਰ ਰਹੇ ਹਾਂ, ਤੇ ਅੰਦਰ ਧੱਕੇ ਪਾਇਆ, ਸੱਚੇ ਪਾਤਸ਼ਾਹ ਬਾਹਰ ਕੱਢੇਗਾ ਤਾਂ ਹਵਾ ਲੈ ਲਾਂਗੇ, ਸਾਡੇ ਤੋਂ ਸਟੈਂਟ ਪਾਏ ਨੇ, ਇਨਫੈਕਸ਼ਨ ਵਾਲੇ, ਸਟੈਂਟ ਵਾਲੇ, ਹਾਰਦੀ ਸੰਜਰੀ ਵਾਲੇ, ਸ਼ੂਗਰ ਵਾਲੇ, ਡਾਕਟਰ ਨੇ ਟੀ ਵੀ ਦੱਸਿਆ ਬਾਹਰ ਨਾ ਨਿਕਲੋ, ਅਜੇ ਤਾਂ ਟੋਕਰੇ ਦਾ ਧੱਕੇ ਪਏ, ਜਿਵੇਂ ਚੂਚੇ ਟੱਕੀ ਦੇ ਵੇਖੀ ਜਾਏਗੀ ਜਿਹੜੀ ਹੋਵੇ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ, 11:93 ਤੁਸੀਂ ਏਰਤੇ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਬੜਾ ਲੰਮਾ ਸਮਾਂ ਲੱਗਾ, ਮੇਰੇ 40-45 ਮਿੰਟ ਹੋ ਗਏ ਮੈਨੂੰ। ਅੱਛਾ, ਸੌਰੀ ਜੀ, ਸੌਰੀ। ਬਸ ਹੋਰ ਸੁਣਾਓ ਜੀ, ਕੀ ਹਾਲ ਚਾਲ ਆ? ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਮੈਂ ਕਿਹਾ ਇਹਨਾਂ ਨੂੰ, ਗਿੱਲ ਆਂਟੀ ਨੂੰ ਇੱਕ ਗੱਲ ਕਹਿਓ ਜੀ, ਵੈਸੇ ਤਾਂ ਨੁਸਖੇ ਇਹਨਾਂ ਦੇ ਬੜੇ ਵਧੀਆ ਹੁੰਦੇ ਆ ਜੀ, ਪਰ ਜਿਹੜਾ ਇਹ ਹਰ ਬੰਦੇ ਨੂੰ ਹਲਦੀ ਵਾਲਾ ਦੁੱਧ ਦੱਸ ਦਿੰਦੇ ਆ ਨਾ ਜੀ, ਹੁਣ ਇਹਨਾਂ ਦੱਸਿਆ ਆਮ ਤਾਂ ਲੋਕਾਂ ਪੀ ਲੈਣਾ ਜੀ,
ਮੇਰਾ ਜਾਤੀ ਤਜਰਬਾ ਮੈਂ ਇਹਨਾਂ ਤੇ ਨਹੀਂ, ਮੈਨੂੰ ਕਿਸੇ ਨੇ ਦੱਸਿਆ ਸੀ ਦਰਦ ਵਾਸਤੇ ਤੇ ਮੈਂ ਤੇ 2 ਦਿਨ ਪੀਤਾ ਤੇ ਮੇਰਾ ਤੇ ਬਲੱਡ ਪ੍ਰੈਸ਼ਰ ਗਿਆ ਕਿਤੇ ਦਾ ਕਿਤੇ। ਫਿਰ ਹੋਰ ਵੀ ਮੈਂ ਬੰਦਿਆਂ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਹਾਈ ਬਲੱਡ ਪ੍ਰੈਸ਼ਰ ਨੂੰ ਇਹ ਹਲਦੀ ਜਿਹੜੀ ਆ ਇਹ ਜ਼ਿਆਦਾ ਮਤਲਬ ਵਧਾਉਂਦੀ ਆ, ਜ਼ਿਆਦਾ ਵਧਾਉਂਦੀ ਆ। ਉਹਨਾਂ ਨੂੰ ਕਹੋ ਵੀ ਇਹ ਤੁਸੀਂ ਥੋੜਾ ਬਹੁਤਾ ਨਾ ਨਾਲ ਕੋਈ ਇਹ ਉਹਨੂੰ ਦੱਸ ਦਿਆ ਕਰੋ ਵੀ ਭਾਈ ਆ ਪ੍ਰਕਾਸ਼ਨ ਵੀ ਰੱਖੋ, ਬਲੱਡ ਪ੍ਰੈਸ਼ਰ ਵਾਲੇ ਨਾ ਪੀਣ। ਨਹੀਂ ਪੀਣ ਮੈਂ ਨੀ ਕਿਸੇ ਨੂੰ ਮਨਾ ਕਰਦਾ, ਪਰ ਉਹਨੂੰ ਨਾਲ ਦੱਸਣ ਵੀ ਜਿਹਨੂੰ ਬਲੱਡ ਪ੍ਰੈਸ਼ਰ ਹੈਗਾ ਉਹਦੇ ਵਾਸਤੇ ਨਾਲ ਉਹਨੂੰ ਨਿਊਟਰਲਾਈਜ਼ ਕਰਨ ਵਾਸਤੇ ਕੋਈ ਚੀਜ਼ ਵੀ ਦੱਸ ਦੇਣ ਨਾਲ। ਬਿਲਕੁਲ ਸਹੀ ਗੱਲ ਹਨਾ, ਜਿੰਨੀ ਆਪਣੇ ਜਿਹੜੇ ਸਰੋਤੇ ਹੈਗੇ ਆ ਨਾ ਜਿੰਨੀ ਸ਼ਿੱਦਤ ਨਾਲ ਸੁਣਦੇ ਆ ਜੀ, ਮੇਰਾ ਖਿਆਲ ਹੈ ਇਹਨਾਂ ਦੀਆਂ ਗੱਲਾਂ ਲਿਖ ਕੇ ਤੇ ਉਹ ਵਰਤਦੇ ਵੀ ਜ਼ਰੂਰ ਹੋਣਗੇ। ਡਾਕਟਰ ਵੀ ਦੱਸਦੇ ਸ਼ੂਗਰ ਵਾਲਾ ਵੀ ਜਿਹਨੂੰ ਤੈਨੂੰ ਘਟਦੀ ਆ ਭਾਈ, ਜੇ ਬਟੂਏ ਦੇ ਵਿੱਚ ਥੋੜੀ ਜਿਹੀ ਪਰਸ ਦੇ ਵਿੱਚ ਮਿਸਰੀ ਜਾਂ ਟੋਫੀ ਜਾਂ ਕੋਈ ਚੀਜ਼ ਰੱਖਿਆ ਕਰ, ਹੈਨਾ। ਤੇ ਜੇ ਉਹ ਸ਼ੂਗਰ ਮਤਲਬ ਤੁਸੀਂ ਦੱਸ ਦਿਓ ਵੀ ਕਰੇਲੇ ਦਾ ਪਾਣੀ ਪੀ ਲਈ, ਉਹਨੇ 2 ਕਰੇਲਿਆਂ ਦਾ ਪੀ ਲਿਆ, ਸ਼ੂਗਰ ਉਹਦੀ ਘਟ ਗਈ, ਹੈਨਾ, ਉਹਦਾ ਉਹਦਾ ਕੋਈ ਨਾਲ ਦੀ ਨਾਲ ਮਤਲਬ ਜਿਹਦਾ ਕਾਰ ਦੇ ਨਾਲ ਸਟੱਪਣੀ ਲੱਗੀ ਹੁੰਦੀ ਹੈ ਨਾ ਕੋਈ ਬੈਕਅਪ ਲਾ ਜ਼ਰੂਰ ਦੱਸਣਾ ਚਾਹੀਦਾ, ਪਲਾਨ ਬੀ ਹੋਣਾ ਚਾਹੀਦਾ ਨਾਲ। ਹਾਂਜੀ ਨਾਲ ਪਲਾਨ ਬੀ ਵੀ ਹੋਵੇ, ਹਾਂ ਕੋਈ ਨਾ ਕੁਝ ਐਸਾ ਹੋਣਾ ਚਾਹੀਦਾ ਕਿ ਜਿਹਦੇ ਨਾਲ ਜੇ ਤੁਹਾਨੂੰ ਇਹ ਚੀਜ਼ ਸੂਟ ਨਹੀਂ ਕਰਦੀ ਤੇ ਤੁਸੀਂ ਇਹ ਕਰੋ ਜੀ। ਬਿਲਕੁਲ, ਬਾਕੀ ਵੇਖੋ ਜਿਹੜਾ ਕਰੋਨਾ ਵਾ ਨਾ ਬਹੁਤ ਦੁਖਦਾਈ ਆ, ਇਹਦੇ ਨਾਲੋਂ ਡਿਸਟੈਂਸ ਬਣਾ ਕੇ ਰੱਖਣਾ, ਇਹ ਨੀ ਵੀ ਬਿਲਕੁਲ ਤੁਸੀਂ ਅੰਦਰ ਹੀ ਵੜ ਜਾਓ ਬਈ, ਠੀਕ ਆ ਉਹ ਵੀ ਕਰਨਾ ਇੱਕ ਹੈ, ਪਰ ਡਿਸਟੈਂਸ ਜ਼ਰੂਰੀ ਹੈ। 6 ਫੁੱਟ ਦੇ ਡਿਸਟੈਂਸ ਤੇ ਅਗਰ ਤੁਸੀਂ ਤੁਰੇ ਫਿਰਦੇ ਹੋ ਤੇ ਕੋਈ ਮਤਲਬ ਉਹ ਇਹ ਨਹੀਂ ਕਰਦਾ ਜੀ, ਬਿਲਕੁਲ ਹੈਨਾ। ਪਰ ਇੰਡੀਆ ਦੇ ਵਿੱਚ ਲੋਕੀ ਧੱਕਾ ਧੁੱਕੇ ਮਾਰ ਕੇ ਗਾਂਫਿਆ ਹੁੰਦੇ ਤੇ ਉਹ ਡਰ ਹੁੰਦਾ, ਤੇ ਇਸ ਕਰਕੇ ਪ੍ਰਕਾਸ਼ਨ ਜ਼ਰੂਰੀ ਆ ਜੀ, ਤੇ ਬਾਕੀ ਰੱਬ ਤੇ ਵਿਸ਼ਵਾਸ ਵੀ ਜ਼ਰੂਰੀ ਆ। ਬਿਲਕੁਲ ਜੀ, ਸੱਚੇ ਦਿਲੋਂ ਅਰਦਾਸ ਹੋਈ ਮੰਨੀ ਜਾਂਦੀ ਆ, ਪਰ ਗੱਲ ਇਹ ਆ ਵੀ ਆਪਾਂ ਆਪਣੇ ਅੰਦਰ ਵੇਖੀਏ ਵੀ ਕਿੰਨੀ ਸੱਚੇ ਦਿਲੋਂ ਆਪਾਂ ਕਰਦੇ ਆ ਜੀ, ਹੈਨਾ। ਸੱਚੇ ਦਿਲੋਂ ਹੁੰਦੀ ਨੀ ਅਰਦਾਸ, ਨਾ ਆਪਾਂ ਕਰਦੇ ਆ ਮੌਕੇ ਦੇ ਮੌਕੇ ਕਰਕੇ ਫਿਰ 2 ਮਿੰਟਾਂ ਬਾਅਦ ਭੁੱਲ ਜਾਂਦੇ ਆ। ਬਿਲਕੁਲ ਸਹੀ ਗੱਲ, ਸੋ ਚਲੋ ਧੰਨਵਾਦ ਜੀ। ਚਲੋ ਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸਵਾਗਤ ਹੈ ਜੀ ਤੁਹਾਡਾ, ਸਤਿ ਸ਼੍ਰੀ ਅਕਾਲ 0744 ਤੁਸੀਂ ਇਰਤੇ ਹੋ ਜੀ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਫਾਰ ਹੋਲਡਿੰਗ ਜੀ, ਤੁਸੀਂ ਬਹੁਤ ਦੇਰ ਦੇ ਹੋਲਡ ਆ, ਥੈਂਕ ਯੂ। ਪਹਿਲਾਂ ਤੁਹਾਡਾ ਫੋਨ ਹੀ ਬੜਾ ਬਿਜ਼ੀ ਆਉਂਦਾ ਸੀਗਾ। ਬਸ ਜੀ, ਸਾਰੀਆਂ ਲਾਈਨਾਂ ਫੁੱਲ ਆ, ਪੂਰੀਆਂ ਫਲੈਸ਼ ਹੋ ਰਹੀਆਂ। ਤੁਸੀਂ ਸੁਣਾਓ, ਪਰਿਵਾਰ ਕਿਵੇਂ, ਠੀਕ ਠਾਕ ਹੋ? ਸਭ ਠੀਕ ਠਾਕ ਆ, ਵਧੀਆ। ਜਿਹੜਾ ਭਾਈ ਸਾਹਿਬ ਹੁਣ ਗੱਲ ਕਰਕੇ ਗਏ ਨਾ, ਮੈਂ ਇਹਨਾਂ ਦੀ ਵੈਸੇ ਤਕਰੀਬਨ ਦੇਖਦੀ ਹਾਂ ਬਹੁਤ ਸਾਰੇ ਪ੍ਰੋਗਰਾਮਾਂ 'ਚ, ਇਹ ਗੱਲ ਕਰਦੇ ਵੈਸੇ ਇਹਨਾਂ ਦੀ ਗੱਲ ਬਹੁਤ ਵਧੀਆ ਹੁੰਦੀ ਆ ਜੀ ਜੀ। ਇਹ ਪਰਮਿੰਦਰ ਸਿੰਘ ਟਵਾਣਾ ਜਿਹੜਾ ਰਾਤ ਨੂੰ ਪ੍ਰੋਗਰਾਮ ਹੁੰਦਾ ਨਾ 7:30 ਵਜੇ, ਉਹ 'ਚ ਬੜੀਆਂ ਅੱਛੀਆਂ ਅੱਛੀਆਂ ਦਲੀਲਾਂ ਦਿੰਦੇ ਆ ਜੀ, ਤੇ ਮੈਂ ਇਹਨਾਂ ਨੂੰ ਖਾਸ ਨੋਟ ਕਰਦੀ ਹੁੰਦੀ ਹਾਂ ਜੀ। ਤੇ ਜਿੱਦਾਂ ਇਹਨਾਂ ਨੇ ਗੱਲ ਕਹੀ ਆ, ਬਾਕੀ ਹਰ ਇੱਕ ਦੇ ਬੰਦੇ ਦੇ ਜਿਸਮ ਨੂੰ ਹਰ ਇੱਕ ਨੁਕਸਾਨ ਨਹੀਂ ਸੂਟ ਕਰਦਾ, ਨਹੀਂ ਸੂਟ ਕਰਦਾ, ਬਿਲਕੁਲ ਸਹੀ, ਕਿਸੇ ਨੂੰ ਕੋਈ ਕਰਦਾ, ਹਰ ਇੱਕ ਦੀ ਆਪੋ ਆਪਣੀ ਬੋਡੀ ਹੁੰਦੀ ਆ ਹਨਾ ਜੀ। ਇਹ ਤਾਂ ਆਪਣੇ ਕੋਈ ਵੀ ਆਪਾਂ ਡਾਕਟਰ ਕੋਲ ਦਵਾਈ ਲਈ ਉਹ ਵੀ ਕਹਿ ਦਿੰਦਾ ਆ ਜੀ, ਥੋੜਾ ਜਿਹਾ ਆ ਵੀ ਜਦੋਂ ਇੱਕ ਦੇਖਦੇ ਇੱਕ ਦੋ ਦਿਨ ਬਾਅਦ ਇਹਦਾ ਬੰਦੇ ਨੁਕਸਾਨ ਕਰਦਾ ਤਾਂ ਆਪਾਂ ਬੰਦ ਕਰ ਦਈਏ। ਨਾਲ ਇਹਨਾਂ ਦਾ ਹਲਦੀ ਵਾਲਾ ਦੁੱਧ ਕੀ ਆਇਆ, ਹਲਦੀ ਵਾਲਾ ਦੁੱਧ ਮੈਨੂੰ ਵੀ ਨਹੀਂ ਸੂਟ ਕੀਤਾ ਯਾ, ਹਾਂ ਇਸ ਨਾਲ ਬੀਪੀ ਵੱਧ ਜਾਂਦਾ ਵੱਧਦਾ ਇਹਦੇ ਨਾਲ। ਅੱਛਾ ਜੀ, ਕਿਉਂਕਿ ਹਲਦੀ ਗਰਮ ਬਹੁਤ ਹੁੰਦੀ ਆ ਨਾ। ਤੇ ਇੱਕ ਜਿਹੜਾ ਉਹ ਦੱਸਦੇ ਆ ਕਿ ਨਾ ਆਪਣਾ ਤੁਸੀਂ ਕੈਂਸਰ ਦਾ, ਮੈਂ ਤੁਹਾਨੂੰ ਦੱਸਦੀ ਪੁੱਛਦੀ, ਇਹ ਨੁਕਸਾ ਸਾਡਾ ਅਜਮਾਇਆ ਹੋਇਆ ਆ ਸੱਚ ਪੁੱਛੋ ਦਾ ਜੀ। ਜਿੱਦਾਂ ਸਵੇਰ ਨੂੰ ਉੱਠ ਕੇ ਨਾ ਕੁੜੀ, ਜਿੱਦਾਂ ਆਪਾਂ ਜਿਹੜਾ ਗ੍ਰਾਸ ਵੀਟ ਹੁੰਦਾ ਉਹਦਾ ਥੋੜਾ ਜਿਹਾ ਜੂਸ ਕੱਢ ਕੇ ਥੋੜਾ ਜਿਹਾ ਲੈ ਕੇ ਇੱਕ ਕੁੱਚੀ ਵੀਟ ਗ੍ਰਾਸ ਚੰਗੀ ਤਰ੍ਹਾਂ ਧੋ ਕੇ ਸਵਾਰ ਕੇ ਉਹਨੂੰ ਕੁੱਟ ਲਵੇ ਕੂੰਡੇ ਘੋਟਣੇ ਚ ਨਿੰਮ ਦੇ ਘੋਟੇ ਨਾਲ। ਅੱਛਾ ਜੀ, ਤੇ ਉਹਦੇ ਵਿੱਚ ਪਾ ਲਵੇ ਗਲੋ ਥੋੜੀ ਜਿਹੀ, ਕੀ ਪਾ ਲਵੇ ਗਲੋ, ਗਲੋ ਹੁੰਦੀ ਆਪਣੇ ਇੰਡੀਆ 'ਚ ਆਮ ਗਲੋ ਮਿਲ ਜਾਂਦੀ। ਅੱਛਾ, ਗਲੋ ਕੋਈ ਦਵਾਈ ਆ, ਖਾਣ ਵਾਲੀ ਚੀਜ਼ ਆ ਕੋਈ? ਉਹ ਖਲਾ ਦਵਾਈ ਹੁੰਦੀ ਗਲੋ, ਸੁੱਕੇ ਹੀ ਮਿਲ ਜਾਂਦੀ ਗਲੋ, ਫਰੀ ਵੀ ਇੰਡੀਆ 'ਚ ਆਪਣੇ ਲੋਕਾਂ ਨੇ ਬਹੁਤ ਪੀਤੀ ਹੋਈ ਆ। ਅੱਛਾ ਜੀ, ਗਲੋ ਠੀਕ ਆ। ਹਾਂ, ਅਸੀਂ ਉਹ ਇੰਡੀਆ ਤੋਂ ਮੰਗਵਾਈ ਸੀਗੀ, ਉਹ ਥੋੜਾ ਜਿਹਾ ਟੁਕੜਾ ਕੱਟ ਕੇ ਵਿੱਚ ਉਹ ਕੁੱਟ ਕੇ ਹੈ ਚੰਗੀ ਤਰ੍ਹਾਂ ਉਹਨੂੰ ਕੱਪੜੇ 'ਚ ਪਾਉਣ ਕੇ ਨਾ ਉਹਦਾ ਪਾਣੀ ਪੀਵੇ, ਲਗਾਤਾਰ ਪੀਵੇ ਔਰ ਉਹਨੂੰ ਬੰਦ ਨਾ ਕਰੇ। ਉਹਦੇ ਪੀਣ ਤੋਂ 1 ਘੰਟਾ ਬਾਅਦ ਵਿੱਚ ਕੁਛ ਨਹੀਂ ਖਾਣਾ, ਫਿਰ ਉਹ ਨਿਰਣੇ ਪੀਣਾ ਆ। ਅੱਛਾ ਜੀ, ਘੰਟਾ ਬਾਅਦ ਵਿੱਚ ਜੋ ਮਰਜ਼ੀ ਖਾਵੇ। ਫਿਰ ਜਿਹੜੇ ਐਪਰੀਕੋਟ ਦੇ ਬੀਜ ਆ ਨਾ, ਰੋਜ਼ 15-16 ਬੀਜ ਸਵੇਰ ਨੂੰ ਭੇਜਿਆ ਕਰ, ਦੁਪਹਿਰ ਨੂੰ ਉਹਨੂੰ ਕੁੱਟ ਕੇ ਐਨ ਪਾਣੀ ਪਾ ਕੇ ਵਿੱਚ, ਭਾਵੇਂ 1/2 ਗਲਾਸ ਪੌਣਾ ਗਲਾਸ ਪਾਣੀ ਦਾ ਪਾ ਕੇ। ਅੱਛਾ ਜੀ, ਉਹਨੂੰ ਨਿਚੋੜ ਕੇ ਪੀਵੇ। ਓਕੇ, ਇਹ ਬਹੁਤ ਵਧੀਆ ਚੀਜ਼ ਆ, ਇਹ ਸਾਡੀਆਂ ਅਜ਼ਮਾਈਆਂ ਹੋਈਆਂ ਜੇ ਸੱਚ ਪੁੱਛੋ ਤਾਂ ਜੀ ਜੀ ਜੀ।
ਜਿੱਦਾਂ ਕੌੜੇ ਬਦਾਮ ਦੱਸਦੇ, ਕੌੜੇ ਬਦਾਮ ਇੰਡੀਆ ਤੋਂ ਮਿਲ ਜਾਣੇ 250 ਰੁਪਈਏ ਕਿਲੋ, ਮਸੀ ਹੋਣੇ ਬਹੁਤ ਸਸਤੇ, ਮੇਰਾ ਖਿਆਲ 100 ਰੁਪਈਏ ਕਿਲੋ ਹੋਣੇ ਆ, ਕਿਉਂਕਿ ਕੌੜੇ ਕਰਕੇ ਕੋਈ ਖਾਂਦਾ ਨੀ ਹੋਣਾ। ਹਾਂ ਉਹ ਖਾ ਨੀ ਹੁੰਦੇ ਪਰ ਕੌੜੇ ਬਹੁਤ ਆ, ਮੈਂ ਤਾਂ ਸਵਾਦ ਦੇਖਾ ਤਾਂ ਮੂੰਹ ਚ ਨੀ ਰੱਖ ਹੁੰਦਾ ਬਦਾਮ। ਅੱਛਾ ਜੀ। ਹਾਂ ਬਹੁਤ ਜ਼ਿਆਦਾ ਕੌੜੇ ਆ, ਬਾਕੀ ਡਾਕਟਰ ਦੀ ਆਪਣੇ ਨਾਲ ਟ੍ਰੀਟਮੈਂਟ ਲਈ ਜਾਣ, ਜੇ ਨਾਲ ਉਹਦੇ ਕੀਮੋ ਹੋ ਜਾਂਦੀ ਸਭ ਤੋਂ ਵਧੀਆ ਆ, ਸਭ ਤੋਂ ਵਧੀਆ, ਬਿਲਕੁਲ ਬਿਲਕੁਲ। ਹਾਂ ਕੀਮੋ ਨਾਲ ਜ਼ਰੂਰੀ ਆ। ਮੈਂ ਤੁਹਾਨੂੰ ਦੱਸਦੀ ਲਾਸਟ ਸਟੇਜ ਤੇ ਸੀ ਬੇਟੀ ਸਾਡੀ, ਰਿਸ਼ਤੇਦਾਰਾਂ ਵਿੱਚੋਂ ਸੀ ਕਿ ਜਦੋਂ ਡਾਕਟਰ ਕਹਿ ਸਕੇ ਬਿਲਕੁਲ ਖਤਮ ਆ, 10-12 ਦਿਨ ਦੀ ਪ੍ਰਾਹੁਣੀ, ਦੇਖੋ ਤੁਸੀਂ ਇਹ ਚੀਜ਼ ਸੀਗੀ, ਸਾਡੇ ਦੂਰ ਦੇ ਰਿਸ਼ਤੇਦਾਰ ਸੀਗੇ ਜੀ, ਔਰ ਅੱਜ ਤੁਸੀਂ ਦੇਖੋ ਉਹਦੇ ਲਾਗੇ ਵੀ ਕੈਂਸਰ ਹੈ ਜੀ। ਦੇਖੋ ਕਹਿੰਦੇ ਮਾਰਨ ਵਾਲੇ ਨੂੰ ਬਚਾਉਣ ਵਾਲਾ ਵੱਡਾ ਹੁੰਦਾ। ਹਾਂਜੀ, ਬਾਕੀ ਪਰਮਾਤਮਾ ਬਿਲਕੁਲ ਕੇ ਪੀਵੇ ਤੇ ਰੱਬ ਦਾ ਨਾਂ ਲਵੇ, ਜਦੋਂ ਵੀ ਚੀਜ਼ ਖਾਣੀ ਪੀਣੀ ਜਿਸੀ ਰੱਬਾ ਕੋਈ ਵੀ ਪਾਸਾ, ਔਰ ਅਸੀਂ ਹੈਰਾਨ ਅੱਜ ਉਸ ਕੁੜੀ ਨੂੰ ਦੇਖ ਕੇ। ਸਹੀ ਗੱਲ ਤੁਹਾਡੀ, ਤੇ ਡਾਕਟਰ ਕਹਿੰਦੇ ਤੁਹਾਡਾ ਗੋਡ ਐਡਾ, ਤੁਸੀਂ ਕਿਹੜੇ ਨੁਕਸੇ ਵਰਤੇ ਵੀ ਜਿਹਦੇ ਨਾਲ ਇਹਦਾ ਕੈਂਸਰ ਖਤਮ ਹੋ ਗਿਆ, ਜਦੋਂ ਕਿ ਡਾਕਟਰ ਜਵਾਬ ਟੋਟਲੀ ਦੇ ਗਿਆ ਸੀ। ਦੇਖੋ ਇਹ ਚੀਜ਼ਾਂ ਅਜਮਾਈਆਂ ਹੋਈਆਂ ਦੇਸੀ ਨੁਕਸੇ, ਜਿਹੜੇ ਬਹੁਤ ਵਧੀਆ ਚੀਜ਼ ਆ, ਮੇਰੀ ਬੋਡੀ ਗਰਮ ਆ, ਕਿਸੇ ਦੀ ਪਾਇਆ, ਕਿਸੇ ਦੀ ਕਿਸੇ ਤਰ੍ਹਾਂ ਦੀ ਹੈਗੀ, ਹੈਨਾ? ਬਿਲਕੁਲ ਸਹੀ ਗੱਲ ਨੇ, ਚੰਗੀ ਗੱਲ ਆ। ਤੁਸੀਂ ਹੋਰ ਸੁਣਾਓ, ਕੀ ਸੁਣਾਓਗੇ ਆਪਾਂ ਨੂੰ ਅੱਜ? ਹੈਨਾ ਮੈਂ ਤੁਹਾਨੂੰ ਦੱਸਦੀ ਇਹ ਚੀਜ਼ਾਂ ਤਾਂ ਵੈਸੇ ਵਿਸ਼ਵ ਕੈਂਸਰ ਬੜੀ ਅਜਮਾ ਕੇ ਦੇਖ ਲਓ, ਸਾਡਾ ਹਫ਼ਤੇ ਸਰੋਚ ਪਾਈ ਇਸ ਨੁਕਸੇ ਨਹੀਂ, ਚਲੋ ਸੁਣੀ ਰਹੇ ਹੋਣੇ, ਚਲੋ ਕਿਸੇ ਦਾ ਭਲਾ ਹੋਣਾ ਚਾਹੀਦਾ। ਹਾਂ, ਉਹ ਮੇਰੀ ਹੱਥਾਂ ਤੇ ਜਮਾਇਆ ਨੁਕਸਾ ਆ, ਸਾਨੂੰ ਕਿਸੇ ਨੇ ਦੱਸਿਆ ਸੀ, ਅਸੀਂ ਵਰਤਿਆ ਸੀ ਉਸ ਬੰਦੇ ਦੇ ਉੱਤੇ, ਔਰ ਉਹਨੇ ਕਿਹਾ ਸੀ ਗਾਂ ਦੱਸਿਆ, ਪਰ ਮੈਂ ਕਹਿੰਦੀ ਕਿਸੇ ਦਾ ਭਲਾ ਹੋ ਜਾਵੇ। ਨਹੀਂ ਨਹੀਂ, ਜੇ ਕਹਿੰਦੇ ਜੇ ਕਿਸੇ ਦਾ ਭਲਾ ਹੁੰਦਾ ਤੇ ਗਾਂ ਕਿਉਂ ਨੀ ਦੱਸਣਾ, ਦੱਸੋ ਕਹਿੰਦੇ ਜੇ ਕਿਸੇ ਦਾ ਇਲਾਜ ਹੁੰਦਾ, ਹੈਨਾ, ਕਿਉਂ ਨੀ? ਜਦੋਂ ਕਿ ਬਿਲਕੁਲ ਲਾਸਟ ਸਟੇਜ ਤੇ ਸੀਗਾ ਪਹੁੰਚਿਆ ਹੋਇਆ ਕੈਂਸਰ, ਤੁਸੀਂ ਇਹ ਸੱਚ ਪੁੱਛੋ, ਅੱਜ ਹੁਣ ਉਹਦੇ ਟੈਸਟ ਹੁੰਦੇ, ਡਾਕਟਰ ਕਹਿੰਦੇ ਤੁਹਾਡਾ ਕੈਂਸਰ ਦਾ ਨਾਂ ਨਿਸ਼ਾਨ ਵੀ ਕਿਤੇ ਹਨ। ਚਲੋ ਬਾਬਾ ਜੀ ਭਲੀ ਕਰੇ, ਭਲੀ ਕਰੇ, ਹਨਾ, ਜਿਹੜੀ ਵਧੀ ਆ ਉਹਨੂੰ ਕੋਈ ਨੀ ਮਾਰਦਾ, ਬਿਲਕੁਲ ਬਿਲਕੁਲ, ਪਰਮਾਤਮਾ ਬਸ ਵਧੀ ਹੋਣੀ ਚਾਹੀਦੀ ਹੈ, ਬਸ ਰੱਬ ਤੇ ਵਿਸ਼ਵਾਸ ਰੱਖੋ, ਪਰਮਾਤਮਾ ਬਿਲਕੁਲ ਰੱਖੋ, ਸਭ ਕੁਝ ਠੀਕ ਹੋ ਜਾਂਦਾ। ਬਿਲਕੁਲ ਸਹੀ ਗੱਲ ਤੁਹਾਡੀ, ਸਹੀ ਹੈ ਜੀ, ਹਨਾ। ਕੀ ਸੁਣਾਉਣਾ ਆਪਾਂ ਨੂੰ ਅੱਜ? ਸਰ ਮੈਂ ਤੁਹਾਨੂੰ ਬਤਾਨੀ ਆ ਇੱਕ ਜੀ ਸੁਣਾ। ਸੱਸ ਮੇਰੀ ਨੇ ਲੱਥਾਂ ਪਾ ਕੇ ਟੱਬਰੀ ਕਿੱਲੇ ਵੱਟੀ, ਟੱਬਰੀ ਕਿੱਲੇ ਬੱਧੀ, ਤੇ ਆਪ ਤਾਂ ਖਾਂਦੇ ਛੇ ਛੇ ਮੰਨੀਆਂ, ਆਪ ਤਾਂ ਖਾਂਦੇ ਛੇ ਛੇ ਮੰਨੀਆਂ, ਮੈਨੂੰ ਟਿੱਕੀ ਅੱਧੀ, ਤੇ ਆਪ ਤਾਂ ਖਾਂਦੇ ਕਣਕ ਫਾਰਮੀ, ਆਪ ਤਾਂ ਖਾਂਦੇ ਕਣਕ ਫਾਰਮੀ, ਮੈਨੂੰ ਪੱਕੀ ਚਿੱਟੀ ਮੱਕੀ, ਕਰੀਰ ਦਾ ਵੇਲ ਨਾ ਮੈਂ ਵੇਲ ਵੇਲ ਥੱਕੀ, ਕਰੀਰ ਦਾ ਵੇਲ ਨਾ ਮੈਂ ਵੇਲ ਵੇਲ ਥੱਕੀ। ਦੇਖੋ ਜੀ, ਉਹਨਾਂ ਬੁੜੀਆਂ ਨੂੰ, ਬੀਬੀਆਂ ਨੂੰ ਐਕਸਪੀਰੀਅੰਸ ਸੀ ਪੁਰਾਣਾ, ਉਹ ਆਪਣੇ ਨਾਲ ਜ਼ਿਆਦਾ ਟੈਲੈਂਟ ਸੀ ਉਹਨਾਂ 'ਚ। ਦੇਖੀ ਮੇਰੀ ਨਾਨੀ ਬਹੁਤ ਕੱਤਦੀ ਹੁੰਦੀ ਸੀ, ਤੇ ਬੀਬੀ ਵੀ ਬਹੁਤ ਹੁੰਦੀ ਸੀ, ਮਾਂ ਕੱਤ ਤੇ ਮੇਰੀ ਮਾਂ ਵੀ ਰਹੀ ਨਾਨੀ 'ਚੋਂ। ਸਹੀ ਗੱਲ ਹੈ ਜੀ, ਥੈਂਕ ਯੂ ਜੀ, ਹਾਂਜੀ ਥੈਂਕ ਯੂ ਜੀ, ਸੇਫ ਰਹੋ ਜੀ, ਧਿਆਨ ਰੱਖਿਓ ਆਪਣੇ ਪਰਿਵਾਰ ਦਾ ਆਪਣਾ ਸਾਰਾ। ਹਾਂਜੀ ਠੀਕ ਹੈ, ਚਲ ਥੈਂਕ ਯੂ ਜੀ, ਥੈਂਕ ਯੂ, ਸਵਾਗਤ ਹੈ ਜੀ ਤੁਹਾਡਾ। 4704 ਤੁਸੀਂ ਏਰਤੇ ਹੋ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਹਾਂਜੀ ਕੀ ਹਾਲ ਚਾਲ ਹੈ, ਬੱਚੇ ਠੀਕ ਹੈ? ਬਹੁਤ ਵਧੀਆ ਬਾਬਾ ਜੀ ਦੀ ਕਿਰਪਾ, ਬਹੁਤ ਵਧੀਆ, ਤੁਸੀਂ ਸੁਣਾਓ। ਮੰਮੀ ਦਾ ਕੀ ਹਾਲ ਹੈ? ਮੰਮੀ ਵੀ ਠੀਕ ਹੈ ਜੀ, ਤੇ ਮੰਮੀ ਉੱਥੇ ਹੀ ਆਪਣਾ ਦੂਜਾ ਮੋਰੇ ਕੋਲ ਕਾਕੇ ਕੋਲ ਵੱਡੇ? ਹਾਂਜੀ 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 ਹਾਂਜੀ। ਤੇ ਮੈਂ ਸੋਨੀ ਦੀ ਮੰਮੀ ਬੋਲਦੀ ਹਾਂ। ਸੋਨੀ, ਅੱਛਾ ਜੀ, ਮੋਗੇ ਆਈ? ਹਾਂਜੀ, ਕਿਵੇਂ ਆ ਬੀਜੀ? ਮੈਂ ਸੋਨੀ ਕੋਲ ਆਈ ਨੀ ਹੈ ਹੁਣ। ਅੱਛਾ, ਮੈਂ ਕਿਹਾ ਮੇਰੇ ਨਾਲ ਗੱਲ ਕਰਾ, ਭੂਪੂ ਦੀ ਜਿਹੜੇ ਮੇਰੇ ਜੀ ਕਰਦੇ ਬਾਈ। ਚਲੋ ਇੱਥੇ ਫੋਨ ਕਰ ਲੈ, ਘਰੇ ਤਾਂ ਨਹੀਂ ਕਰਦੇ। ਮੈਂ ਹੁਣ ਕੀ ਕਰਾਂ, ਮੈਂ ਤਾਂ ਇੱਥੇ ਆਈ ਮਹੀਨਾ ਹੋ ਗਿਆ। ਚਲੋ ਕੋਈ ਨੀ,
ਚਲੋ ਹੋਰ ਸੁਣਾਓ ਕਿਵੇਂ ਆ ਅੰਕਲ ਜੀ ਸਾਰੇ ਪਰਿਵਾਰ ਠੀਕ ਆ ਸਭ ਠੀਕ ਆ ਸੁਖਨਾ ਰੱਬ ਦੀ ਬਾਬੇ ਦੀ ਦਇਆ ਹੈ ਬਾਬੇ ਦੀ ਦਇਆ ਚਲੋ ਹੁਣ ਤੁਸੀਂ ਕੀ ਸੁਣਾਓਗੇ ਆਪਾਂ ਨੂੰ ਕੋਈ ਬੋਲੀ ਵਾਲੀ ਤੁਸੀਂ ਵੀ ਸੁਣਾ ਦਿਓ ਮੈਂ ਬੋਲੀ ਸੁਣਾਉਂਦੀ ਨਹੀਂ ਮੈਂ ਤਾਂ ਉਹ ਸਿੱਧੀ ਬੁੱਧੀ ਜਾਣਦੀ ਪਹਿਲਾਂ ਆ ਗਿਆ ਭੁੱਲ ਭੁੱਲ ਗਈਆਂ ਹੈਗੀਆਂ ਨੇ ਬਹੁਤ ਮੇਰੇ ਕੋਲ ਚਲੋ ਸੁਣਾਓ ਸੁਣਤੀ ਹੋਈ ਜਾਏਗੀ ਚਲੋ ਸੁਣਾਓ ਫਿਰ ਅੱਜ ਵਧੀਆ ਜੀ ਬੋਲੀ ਸੁਦਾ ਨੂੰ ਗਏ ਬੋਲ ਹੈਲੋ ਤੁਹਾਡੀ ਆਵਾਜ਼ ਨਹੀਂ ਜੀ ਆ ਰਹੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ 5590 ਤੁਸੀਂ ਏਰਤੇ ਹੋ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਪਹਿਲੇ ਕਾਲਰ ਤੁਸੀਂ ਡ੍ਰੌਪ ਕਰ ਗਏ ਪਲੀਜ਼ ਦੁਬਾਰਾ ਕਾਲ ਕਰ ਲਿਓ ਆਂਟੀ ਜੀ ਹਾਂਜੀ ਜੀ ਹਾਂਜੀ ਮੈਂ ਨਾ ਤੁਹਾਨੂੰ ਅੱਜ ਕੱਲ ਜਿਹੜਾ ਕਰੋਨਾ ਦਾ ਚੱਲਿਆ ਹੋਇਆ ਜੀ ਜੀ ਤੇ ਮੇਰੇ ਵੱਡੇ ਸਿਸਟਰ ਨੇ ਥੋੜੀ ਜਿਹੀ ਕਵਿਤਾ ਲਿਖ ਕੇ ਮੈਨੂੰ ਭੇਜੀ ਸੀ ਜੀ ਜੀ ਜ਼ਰੂਰ ਮੈਂ ਤੁਹਾਨੂੰ ਉਹ ਸੁਣਾਉਂਦੀ ਜੀ ਜ਼ਰੂਰ ਜ਼ਰੂਰ ਹਾਂ ਉਹਨਾਂ ਦਿਹਾੜੀਦਾਰ ਪ੍ਰਵਾਸੀ ਮਜ਼ਦੂਰਾਂ ਦੇ ਨਾਂ ਜਿਹੜੇ ਕਰੋਨਾ ਕਰਕੇ ਕੰਮ ਠੱਪ ਹੋਣ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿਰ ਤੇ ਪੰਡਾਂ ਚੁੱਕੀਆਂ ਹਜ਼ਾਰਾਂ ਮੀਲ ਪੈਦਲ ਹੀ ਤੁਰ ਕੇ ਘਰਾਂ ਨੂੰ ਜਾ ਰਹੇ ਹਾਂ ਜੀ ਚੌਂਕ ਤੇ ਖਲੋ ਜਾਂਦਾ ਸੀ ਕੋਈ ਆ ਕੇ ਲੈ ਜਾਂਦਾ ਸੀ ਚੌਂਕ ਤੇ ਖਲੋ ਜਾਂਦਾ ਸੀ ਕੋਈ ਆ ਕੇ ਲੈ ਜਾਂਦਾ ਸੀ ਦਿਹਾੜੀ ਲਾ ਆਉਂਦਾ ਸੀ ਸ਼ਾਮ ਨੂੰ ਬੀਵੀ ਨੂੰ ਚਾਰ ਪੈਸੇ ਫੜਾਉਂਦਾ ਸੀ ਰਿਕਸ਼ਾ ਚਲਾਉਂਦਾ ਸੀ ਜਾਨ ਮਾਰ ਕੇ ਚਾਰ ਪੈਸੇ ਬਣਾਉਂਦਾ ਸੀ ਘਰ ਪਰਿਵਾਰ ਦਾ ਤੋਰਾ ਤੁਰਿਆ ਜਾਂਦਾ ਸੀ ਹੁਣ ਕੋਈ ਨਹੀਂ ਆਉਂਦਾ ਰਿਕਸ਼ੇ ਤੇ ਵੀ ਨਹੀਂ ਜਾਂਦਾ ਪਤਾ ਨਹੀਂ ਸਰਕਾਰ ਨੇ ਇਹ ਲੋਕਡਾਊਨ ਕਦੋਂ ਹਟਾਉਣਾ ਹੈ ਤੇ ਫੈਕਟਰੀ ਮਾਲਕ ਨੇ ਕਦੋਂ ਫੈਕਟਰੀ ਚਲਾਉਣੀ ਹੈ ਜੀ ਪਤਾ ਨਹੀਂ ਮੇਰੀ ਲੋੜ ਹੁਣ ਕਦੋਂ ਪੈਣੀ ਹੈ ਸਿਰ ਤੇ ਪੰਡਾਂ ਚੁੱਕੀਆਂ ਹਜ਼ਾਰਾਂ ਮੀਲ ਨਾਲ ਨਿੱਕੇ ਨਿਆਣੇ ਤੁਰੀ ਜਾਂਦੇ ਨੇ ਪਰ ਹੌਸਲੇ ਬੁਲੰਦ ਨੇ ਭੁੱਖ ਨਾਲ ਮਰਨਾ ਸਹਿ ਨਹੀਂ ਹੁੰਦਾ ਸਰਕਾਰ ਨੂੰ ਵੀ ਕੁਝ ਕਹਿ ਨਹੀਂ ਹੁੰਦਾ ਹਾਂਜੀ ਵਾਹ ਜੀ ਵਾਹ ਬਹੁਤ ਹੀ ਸੋਹਣੀ ਸੀ ਜੀ ਦੇਖੋ ਤੁਸੀਂ ਇੰਨੀ ਕੁ ਕਵਿਤਾ ਚ ਸਾਰੇ ਹਾਲਾਤ ਬਿਆਨ ਕਰ ਦਿੱਤੇ ਹਾਂਜੀ ਮੇਰੇ ਸਿਸਟਰ ਨੇ ਤੇ ਉਹ ਲਿਖਦੇ ਨੇ ਚੀਰ ਵਾਲਿਆ ਵੇਖਦਾ ਆਈ ਵੇ ਮੇਰਾ ਲੌਂਗ ਵਾਚਾ ਨਿਗਾ ਮਾਰ ਨਿਗਾ ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਵਾਚਾ ਡੂੰਘੀ ਖਾਈ ਵੇ ਮੇਰਾ ਲੌਂਗ ਵਾਚਾ ਮੇਰਾ ਲੌਂਗ ਵਾਚਾ ਪਿੱਛੇ ਪਿੱਛੇ ਆਉਂਦਾ ਮੇਰੀ ਚੱਲ ਵੇਂਦਾ ਆਈ ਪਿੱਛੇ ਪਿੱਛੇ ਆਉਂਦਾ ਮੇਰੀ ਚੱਲ ਵੇਂਦਾ ਆਈ ਚੀਰੇ ਵਾਲਿਆ ਵੇਖਦਾ ਆਈ ਵੇ ਮੇਰਾ ਲੌਂਗ ਵਾਚਾ ਦਿਲ ਦੀਆਂ ਭੈੜਿਆ ਕੁਮਾਰ ਦਾਏ ਤਾਨੇ ਵੇ ਮਿਲਣਾ ਮੈਂ ਆਈ ਤੈਨੂੰ ਰੋਟੀ ਦੇ ਬਹਾਨੇ ਵੇ ਰੋਟੀ ਦੇ ਬਹਾਨੇ ਵੇ ਮਿਲਣਾ ਤੇ ਮਿਲਣੇ ਤਰਸ ਜਾਊਂਗੀ ਸਦਾ ਲਈ ਮਿਹਨਤ ਤੂੰ ਕਰਕੇ ਮਨਾਈ ਵੇ ਮੇਰਾ ਲੌਂਗ ਵਾਚਾ ਨਿਗਾ ਮਾਰ ਨਿਗਾ ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਵਾਚਾ ਪਿੱਛੇ ਪਿੱਛੇ ਆਉਂਦਾ ਮੇਰੀ ਚੱਲ ਵੇਂਦਾ ਆਈ ਪਿੱਛੇ ਪਿੱਛੇ ਆਉਂਦਾ ਮੇਰੀ ਚੱਲ ਵੇਂਦਾ ਆਈ ਚੀਰੇ ਵਾਲਿਆ ਵੇਖਦਾ ਆਈ ਵੇ ਮੇਰਾ ਲੌਂਗ ਵਾਚਾ ਮੇਰਾ ਲੌਂਗ ਵਾਚਾ ਵਾਹ ਜੀ ਵਾਹ ਸੋ ਬਿਊਟੀਫੁਲ ਤੁਹਾਡੀ ਆਵਾਜ਼ ਬੜੀ ਸੋਹਣੀ ਹੈ ਜੀ ਬਹੁਤ ਸੋਹਣਾ ਗਾਇਆ ਥੈਂਕ ਯੂ ਨਾਲੇ ਤੁਹਾਡੀ ਕਵਿਤਾ ਆਪਣੀ ਸਿਸਟਰ ਨੂੰ ਕਿਹੋ ਥੈਂਕ ਯੂ ਸੋ ਮੱਚ ਬਹੁਤ ਹੀ ਵਧੀਆ ਸੀ ਜੀ ਚਲੋ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ 8518 ਤੁਸੀਂ ਏਰਤੇ ਹੋ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆਈ ਤੁਹਾਡਾ ਠੀਕ ਹੈ ਬਸ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਓ ਸੋ ਸਵੀਟ ਆਫ ਯੂ ਥੈਂਕ ਯੂ ਸਾਰਿਆਂ ਦੀਆਂ ਗੱਲਾਂ ਬਹੁਤ ਸੋਹਣੀਆਂ ਸੁਣੀਆਂ ਜੀ ਜੀ ਥੈਂਕ ਯੂ ਭੈਣ ਜੀ ਕੋਈ ਵੀ ਨਾ ਕੋਈ ਸਲਾਹ ਦਿੰਦਾ ਜਾਂ ਕੋਈ ਦੱਸਦਾ ਹੈ ਜੀ ਹਰ ਕਦੀ ਆਪਣੀ ਆਪਣੀ ਬਾਡੀ ਹੈ ਚਲੋ ਤੁਸੀਂ ਟਰਾਈ ਕਰ ਲੋ ਕੋਈ ਗੱਲ ਨੀ ਉਹ ਭੈਣ ਜੀ ਵੀ ਦੱਸ ਰਹੇ ਨੇ ਬਹੁਤ ਕੁਛ ਜੀ ਜੀ ਨਹੀਂ ਠੀਕ ਉਹਦਾ ਨਾਲ ਹਰ ਇੱਕ ਨੂੰ ਆਪਣਾ ਆਪਣਾ ਸਿਸਟਮ ਆ ਰਿਹਾ ਬਿਲਕੁਲ ਬਿਲਕੁਲ ਮੈਂ ਹਲਦੀ ਨੀ ਪੀ ਸਕਦੀ ਇੱਕ ਵਾਰੀ ਪੀਤੀ ਦਗਾ ਮੈਂ ਡਿੱਗਣ ਵਾਲੀ ਹੋ ਗਈ ਜਿਹੜੇ ਬੰਦੇ ਨੂੰ ਬਾਡੀ ਨੂੰ ਗਰਮੀ ਹੈ ਨਾ
ਉਹਨਾਂ ਦੇ ਹਾਰਡ ਹੋ ਜਾਂਦਾ ਆਈ ਡੋਨਟ ਨੋ ਐਵਰੀਬਾਡੀ ਹੈਵ ਸੇਮ ਡਿਫਰੈਂਟ ਸਿਸਟਮ ਉਹ ਕਹਿੰਦੇ ਨੇ ਕਿਸੇ ਨੂੰ ਬਾਦੀ ਕਿਸੇ ਨੂੰ ਮਹਾਬਾਦੀ ਉਹ ਗੱਲ ਹਾਂਜੀ ਹਾਂਜੀ ਇਹ ਤਾਂ ਨਹੀਂ ਹੈ ਵੀ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਸਾਰੇ ਪੀਣ ਉਹ ਕਹਿੰਦੇ ਜੇ ਟਰਾਈ ਕਰ ਲਓ ਜੇ ਟਰਾਈ ਕਰ ਲਓ ਬਿਲਕੁਲ ਹਾਂਜੀ ਟਰਾਈ ਕਰ ਲਓ ਤੁਹਾਡੀ ਬਾਡੀ ਹੈ ਨਹੀਂ ਤੁਹਾਨੂੰ ਠੀਕ ਆਉਂਦੀ ਇੱਕ ਵਾਰ ਤੁਹਾਨੂੰ ਪਤਾ ਲੱਗ ਗਿਆ ਡੋਂਟ ਟੱਚ ਇਟ ਡੋਂਟ ਟੱਚ ਇਟ ਯਾ ਐਗਜੈਕਟਲੀ ਨਹੀਂ 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 ਉਹ ਉਹੀ ਗੱਲ ਹੈ ਕਿ ਚਲੋ ਆਂਟੀ ਰੈਮਡੀਆਂ ਦੱਸਦੇ ਆ ਕਿਸੇ ਨੂੰ ਫਿੱਟ ਆਉਂਦੇ ਯੂਜ਼ ਕਰੋ ਨਹੀਂ ਆਉਂਦੇ ਨਾ ਕਰੋ ਦੈਟਸ ਇਟ ਚਲੋ ਟਰਾਈ ਕਰਦੇ ਆ ਤੁਸੀਂ ਵੀ ਟਰਾਈ ਕਰੋ ਉਹ ਕੋਈ ਬੁਰਾ ਕੰਮ ਨਹੀਂ ਕਰ ਰਹੇ ਉਹ ਦੱਸ ਰਹੇ ਨੇ ਤੁਹਾਨੂੰ ਜੀ ਜੀ ਤੁਸੀਂ ਪੁੱਛ ਰਹੇ ਹੋ ਦੱਸਦੇ ਤੁਸੀਂ ਪੁੱਛੋਗੇ ਨਾ ਉਹ ਕਿਉਂ ਦੱਸਣਗੇ ਕਿਉਂ ਦੱਸਣਗੇ ਬਿਲਕੁਲ ਸਹੀ ਗੱਲ ਆ ਹਾਂਜੀ ਹੋਰ ਸੁਣਾ ਪਰਿਵਾਰ ਕਿਵੇਂ ਤੁਸੀਂ ਕਿਵੇਂ ਠੀਕ ਆ ਭੈਣ ਬਹੁਤ ਵਧੀਆ ਟਾਈਮ ਗੁਜ਼ਰ ਰਿਹਾ ਮੈਨੂੰ ਤਾਂ ਨਹੀਂ ਲੱਗ ਰਿਹਾ ਕੋਈ ਬੋਰਿੰਗ ਇੱਥੇ ਨਾਲ ਬੋਰਿੰਗ ਮੈਨੂੰ ਆਪ ਨਹੀਂ ਲੱਗਦਾ ਹੁਣ ਦੇਖੋ ਦੇਖੋ ਇੱਕ ਆਪਾਂ ਬੜੇ ਲੱਕੀ ਆ ਹੁਣ ਗਰਮੀ ਆ ਗਈ ਜੀ 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 ਕਿੰਨੀ ਸੋਹਣੀ ਧੁੱਪ ਆ ਬਿਊਟੀਫੁਲ ਵੈਦਰ ਆ ਆਪਣੇ ਕੱਪੜੇ ਉਹ ਹੀ ਪਾਓ ਜਿਹੜੇ ਤੁਸੀਂ ਆ ਕੇ ਲਾ ਕੇ ਲਾਂਡੀ ਚ ਟੰਗ ਦੇਣੇ ਆ ਜੀ ਸਾਰਿਆਂ ਨੂੰ ਜ਼ਿਆਦਾ ਸੇਫਟੀ ਤੇ ਹੈ ਗਲਵਜ ਪਾਓ ਅਸੀਂ ਸੁਬਾਹ ਤੁਹਾਡੀ ਵੀਰ ਦੀ ਬਾਈਕ ਚਲਾਉਂਦੇ ਪਿੱਛੇ ਰੱਖਿਆ ਮੈਂ ਤੁਰਨ ਗਈ ਆ ਦੋ ਵਾਰੀ ਹੌਲੀ ਹੌਲੀ ਤੇ ਮੈਨੂੰ ਇੰਨਾ ਫੀਲ ਗੁੱਡ ਹੋਇਆ ਲੱਗਿਆ ਵੀ ਮੇਰੀ ਬਾਡੀ ਚ ਜਾਨ ਪੈ ਗਈ ਯਾ ਮੀਠੂ ਮੈਂ ਵੀ ਇਦਾਂ ਹੀ ਕਰਦੀ ਹਾਂ ਵਾਕ ਤੇ ਜਾਈਦਾ ਫੀਲ ਸੋ ਗ੍ਰੇਟ ਆਰਥਰਾਈਟਸ ਉਹਨਾਂ ਲਈ ਤਾਂ ਬਹੁਤ ਇੰਪੋਰਟੈਂਟ ਆ ਦਵਾਈਆਂ ਨਹੀਂ ਇੰਨੀਆਂ ਕੰਮ ਕਰਨੀਆਂ ਜਿੰਨਾ ਤੁਰਨਾ ਕੰਮ ਕਰਨਾ ਤੁਰਨਾ ਕੰਮ ਕਰਨਾ ਸਹੀ ਗੱਲ ਤੁਹਾਡੀ ਬਿਲਕੁਲ ਹਾਂਜੀ ਬਿਕੋਜ਼ ਆਪਾਂ ਨੂੰ ਨਿਊ એનર્ਜੀ ਦੇਖੋ ਸਨ ਨੇ ਦੇਣੀ ਹੈ ਤੇ ਆਪਣੇ ਇੱਕ ਦੂਰੋਂ ਕਿਸੇ ਨੂੰ ਦੇਖੋਗੇ ਤੁਹਾਨੂੰ ਕੋਈ ਕੋਲੇ ਨਹੀਂ ਆਉਂਦਾ ਤੁਹਾਡੇ ਤੁਸੀਂ ਯਕੀਨ ਨਹੀਂ ਕਰਨਾ ਭੈਣ ਜੀ ਤੁਹਾਡੀ ਗੱਲ ਵਿੱਚ ਆ ਆਪਾਂ ਸਾਈਡ ਵਾਕ ਤੇ ਵਾਕ ਕਰਦੇ ਨਾ ਜਦੋਂ ਤੁਹਾਨੂੰ ਤਿੰਨ ਜਾਂ ਚਾਰ ਡਰਾਈਵਰ ਕੋਈ ਨਜ਼ਰ ਆਉਂਦਾ ਜਾਂ ਉਹ ਥੱਲੇ ਉੱਤਰ ਜਾਂਦਾ ਜਾਂ ਆਪਾਂ ਉੱਤਰ ਜਾਂਦੇ ਆ ਜਾਂ ਵੀ ਦੂਸਰੇ ਵੀ ਜਸ ਕ੍ਰੋਸ ਰੌਂਗ ਚਲੇ ਜਾਂਦੇ ਦੂਜੇ ਪਾਸੇ ਨੂੰ ਦੂਜੇ ਪਾਸੇ ਹੋ ਜਾਂਦੇ ਬਿਲਕੁਲ ਯਾ ਬਿਲਕੁਲ ਸਹੀ ਗੱਲ ਆ ਕਿਉਂਕਿ ਜੱਫੀਆਂ ਪਾਉਣ ਵਾਲਾ ਟਾਈਮ ਗਿਆ ਬਿਲਕੁਲ ਆਉਂਦਾ ਜਲਦੀ ਕੋਈ ਗੱਲ ਨਹੀਂ ਜੀ ਆਇਓ ਕੋਈ ਗੱਲ ਨਹੀਂ ਚਲੋ ਵਾਪਸ ਆ ਜਾਊਗਾ ਕਹਿੰਦੇ ਟਾਈਮ ਮੁੜ ਕੇ ਆਉਣਾ ਹੁੰਦਾ ਪਰ ਹੁਣ ਜਿਹੜੀ ਹਾਲਾਤ ਆ ਬੈਟਰ ਕਿ ਜਿੰਨਾ ਅਸੀਂ ਤਾਂ ਗ੍ਰੋਸਰੀ ਸਟੋਰ 'ਚ ਵੀ ਗਏ ਆ ਕੈਨੇਡੀਅਨ ਉਹਨਾਂ ਦੇ ਸਾਨ ਲਾਇਆ ਉੱਥੇ ਤੁਹਾਨੂੰ ਇੰਨਾ ਡਿਸਟੈਂਸ ਹੈ ਜਿਹੜੀਆਂ ਫਰੈਸ਼ ਚੀਜ਼ਾਂ ਤੁਸੀਂ ਨਹੀਂ ਹੈਗੀਆਂ ਇੱਕ ਦਿਨ ਲਿਆਓ ਵੀਕ 'ਚ ਇੱਕ ਵਾਰੀ ਚੰਗੀ ਤਰ੍ਹਾਂ ਜਾ ਕੇ ਅਸੀਂ ਜਾ ਕੇ ਆਏ ਮੈਨੂੰ ਤਾਂ ਕੋਈ ਔਖਾ ਨਹੀਂ ਲੱਗਿਆ ਯੂਜ਼ ਟੂ ਹੋ ਜਾਂਦਾ ਆਪ ਪ੍ਰਕਾਸ਼ਨ ਰੱਖੋ ਨਾ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਆ ਹਾਂਜੀ ਆਪਣਾ ਧਿਆਨ ਆਪ ਰੱਖੋ ਹਾਂਜੀ ਹਾਂਜੀ ਕੋਈ ਗੱਲ ਨਹੀਂ ਭੈਣ ਜੀ ਭੈਣ ਇਹ ਵੀ ਬੁਰਾ ਟਾਈਮ ਲੰਘ ਜਾਊਗਾ ਟਾਈਮ ਨਹੀਂ ਜੀ ਰੁਕਦਾ ਹੁੰਦਾ ਟਾਈਮ ਬੜਾ ਬਲਵਾਨ ਆ ਇਹ ਕਿਸੇ ਦੀ ਵੇਟ ਨਹੀਂ ਕਰਦਾ ਚੰਗਾ ਮਾੜਾ ਜਿੱਦਾਂ ਦਾ ਹੈਗਾ ਟਾਈਮ ਨੇ ਨਿਕਲ ਹੀ ਜਾਣਾ ਜੇ ਤੁਸੀਂ ਬਾਹਰ ਨਾ ਨਿਕਲੋਗੇ ਸਟ੍ਰੈਸ ਜ਼ਰੂਰ ਹੋਊਗਾ ਇਸ ਟਾਈਮ ਓਏ ਬਿਲਕੁਲ ਬਿਲਕੁਲ ਹਾਂਜੀ ਔਰ ਵੀਰ ਜੀ ਠੀਕ ਨੇ ਹਾਂਜੀ ਬਾਬਾ ਜੀ ਦੀ ਕਿਰਪਾ ਸਾਰੇ ਠੀਕ ਠਾਕ ਜੀ ਬੱਚੇ ਵੀ ਮੈਂ ਤਾਂ ਅੱਗੇ ਤੁਹਾਨੂੰ ਦੱਸਿਆ ਮੈਨੂੰ ਤਾਂ ਕੰਮ ਵਾਲੀ ਬਾਈ ਵਾਲੀ ਫੀਲਿੰਗ ਆਉਣ ਲੱਗ ਜਾਂਦੀ ਸਾਰੇ ਸਿੰਕ ਤੇ ਹੀ ਖੜੀ ਰਹਿੰਦੀ ਚਲੋ ਕੋਈ ਗੱਲ ਨਹੀਂ ਆਪਾਂ ਤਾਂ ਹਮੇਸ਼ਾ ਹੀ ਬਾਈ ਹੈ ਹੁਣ ਤਾਂ ਮੈਂ ਜ਼ਿਆਦਾ ਹੀ ਹੋ ਗਈ ਪਰਮਾਨੈਂਟ ਸ਼ਾਮ ਨੂੰ ਤੁਹਾਡੇ ਤੁਹਾਡਾ ਬ੍ਰਦਰ ਵੀ ਬਾਈ ਬਣ ਜਾਂਦਾ ਮੈਂ ਨਹੀਂ ਚਾਹੁੰਦੀ ਉਹ ਕਹਿੰਦੇ ਨਹੀਂ ਆ ਵਾਂਟ ਟੂ ਡੂ ਇਟ ਨੋ ਨੋ ਮੈਨੂੰ ਮੈਨੂੰ ਵੈਸੇ ਵੀ ਮੈਂ ਤਾਂ ਚਲੋ ਮਜ਼ਾਕ ਕਰ ਦੀ ਮੈਨੂੰ ਵੈਸੇ ਵੀ ਕੁਕਿੰਗ ਕਰਨੀ ਬਹੁਤ ਪਸੰਦ ਆ ਯਾ ਮੀ ਟੂ ਆਈ ਲਾਈਕ ਟੂ ਕੀਪ ਮਾਈ ਕਿਚਨ ਪ੍ਰੋਪਰਲੀ ਮੈਨੂੰ ਬਹੁਤ ਸ਼ੌਂਕ ਹੁੰਦਾ ਕੰਮ ਕਰੋ ਤੇ ਫਿਰ ਆਪਦਾ ਸਕੇਜਲ ਹੁੰਦਾ ਜੋ ਕਰਨਾ ਤੁਸੀਂ ਬਾਅਦ ਚ ਕਰੋ ਓਏ ਚੰਗੀ ਗੱਲ ਚਲੋ ਬਾਬਾ ਜੀ ਨੇ ਟਾਈਮ ਦਿੱਤਾ ਹਾਂਜੀ ਚਲੋ ਮੈਂ ਤੁਹਾਡੇ ਲਈ ਇਹ ਹੋਰ ਵੀ ਵੇਟ ਕਰਦੇ ਹੋਣੇ ਕਿ ਜੀ ਜੀ ਜ਼ਰੂਰ ਜੀ ਜ਼ਰੂਰ ਕੀ ਸੁਣਾਉਂਗੇ ਸੁਣਾਉ ਜ਼ਰੂਰ ਸੁਣਾਉ ਓਕੇ ਜੀ ਜੀ ਸ਼ੋਰ ਕੈਂਠੇ ਵਾਲਾ ਪੁੱਛੇ ਤੇਰਾ ਨਾਂ ਨੀ ਚਿੱਟੇ ਸੂਟ ਵਾਲੀ ਪ੍ਰੀਤੀਏ ਕੈਂਠੇ ਵਾਲਾ ਪੁੱਛੇ ਤੇਰਾ ਨਾਂ ਧਰ ਤਿੰਨ ਫੁੱਲ ਲੱਗ ਜਾਣ ਜੀ ਕਾਲੀ ਤੇਰੀ ਚੁੰਨੀ ਉੱਤੇ ਜੜੇ ਨੇ ਸਤਾਰੇ ਨੀ ਲੱਗਦਾ ਏ ਤਾਰੇ ਅੰਬਰਾਂ ਤਾਰੇ ਨੀ ਚੰਨ ਨਾਲੋਂ ਸੋਹਣੀ ਤੂੰ ਲੱਗਦੀ ਕੁੜੀ ਨੀ ਸੱਸੀ ਫੁੱਲ ਸੱਗੀ ਫੁੱਲ ਵਾਲੀਏ ਕੈਂਠੇ ਵਾਲਾ ਪੁੱਛੇ ਤੇਰਾ ਨਾਂ ਮੈਨੂੰ ਤਾਂ ਤੂੰ ਬਹੁਤ ਸੋਹਣੀ ਲੱਗਦੀ ਕਰਕੇ ਇਸ਼ਾਰਾ ਦੱਸ ਦੇ ਤੇਰੀ ਚੂੜੇ ਵਾਲੀ ਬਾਂ ਤਰ ਤਿੰਨ ਫੁੱਲ ਲੱਗ ਜਾਂਦੇ ਨੇ ਜਦੋਂ ਆਉਂਗੇ ਤੁਸੀਂ ਤੁਹਾਡੇ ਪਿੰਡ ਹਾਂਜੀ ਟੁੱਟਿਆ ਫੁੱਟਿਆ ਮੈਂ ਗਾਤਾ ਨਹੀਂ ਨਹੀਂ ਬਹੁਤ ਸੋਹਣਾ ਸੀ ਜੀ ਚਲੋ ਬਹੁਤ ਪਿਆਰਾ ਮੈਂ ਦੋ ਲੈਣਾ ਹੋਰ ਬੋਲਦੀ ਜੀ ਜ਼ਰੂਰ ਕਹਿੰਦੇ ਜੇ ਤੁਹਾਡੇ ਨਾਲ ਤੁਹਾਡੇ ਦਿਲ ਨੂੰ ਦੁੱਖ ਦੇਵੇ ਤਾਂ ਕੋਈ ਉਸ ਦਾ ਬੁਰਾ ਨਾ ਮਨਾਓ ਕਿਉਂਕਿ ਕੁਦਰਤ ਦਾ ਇਹ ਸੂਲ ਹੈ ਜੀ ਜਿਸ ਰੁੱਖ ਤੇ ਸਭ ਤੋਂ ਵੱਧ ਮਿੱਠੇ ਫਲ ਲੱਗਦੇ ਨੇ ਉਸ ਨੂੰ ਸਭ ਤੋਂ ਜ਼ਿਆਦਾ ਪੱਥਰ ਵੱਜਦੇ ਨੇ ਬਿਲਕੁਲ ਕਦੇ ਗੁੱਸਾ ਨਾ ਕਰੋ ਕਿਉਂਕਿ ਜਿਹੜਾ ਗੁੱਸਾ ਇਨਸਾਨ ਨੂੰ ਸਿੱਖ ਕਰ ਦਿੰਦਾ ਬਿਲਕੁਲ 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 ਸਹੀ ਗੱਲ ਕਿਉਂਕਿ ਹਰ ਇੱਕ ਦਾ ਆਪਣਾ ਆਪਣਾ ਮਾਇੰਡ ਆ ਜੋ ਕਰਦਾ ਜੋ ਕਹਿੰਦਾ ਕਹੀ ਜਾਵੇ ਰਾਈਟ ਜੀ ਜੀ ਕਹਿੰਦੇ ਵੱਡਾ ਛੋਟਾ ਕੋਈ ਨੀ ਸਭ ਏਕ ਆ ਆਪਣੀ ਇਹ ਜਿਹੜੀ ਨਿਗਾਹ ਹੈ ਉਹ ਵੱਡੀ ਛੋਟੀ ਹੈ ਵੱਡੀ ਛੋਟੀ ਹੈ ਯਾ ਸਹੀ ਗੱਲ ਆ ਆ ਵੈਰੀ ਨਾਈਸ ਟੂ ਟਾਕ ਟੂ ਯੂ ਇਟਸ ਵੈਰੀ ਨਾਈਸ ਟਾਕਿੰਗ ਟੂ ਯੂ ਪੈਂਜੀ ਐਂਡ ਵੀ ਸ਼ੁਡ ਇੰਜੋਏ ਵਾਹਿਗੁਰੂ ਕਰੇ
ਅਰਦਾਸ ਕਰੋ ਸਭ ਤੋਂ ਪਹਿਲਾਂ ਵੀ ਇਹ ਚਲੀ ਜਾਵੇ ਤੇ ਸਾਰਾ ਕੁਛ ਹੀ ਠੀਕ ਹੋ ਜੂ। ਮਨੀ ਕਮਾਉਣ ਦਾ ਟਾਈਮ ਹਮੇਸ਼ਾ ਹੀ ਹੈ ਜੀ ਜੀ ਬਿਲਕੁਲ ਸਿਹਤ ਦਾ ਸਭ ਕੁਝ ਬੰਦੇ ਬਚਣਗੇ ਹਰ ਇੱਕ ਹਿਊਮਨ ਬਚੂ ਬਾਕੀ ਜਿਹੜੇ ਲੋਕ ਹੁਣ ਹੱਥ ਨਹੀਂ ਲਾਉਂਦੇ ਮੈਂ ਇੰਡੀਆ ਦੇਖਿਆ ਮੈਨੂੰ ਉਹ ਬਹੁਤ ਦੁੱਖ ਹੋਇਆ ਦਿਸ ਇਜ਼ ਵੈਰੀ ਬੈਡ ਜੀ ਕਹਿੰਦੇ ਉਹਨਾਂ ਨੂੰ ਵੀ ਸੋਚ ਪਾਊਗੀ ਇੱਕ ਦਿਨ ਯਾਦ ਰੱਖਣਗੇ ਉਹ ਫੋਟੋ ਵੀ ਨਹੀਂ ਉਹਨਾਂ ਦੇ ਕੋਲ ਹੋਣ ਨਿੱਕੇ ਵਾਲੇ ਬੰਦੇ ਮੈਨੂੰ ਯਾਦ ਨਹੀਂ ਕਹਿੰਦੇ ਨਾ ਜੇ ਕਿਸੇ ਦੀ ਡੈਥ ਹੋ ਜੇ ਇੰਡੀਆ ਚ ਬਿਲਕੁਲ ਕੋਈ ਜਾਂਦਾ ਹੀ ਨਹੀਂ ਇੱਕ ਵੀ ਨਹੀਂ ਜਾਂਦਾ ਕਹਿੰਦੇ ਸਾਨੂੰ ਨਾ ਕਰੋਨਾ ਹੋ ਜੇ ਹਾਂਜੀ ਨਹੀਂ ਜਾਂਦੇ ਸਿਰਫ ਦੋ ਜਾਂ ਤਿੰਨ ਜਾਂਦੇ ਆ ਓ ਮਾਈ ਗੋਡ ਇਟਸ ਵੈਰੀ ਸੈਡ ਵੈਰੀ ਸੈਡ ਜਿਹੜੀ ਫੈਮਿਲੀ ਨੂੰ ਪਾਲਣ ਲਈ ਤੁਸੀਂ ਜ਼ਿੰਦਗੀ ਕਹਿੰਦੇ ਆਪਦੀ ਕੁਰਬਾਨ ਕੀਤੀ ਆ ਅੱਜ ਉਹ ਥੋਥੋਂ ਪਛਾਣ ਹਟ ਗਈ ਕਿਉਂਕਿ ਉਹਨਾਂ ਨੂੰ ਡਰ ਲੱਗਦਾ ਮਨ ਨੂੰ ਤੁਸੀਂ ਉਹਨਾਂ ਦੇ ਮਰ ਗਏ ਦੇਖੋ ਕਿੰਨਾ ਭੈੜਾ ਜ਼ਮਾਨਾ ਆਏ ਦੇਖੋ ਭੈਣ ਜੀ ਕਹਿੰਦੇ ਹੁੰਦੇ ਕਿ ਮਾਂ ਪਿਓ ਭੈਣ ਭਰਾ ਧੀਆਂ ਜੋ ਵੀ ਆ ਹਨਾ ਜਿੰਨਾ ਚਿਰ ਜਿਉਂਦੀ ਜਾਨ ਆ ਇੱਕ ਦੂਜੇ ਦੇ ਨਾਲ ਆ ਜਦੋਂ ਅੱਖਾਂ ਮੀਚ ਕੇ ਉਹਦਾ ਨਾਂ ਵੀ ਅਗਲੇ ਕਹਿੰਦੇ ਨੀ ਨਾਂ ਨੀ ਲੈਂਦੇ ਕਿ ਮੇਰੀ ਮਾਂ ਕਹਿੰਦੇ ਬੋਡੀ ਚੱਕੋ ਛੇਤੀ ਛੇਤੀ ਸਮੈਲ ਆਉਂਦੀ ਆ ਬੋਡੀ ਚੱਕ ਕੇ ਕਿਉਂਕਿ ਸਾਰਿਆਂ ਨੂੰ ਹੁੰਦਾ ਕਿ ਬੋਡੀ ਬਈ ਖਰਾਬ ਹੋ ਜੂਗੀ ਫਿਰ ਉਹ ਨਾਂ ਤੋਂ ਬੋਡੀ ਬਣ ਜਾਂਦੀ ਆ ਇਹ ਨਹੀਂ ਕੋਈ ਕਹਿੰਦਾ ਮੇਰੀ ਮੇਰੇ ਧੀ ਆ ਮੇਰਾ ਪੁੱਤ ਆ ਮੇਰੀ ਭੈਣ ਆ ਮੇਰਾ ਭਰਾ ਨਾ ਉਹ ਬੋਡੀ ਬਣ ਜਾਂਦੀ ਆ ਦੇਖੋ ਜਿੱਦਾਂ ਕਹਿੰਦੇ ਭੈਣ ਜ਼ਿੰਦਗੀ ਆਸਾਨ ਨਹੀਂ ਆਸਾਨ ਬਣਾਉਣੀ ਪੈਂਦੀ ਹੈ ਸਬਰ ਕਰਨਾ ਪੈਂਦਾ ਕੁਝ ਬਰਦਾਸ਼ਤ ਕਰਨਾ ਪੈਂਦਾ ਹੈ ਬਹੁਤ ਕੁਝ ਨਜ਼ਰ ਅੰਦਾਜ਼ ਕਰਨਾ ਪੈਂਦਾ ਬਿਲਕੁਲ ਬਿਲਕੁਲ ਸਹੀ ਗੱਲ ਤੁਹਾਡੀ ਥੈਂਕ ਯੂ ਭੈਣ ਥੈਂਕ ਯੂ ਜੀ ਵੈਰੀ ਨਾਈਸ ਟਾਕਿੰਗ ਟੂ ਯੂ ਥੈਂਕ ਯੂ ਲਵ ਯੂ ਟੂ ਥੈਂਕ ਯੂ ਸਵਾਗਤ ਹੈ ਜੀ 1672 ਤੁਸੀਂ ਇੱਥੇ ਹੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਂਟੀ ਜੀ ਦੇਖੋ ਬੇਟਾ ਜੀ ਉਹ ਤਾਂ ਜਦੋਂ ਡੈਡ ਬਾਡੀ ਹੋ ਜਾਂਦਾ ਹੁੰਦਾ ਕਹਿਣਾ ਹੀ ਆ ਨਾ ਜੀ ਲਾਸ਼ ਇੱਥੇ ਜਿਉਂਦਿਆਂ ਨੂੰ ਲਾਸ਼ਾਂ ਬਣਾਈ ਜਾਂਦੀ ਜਿਉਂਦਿਆਂ ਨੂੰ ਲਾਸ਼ਾਂ ਬਣਾਈ ਜਾਂਦੀ ਸਹੀ ਗੱਲ ਤੁਹਾਡੀ ਸੱਚੀ ਆ ਇੰਨੀ ਮਤਲਬ ਹਰ ਜ਼ਿੰਦਗੀ ਬਣਾ ਤੇ ਕਰੋਨਾ ਸਾਡੇ ਲਈ ਜੀ ਕਾਹਦਾ ਸਾਡੇ ਲਈ ਇੰਨੀ ਹਾਰਡ ਜ਼ਿੰਦਗੀ ਹੋ ਗਈ ਇੰਨੀ ਹਾਰਡ ਟੂ ਮੱਚ ਅਸੀਂ ਕੁਛ ਕਹਿਣ ਸਕਦੇ ਜਾਂ ਪਰਮੇਸ਼ਰ ਜਾਣਦਾ ਜਾਂ ਸਾਡਾ ਆਪਣਾ ਆਤਮਾ ਜਾਣਦਾ ਸਹੀ 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 ਤੁਹਾਡੀ ਗੱਲ ਹਾਂਜੀ ਚਲੋ ਹੁਣ ਮੈਂ ਤੁਹਾਨੂੰ ਇੱਕ ਜੀ ਜ਼ਰੂਰ ਜੀ ਜ਼ਰੂਰ ਦੋ ਤਿੰਨ ਇੱਕ ਟੱਪੇ ਸੁਣਾਉਂਗੀ ਜੀ ਜੀ ਜ਼ਰੂਰ ਤੁਮ ਰੂਠ ਕੇ ਮਤ ਜਾਣਾ ਤੁਮ ਰੂਠ ਕੇ ਮਤ ਜਾਣਾ ਹਮ ਸੇ ਕਿਆ ਸ਼ਿਕਵਾ ਇਤਨਾ ਤੂੰ ਬਤਾ ਜਾਣਾ ਹਮ ਸੇ ਕਿਆ ਸ਼ਿਕਵਾ ਇਤਨਾ ਤੂੰ ਬਤਾ ਜਾਣਾ ਤੂੰ ਹੋ ਮੇਰਾ ਵੀਵਾਨਾ ਤੂੰ ਹੋ ਮੇਰਾ ਵੀਵਾਨਾ ਤੇਰਾ ਮੇਰਾ ਕਿਆ ਰਿਸ਼ਤਾ ਤੂੰ ਇਤਨਾ ਨਹੀਂ ਜਾਣਾ ਤੇਰਾ ਮੇਰਾ ਕਿਆ ਰਿਸ਼ਤਾ ਤੂੰ ਇਤਨਾ ਵੀ ਨਹੀਂ ਜਾਣਾ ਜੇ ਮੈਂ ਹੋ ਗਿਆ ਬੇਗਾਨਾ ਜੇ ਮੈਂ ਹੋ ਗਿਆ ਬੇਗਾਨਾ ਫਿਰ ਇਹ ਤੜਪ ਕੈਸੀ ਇਤਨਾ ਤੁਰਤਾ ਜਾਣਾ ਫਿਰ ਇਹ ਰੱਖ ਕੈਸੀ ਇਤਨਾ ਤੁਰਤਾ ਜਾਣਾ ਪੁਰਸਤ ਤੋਨਾ ਪੁਰਸਤ ਹੈ ਤੋ ਆਨਾ ਆਪਣੇ ਹੀ ਹਾਥੋਂ ਸੇ ਮੇਰੀ ਦੁਨੀਆ ਮਿਟਾ ਜਾਣਾ ਆਪਣੇ ਹੀ ਹਾਥੋਂ ਸੇ ਮੇਰੀ ਦੁਨੀਆ ਮਿਟਾ ਜਾਣਾ ਮੈਂ ਤਾਂ ਹੋਂ ਬੇਗਾਨਾ ਮੈਂ ਤਾਂ ਹੋਂ ਗਿਆ ਬੇਗਾਨਾ ਤੇਰਾ ਮੇਰਾ ਯਾਰ ਛੋਟਾ ਤੂੰ ਇਹ ਵੀ ਨਹੀਂ ਆਣਾ ਤੇਰਾ ਮੇਰਾ ਯਾਰ ਛੋਟਾ ਇਹ ਤੂੰ ਇਹ ਵੀ ਨਹੀਂ ਆਣਾ ਥੈਂਕ ਯੂ ਜੀ ਥੈਂਕ ਯੂ ਬੀਜੀ ਬਹੁਤ ਹੀ ਸੋਹਣਾ ਸੀ ਜੀ ਜੀ ਥੈਂਕ ਯੂ ਆਪਣਾ ਖਿਆਲ ਰੱਖਿਓ ਤੁਸੀਂ ਬਹੁਤ ਸਾਰਾ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਬਿਊਟੀਫੁਲ ਜੀ ਬਹੁਤ ਸੋਹਣਾ ਸੀ ਬਹੁਤ ਸੋਹਣਾ ਸੀ ਥੈਂਕ ਯੂ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ
ਸਵਾਗਤ ਹੈ ਜੀ ਵੈਨਕੂਵਰ 6523 ਤੁਸੀਂ ਏਰਤੇ ਹੋ ਜੀ 6523 ਵੈਨਕੂਵਰ ਤੁਸੀਂ ਏਰਤੇ ਹੋ 6523 ਤੁਸੀਂ ਏਰਤੇ ਹੋ ਜੀ ਚਲੋ ਜੀ ਮੇਰੇ ਕੋਲ ਇੱਕ ਲਾਸਟ ਕਾਲਰ ਹੈਗੇ ਆ ਮੈਂ ਉਹਨਾਂ ਨੂੰ ਲੈਣਾ ਚਾਹੁੰਦੀ ਹਾਂ ਆਲਮੋਸਟ ਜੀ ਸਾਰੀ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਆਂਟੀ ਜੀ ਚਲੋ ਜੀ ਤੁਹਾਡੀ ਲਾਈਨ ਮਿਲਦਾ ਆਂਟੀ ਜੀ ਡਰੋਪ ਕਰ ਗਏ ਤੁਸੀਂ ਹੋਰ ਜੀ ਆਪਣਾ ਆਲਮੋਸਟ ਟਾਈਮ ਹੋ ਗਿਆ ਜੀ ਆਪਣਾ ਟਾਈਮ 6:30 ਹੋ ਗਏ ਨੇ ਆਲਮੋਸਟ ਰੈਡੀ ਟੂ ਲੀਵ ਇੱਕ ਲੈਟ ਮੀ ਟ੍ਰਾਈ ਦਿਸ ਕਾਲ ਹੈਲੋ ਚਲੋ ਜੀ ਕੋਈ ਨਹੀਂ ਮੈਂ ਦੇਖੋ ਜੀ ਆਲਮੋਸਟ ਇੱਥੇ ਬਹਿੰਦੀ ਹਾਂ ਜਿਵੇਂ 1.5 ਘੰਟਾ ਪਤਾ ਨਹੀਂ ਲੱਗਿਆ ਟਾਈਮ ਕਿੱਦਾਂ ਨਿਕਲ ਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਪਰ ਹਮੇਸ਼ਾ ਕਹਿੰਦੇ ਹੁੰਦੇ ਹਾਂ ਆਪਾਂ ਮੰਡੀ ਵੀ ਆਉਂਦੇ ਹਾਂ ਮੰਡੀ ਵੀ ਮੈਂ ਤਾਂ ਕਹਿਣ ਸਾਹਿਬ ਆਉਂਦੇ ਹਾਂ ਤੁਹਾਨੂੰ ਇਹੀ ਕਹਿੰਦੇ ਕਿ ਇੱਕ ਜਿੱਦਾਂ ਇਹ ਹੁਣ ਥੋੜ੍ਹਾ ਔਖਾ ਟਾਈਮ ਆ ਦੁੱਖ ਦਾ ਟਾਈਮ ਆ ਮੁਸ਼ਕਿਲ ਦਾ ਟਾਈਮ ਆ ਉਹਨੂੰ ਆਪਣਾ ਬਹੁਤ ਸਾਰਾ ਖਿਆਲ ਰੱਖਿਆ ਕਰੋ ਆਪਣੇ ਜਿਵੇਂ ਅਸੀਂ ਤਕਰੀਬਨ ਤਹਿਲਕਾ ਦਾ ਪੂਰਾ ਮੀਡੀਆ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਵੱਡਾ ਸਾਹਿਬ ਆਉਂਦੇ ਆ ਅਸੀਂ ਇਹੀ ਕਹਿੰਦੇ ਰਹਿੰਦੇ ਕਿ ਆਪਣੇ ਆਪ ਨੂੰ ਪ੍ਰੀਕੋਸ਼ਨ ਯੂਜ਼ ਕਰੋ ਜੋ ਵੀ ਤੁਹਾਨੂੰ ਲੱਗਦਾ ਕਿ ਸੈਨੇਟਾਈਜ਼ ਕਰੋ ਮਾਸਕ ਪਾਓ ਗਲਵਸ ਪਾਓ ਜਿੱਥੇ ਤੁਸੀਂ ਬਾਹਰ ਅੰਦਰ ਜਾਂਦੇ ਆ ਜੇ ਸਰਦਾ ਤਾਂ ਪਲੀਜ਼ ਪਲੀਜ਼ ਘਰੇ ਹੀ ਰਹੋ ਕੀ ਲੋੜ ਹੈ ਬਾਹਰ ਜਾਣ ਦੀ ਕਿਉਂਕਿ ਹੁਣ ਦੇਖੋ ਮੈਂ ਕੱਲ੍ਹ ਬੈਠੀ ਸੋਚਦੀ ਸੀ ਕਿ ਆਪਾਂ ਇੰਨੇ ਕੰਮਾਂ ਕਾਰਾਂ ਦੇ ਵਿੱਚ ਕਿੰਨੇ ਬਿਜ਼ੀ ਹੋਏ ਹੁੰਦੇ ਹਾਂ ਆਪਾਂ ਨੂੰ ਭੁੱਲੇ ਬੜੇ ਰਿਸ਼ਤੇ ਜਿਹੜੇ ਦੂਰ ਨੇੜੇ ਦੇ ਹੁੰਦੇ ਆਪਾਂ ਭੁੱਲ ਜਾਂਦੇ ਹਾਂ ਕਿ ਹਾਂਜੀ ਉਹਨੂੰ ਵੀ ਕਾਲ ਕਰਨੀ ਆ ਐਂ ਵੀ ਮਿਲੇ ਵਰਤੇ ਨਹੀਂ ਹੁਣ ਟਾਈਮ ਆ ਜੀ ਕਾਲਾਂ ਕਰੋ ਵੀਡੀਓ ਕਾਲਾਂ ਕਰੋ ਗੱਲਾਂ ਬਾਤਾਂ ਕਰੋ ਜੋ ਵੀ ਚੰਗਾ ਲੱਗਦਾ ਕਰੋ ਪਰ ਮੇਕ ਸ਼ੋਰ ਕਿ ਘਰੇ ਹੀ ਰਹੋ ਆਪਣੇ ਆਪ ਨੂੰ ਸੇਫ ਰੱਖੋ ਸਿਕਿਓਰ ਰੱਖੋ ਪ੍ਰੀਕੋਸ਼ਨ ਯੂਜ਼ ਕਰੋ ਅਤੇ ਆਪਣਾ ਬਹੁਤ ਹੀ ਸਾਰਾ ਖਿਆਲ ਰੱਖੋ ਲੈਟ ਮੀ ਟੇਕ ਵਨਸ ਕਾਲ ਸਵਾਗਤ ਹੈ ਜੀ 0546 ਤੁਸੀਂ ਏਰਤੇ ਹੋ ਜੀ 0546 ਤੁਸੀਂ ਏਰਤੇ ਹੋ ਹੈਲੋ ਚਲੋ ਜੀ ਐਨੀਵੇ ਮੈਂ ਜਾਣ ਤੋਂ ਪਹਿਲਾਂ ਇੱਕ ਤੁਹਾਨੂੰ ਨਿੱਕਾ ਜਿਹਾ ਛੋਟਾ ਜਿਹਾ ਚੁਟਕਲਾ ਸੁਣਾ ਕੇ ਜਾਂਦੀ ਹਾਂ ਕਿਉਂਕਿ ਮੈਂ ਚਾਹੁੰਦੀ ਹੁੰਦੀ ਹਾਂ ਕਿ ਜਦੋਂ ਮੈਂ ਜਾਵਾਂ ਤੁਹਾਡੇ ਸਾਰਿਆਂ ਦੇ ਚਿਹਰਿਆਂ 'ਤੇ ਇੱਕ ਸੋਹਣੀ ਜਿਹੀ ਸਮਾਈਲ ਛੱਡ ਕੇ ਜਾਵਾਂ ਕਿ ਤੁਸੀਂ ਨਾਲੇ ਸੋਚਦੇ ਰਹੋ ਨਾਲੇ ਯਾਦ ਕਰੋ ਨਾਲੇ ਹੱਸਦੇ ਰਹੋ ਕਿਉਂਕਿ ਹੱਸਣਾ ਜ਼ਿੰਦਗੀ ਲਈ ਬਹੁਤ ਜ਼ਰੂਰੀ ਆ ਜੀ ਟੈਨਸ਼ਨਾਂ ਤਾਂ ਵੈਸੇ ਵੀ ਬਹੁਤ ਇੱਕ ਵਾਰੀ ਇੱਕ ਨਾ ਕਲਾਸ ਟੀਚਰ ਹੁੰਦਾ ਅਤੇ ਉਹ ਨਾ ਬੱਚਿਆਂ ਨੂੰ ਜਿਵੇਂ ਡੈਮੋ ਦੇਣ ਲੱਗਦਾ ਕਹਿੰਦਾ ਵੀ ਦੇਖੋ ਜ਼ਿੰਦਗੀ ਵਿੱਚ ਰੋਟੀ ਕੱਪੜਾ ਮਕਾਨ ਬਹੁਤ ਜ਼ਰੂਰੀ ਆ ਗਰਲਫ੍ਰੈਂਡ ਜੇ ਘਰ ਵਾਲੀ ਨਾ ਹੋਊਗੀ ਤਾਂ ਵੀ ਛੱਡ ਸਕਦੇ ਹਾਂ ਜ਼ਰੂਰੀ ਨਹੀਂ ਹੈ ਨਾ ਕਹਿੰਦਾ ਅੱਛਾ ਜੀ ਬੱਚੇ ਕਹਿੰਦੇ ਉਹ ਕਿਵੇਂ ਜੀ ਕਹਿੰਦਾ ਤੁਹਾਨੂੰ ਮੈਂ ਡੈਮੋ ਦਿੰਦਾ ਅਤੇ ਉਹਨੇ ਨਾ ਇੱਕ ਪਾਸੇ ਇੱਕ ਚੂਹੀ ਬਿਠਾਤੀ ਅਤੇ ਇੱਕ ਪਾਸੇ ਚੂਹਾ ਅਤੇ ਉਹਨਾਂ ਨੇ ਦੂਰ ਸਾ ਜਾ ਕੇ ਨਾ ਪਹਿਲਾਂ ਇੱਕ ਆਲਮੰਡ ਦਾ ਪੀਸ ਰੱਖਿਆ ਬਦਾਮ ਰੱਖਿਆ ਚੂਹੇ ਨੇ ਪਿੰਜਰਾ ਖੋਲ੍ਹਿਆ ਚੂਹਾ ਸਿੱਧਾ ਗਿਆ ਬਦਾਮ ਚੱਕ ਕੇ ਆਪਣੀ ਪਿੰਜਰੇ 'ਚ ਆ ਕੇ ਬਹਿ ਕੇ ਖਾਣ ਲੱਗ ਗਿਆ ਹੈ ਨਾ ਅਤੇ ਫਿਰ ਉਹਨੇ ਕਿਹਾ ਦੇਖਿਆ ਉਹ ਬੜਾ ਪ੍ਰਾਊਡ ਫੀਲ ਕਰੇ ਕਿ ਵੀ ਮੈਂ ਜੋ ਡੈਮੋ ਦਿੰਦਾ ਵੀ ਸਾਰੇ ਕਿੰਨੇ ਇੰਪ੍ਰੈਸ ਹੋਏ ਬੈਠੇ ਆ ਦੂਜੀ ਵਾਰੀ ਉਹਨੇ ਫਿਰ ਨਾ ਅਖਰੋਟ ਰੱਖਤਾ ਚੂਹਾ ਫਿਰ ਪਿੰਜਰੇ 'ਚੋਂ ਗਿਆ ਅਤੇ ਅਖਰੋਟ ਚੱਕ ਕੇ ਆ ਕੇ ਆ ਕੇ ਪਿੰਜਰੇ 'ਚ ਖਾਣ ਲੱਗ ਗਿਆ ਤੀਜੀ ਵਾਰੀ ਉਹਨੇ ਨੇ ਟੀਚਰ ਨੇ ਚੀਜ਼ ਦਾ ਪੀਸ ਰੱਖਿਆ ਹੈ ਨਾ ਚੂਹਾ ਫਿਰ ਗਿਆ ਚੀਜ਼ ਲੈ ਕੇ ਅਤੇ ਪਿੰਜਰ 'ਚ ਬਹਿ ਕੇ ਖਾਣ ਲੱਗ ਗਿਆ ਅਤੇ ਟੀਚਰ ਬੱਚੇ ਨੂੰ ਕਹਿੰਦਾ ਦੇਖਿਆ ਵੀ ਰੋਟੀ ਪਾਣੀ ਬਹੁਤ ਜ਼ਰੂਰੀ ਆ ਇਹਦੇ ਬਿਨਾਂ ਸਰ ਸਕਦਾ ਪਿੱਛੇ ਕੋਈ ਸ਼ਰਾਰਤੀ ਬੈਠਾ ਹੋਣਾ ਮੇਰੇ ਵਾਲਾ ਨਹੀਂ ਟਿਕਿਆ ਗਿਆ ਕਹਿੰਦਾ ਮਾਸਟਰ ਜੀ ਤੁਸੀਂ ਫੂਡ ਤਾਂ ਚੇਂਜ ਕਰੀ ਜਾਂਦੇ ਚੂਹੀ ਚੇਂਜ ਕਰਕੇ ਦੇਖ ਲਓ ਵੀ ਸ਼ਾਇਦ ਇਹਨੂੰ ਨਾ ਪਸੰਦ ਆਵੇ ਮੈਂ ਇਕੱਲੀ ਬੜੀ ਹੱਸੀ ਨਾ ਤੁਸੀਂ ਵੀ ਹੱਸਿਆ ਕਰੋ ਖੁਸ਼ ਰਿਹਾ ਕਰੋ ਲੈਟ ਮੀ ਟੇਕ ਜੀ ਆਂਟੀ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਹਾਂਜੀ ਜੀ ਜੀ ਹਾਂਜੀ ਮੈਂ ਇੱਕ ਥੋੜ੍ਹਾ ਸ਼ੇਅਰ ਸੁਣਾਉਂ ਛੋਟਾ ਜਿਹਾ ਅੱਛਾ ਸ਼ੇਅਰ ਸੁਣਾਉਣਾ ਚਾਹੁੰਦੇ ਜ਼ਰੂਰ ਸੁਣਾ ਦਿਓ ਜੀ ਆਪਣੇ ਕੋਲ 2 ਮਿੰਟ ਹੈਗੇ ਦੇਖੋ ਜ਼ਮੀਨ ਬਣ ਜਾਏ ਕਾਗਜ਼ ਜੀ ਜ਼ਮੀਨ ਬਣ ਜਾਏ ਕਾਗਜ਼ ਸਮੁੰਦਰ ਹੋਸ਼ ਆਈ ਕਾ ਕਲਮ ਮੇਰੀ ਲਿਖ ਨਹੀਂ ਸਕਦੀ ਐ ਮੇਰੀ ਪ੍ਰਿਓ ਵੇਖ ਜਾਂ ਤੁਹਾਡੀ ਮੇਰੀ ਜਦਾਈ ਕਾ ਵਾਹ ਜੀ ਵਾਹ ਹਾਂਜੀ ਕਿਆ ਬਾਤ ਹੈ ਆਂਟੀ ਜੀ ਠੀਕ ਆ ਕਲਮ ਮੇਰੀ ਲਿਖ ਨਹੀਂ ਸਕਦੀ ਮੇਰੀ ਪਿਆਰੀਓ ਵੇਖਿਓ ਪ੍ਰਿਓ ਵੇਖਿਓ ਮੰਡੀ ਮਿਲਾਂਗੇ ਖੁਸ਼ ਰਿਹਾ ਕਰੋ ਧਿਆਨ ਰੱਖਿਆ ਕਰੋ ਆਪਣਾ ਲਵ ਯੋਰ ਸੈਲਫ ਆਪਣਾ ਬਹੁਤ ਸਾਰਾ ਖਿਆਲ ਰੱਖਿਆ ਕਰੋ ਉਹ ਤਾਂ ਮੈਂ ਹਮੇਸ਼ਾ ਹੀ ਕਹਿੰਦੀ ਰਹਿੰਦੀ ਹਾਂ ਪਰ ਮੈਨੂੰ ਲੱਗਦਾ ਜਿੰਨੇ ਕੁ ਤੁਸੀਂ ਸੁਣਦੇ ਆ ਅਮਲ ਵੀ ਕਰਿਆ ਕਰੋ ਜਿੰਨਾ ਮੈਂ ਅਸੀਂ ਪੂਰਾ ਤਹਿਲਕਾ ਮੀਡੀਆ ਜਿੰਨਾ ਅਸੀਂ ਰੌਲਾ ਪਾਉਂਦੇ ਹਾਂ ਤੁਹਾਨੂੰ ਸਮਝਾਉਂਦੇ ਹਾਂ ਕਿ ਆਹ ਨਾ ਕਰੋ ਇਹ ਨਾ ਕਰੋ ਪਲੀਜ਼ ਪਲੀਜ਼ ਹੱਥ ਬੰਨ ਕੇ ਬੇਨਤੀ ਸਾਡੀ ਵੀ ਮੰਨ ਲਿਆ ਕਰੋ ਬਹੁਤੀ ਦੀ ਤਾਂ ਥੋੜ੍ਹੀ ਮੰਨ ਲਿਆ ਕਰੋ ਕਿਉਂਕਿ ਅਸੀਂ ਤੁਹਾਡੇ ਲਈ ਵੇਖੋ ਘਰੋਂ ਉੱਠ ਕੇ ਆਉਂਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਨੂੰ ਕਿ ਤੁਹਾਡਾ ਵੀ ਜੀ ਲੱਗਿਆ ਰਹੇ ਸਾਨੂੰ ਵੀ ਚਾਹ ਹੁੰਦੀ ਹੈ ਕਿ ਸਾਡੇ ਜਿਹੜੇ ਸਰੋਤੇ ਆ ਸਾਡੇ ਲਿਸਨਰ ਆ ਸਾਡੇ ਫੈਨਸ ਆ ਸਾਡੀ ਵੇਟ ਕਰ ਰਹੇ ਆ
ਤੇ ਮੈਨੂੰ ਵੀ ਘਰੇ ਬਹਿ ਕੇ ਟਾਈਮ ਨਹੀਂ ਪਾਸ ਹੁੰਦਾ ਵੀ ਇੱਥੇ ਜਾ ਕੇ ਗੱਲਾਂ ਬਾਤਾਂ ਕਰਦੇ ਹਾਂ, ਕੁਛ ਸੁਣਦੇ ਹਾਂ, ਕੁਛ ਸੁਣਾਉਂਦੇ ਹਾਂ, ਚੁਟਕਲੇ ਸੁਣਾਉਂਦੇ ਹਾਂ, ਖੁਸ਼ ਰਿਹਾ ਕਰੋ। ਠੀਕ ਹੈ ਜੀ, ਹੁਣ ਆਪਾਂ ਮਿਲਾਂਗੇ ਜੀ ਤੁਹਾਨੂੰ ਸੋਮਵਾਰ ਨੂੰ। ਮੈਂ ਤੇ ਕਹਿਣ ਸਾਹਿਬ 3 to 4, ਦਿਓ ਪ੍ਰੀਤੀ ਨੂੰ ਛੁੱਟੀ। ਸਤਿ ਸ਼੍ਰੀ ਅਕਾਲ।